ਭਗਵੰਤ ਮਾਨ ਦੀ ਕੋਈ ਵੀਡੀਓ ਦੀਆਂ ਤਿੰਨ ਸੀਡੀਜ਼ ਦੀਆਂ ਗੱਲ ਕਰ ਰਹੇ ਹੋ ਕਿ ਮੇਰੇ ਕੋਲ ਕੋਈ ਵੀਡੀਓਜ਼ ਹੈ, ਉਹ ਕਿਹੜੀਆਂ ਵੀਡੀਓਜ਼ ਨੇ, ਗੁਪਤ ਵੀਡੀਓਜ਼ ਕਿਹੜੀਆਂ ਨੇ? ਪਹਿਲਾਂ ਤਾਂ ਮੈਂ ਤੁਹਾਨੂੰ ਭਗਵੰਤ ਮਾਨ ਸਾਹਿਬ ਦੀ ਹਿਸਟਰੀ ਦੱਸਦਾ ਜੀ, ਜਿਹੜੀ ਕਈ ਲੋਕਾਂ ਨੂੰ ਨਹੀਂ ਪਤਾ। ਦਿਨ ਤੋਂ ਹੀ ਫੋਨ ਆਉਣੇ ਚਾਲੂ ਹੋ ਗਏ ਕੁੜੀਆਂ ਦੇ, ਮੇਰੇ ਕੋਲ ਫੋਨ ਹੁੰਦਾ ਸੀ, ਇਹਨੇ ਨੰਬਰ ਮੇਰੇ ਵਾਲੀ ਦਿੱਤਾ ਹੋਇਆ ਸੀ ਵੀ ਇਹਦੇ ਆਪਦਾ ਨੰਬਰ, ਉਹ ਹੁਣ ਫੋਨ ਕਰਨ ਜੀ ਵੀ ਅਸੀਂ ਮਿਲਣਾ। ਦੇਖੋ ਮੈਂ ਇੱਥੇ ਮੈਂ ਤੁਹਾਡੀ ਗੱਲ ਟੋਕਣ ਲੱਗਿਆ, ਮੁੱਖ ਮੰਤਰੀ ਸਾਹਿਬ ਨੇ ਮਾਣਯੋਗ ਮੁੱਖ ਮੰਤਰੀ ਰਿਸਪੈਕਟਡ ਅਹੁਦਾ, ਤੁਸੀਂ ਜੋ ਵੀ ਗੱਲਬਾਤ ਕਰਨੀ ਹੈ ਬੜੇ ਢੰਗ ਦੇ ਨਾਲ, ਕਿਉਂਕਿ ਸੱਚੀ ਹੋਣੀ ਚਾਹੀਦੀ ਹੈ। ਕੱਲ ਨੂੰ ਕੋਈ ਗੱਲ ਜਿਹੜੀ ਹੈ ਤੁਹਾਡੇ ਤੇ ਆਵੇ ਤੇ ਤੁਹਾਨੂੰ ਸਾਬਤ ਕਰਨੀ ਪੈ ਸਕਦੀ ਹੈ। ਉਹ ਲੜਕੀ ਆਈ ਜੀ, ਉਹਦੀ ਨਣਦ ਉਹਨੂੰ ਛੱਡਣ ਆਈ, ਛੋਟਾ ਜਿਹਾ ਬੱਚਾ ਉਹਦੇ ਨਾਲ 2 ਸਾਲਾਂ ਦਾ। ਉਹ ਬੱਚੇ ਨੂੰ ਮੈਂ ਉੱਥੇ ਲੈ ਕੇ ਬਹਿ ਗਿਆ ਜੀ, ਬ੍ਰੇਕਫਾਸਟ ਜਿੱਥੇ ਕਰ ਦਿੰਦੇ ਹੋਟਲ ਵਾਲੇ 'ਚ, ਉਹਨੂੰ ਖੜਾਈ ਖੜੂਈ ਗਿਆ, ਖੇਡ ਲਾ ਲਿਆ, ਟੋਫੀ ਲੈ ਲਾ, ਇਹ ਵੀ 1.5 ਘੰਟਾ ਇਹਨਾਂ ਨੇ ਪ੍ਰਬਲ ਤੋਮਰ ਨੂੰ ਮੈਂ ਜ਼ਰੂਰ ਦਿਖਾਈ, ਉਹ ਕਹਿੰਦਾ ਵੀ ਕਿਸੇ ਟਾਈਮ 'ਤੇ ਆਪਾਂ ਕੱਢਾਂਗੇ ਇਹਨੂੰ, ਤੂੰ ਗੁਪਤ ਰੱਖ, ਕੋਈ ਨਾ ਲੋਕਾਂ ਨੂੰ ਕਹੀ ਜਾਣ ਦੇ। ਸੀ ਉਸ ਵੀਡੀਓ 'ਚ ਅਸੀਂ ਉਹ ਤਰ੍ਹਾਂ ਤਰ੍ਹਾਂ ਦੇ ਐਂਗਲ ਸੀਗੇ ਜੀ ਉਹਦੇ ਵਿੱਚ, ਜੇ ਲੋੜ ਪੈਂਦੀ ਤੁਸੀਂ ਕੱਟ ਸਕਦੇ ਹੋ, ਜੇ ਕੋਈ ਕਵੇ ਕੋਈ ਸਾਨੂੰ ਵੀ ਕਹਿ ਸਕਦਾ, ਕੋਈ ਤੁਹਾਨੂੰ ਵੀ ਕਹਿ ਸਕਦਾ। ਬਾਈ ਜੀ ਇਲੈਕਸ਼ਨ ਆ ਰਹੀ ਹੈ 24 ਦੀ, ਇਹ ਪਟਾਕੇ ਮੈਂ ਹੁਣ ਉਦੋਂ ਪਹਿਲਾਂ ਕੱਢੂ ਸਾਰੇ, ਅੱਜ ਤੋਂ ਬਾਅਦ ਜੀ ਥੋੜ੍ਹੇ ਥੋੜ੍ਹੇ ਚਲਾਵਾਂਗੇ, ਪਹਿਲਾਂ ਉਦੋਂ ਫੁੱਲ ਝੜੇ ਆ, ਵੱਡਾ ਉਦੋਂ ਕੱਢਾਂਗੇ ਉਹ ਸੁਤਲੀ ਵਾਲਾ ਬੇਬੀ ਬੰਬ। ਉਹ ਜਿਹੜੀ ਵੀਡੀਓ 'ਚ ਤੁਸੀਂ ਗੱਲ ਕਰਦੇ ਹੋ, ਜਿਹਦੀਆਂ ਤੁਹਾਡੇ ਕੋਲ ਸੀਡੀਜ਼ ਮੌਜੂਦ ਨੇ, ਹੈਗੀਆਂ ਵੀ ਹੈਗੀਆਂ ਗੱਲਾਂ ਆਈਆਂ? ਨਹੀਂ, ਮੈਂ ਤੁਹਾਨੂੰ ਗੱਲ ਦੱਸ, ਕਈ ਲੋਕ ਇਹ ਕਹਿੰਦੇ ਵੀ ਜਗਮਨ ਨੇ ਕਈ ਵਾਰੀ ਜ਼ਿਕਰ ਕੀਤਾ, ਮੈਂ ਝੰਡੇ ਖਾਣੀ ਲਿਖਦਾ ਰਿਹਾ ਫੇਸਬੁੱਕ 'ਤੇ, ਕਈ ਲੋਕ ਜਾਣ, ਉਹ ਕਹਿੰਦੇ ਵੀ ਜਗਮਨ ਨੇ ਕਦੇ ਕੱਢੀਆਂ ਨਹੀਂ। ਪਹਿਲਾਂ ਤਾਂ ਮੈਂ ਉਹਦਾ 1 ਪਰੂਫ ਦੇ ਦਾ, ਉਹ ਤੁਸੀਂ ਕਿਵੇਂ ਬਣਾਈ? ਉਹ ਕੀ ਸੀਗਾ ਬਾਈ ਜੀ, ਉਦੋਂ ਜਿਹੜੇ ਇਹ ਟੈਕਨੋਲੋਜੀ ਇੰਨੀ ਜ਼ਿਆਦਾ ਨਹੀਂ ਸੀ ਜਿਹੜੀ ਹੁਣ ਫੋਨ ਨੇ, ਮੈਟਰੋਲਾ ਦੇ ਫੋਨ ਹੁੰਦੇ ਸੀ, ਉਹ ਰੋਟੀ ਪਾਣੀ ਬਾਈ ਜੀ ਮੈਂ ਲੈ ਕੇ ਜਾਂਦਾ ਜੀ। ਭਗਵੰਤ ਮਾਨ ਨੂੰ ਇਹ ਸਵਾਲ ਪੁੱਛ ਲਿਓ ਬਾਈ ਜੀ, ਵੀ ਜਦੋਂ 2005 'ਚ ਤੂੰ ਆਪਣਾ ਜਿਹੜਾ ਸਟੇਜ ਪਲੇ ਨੋ ਲਾਈਫ ਵਿਦ ਵਾਈਫ ਲੈ ਕੇ ਕਨੇਡਾ ਗਿਆ, ਉਦੋਂ ਕਿੰਨੇ ਕਬੂਤਰ ਤੁਹਾਡੇ ਨਾਲ ਗਏ ਸੀਗੇ? ਇੱਕ ਮੁੰਡਾ ਫੱਗੂ ਵਾਲੇ ਵੀ ਸੀਗਾ, ਉਹਦਾ ਨਾਂ ਮਲਕੀਤ ਆ, ਉਹਦੇ ਡੈਡੀ ਦਾ ਨਾਂ ਗੋਵਿੰਦਰ ਆ, ਕੱਕੜ ਵਾਲੀ ਬਾਈ ਜੀ ਨੇ ਸਨਾਮ ਰੋਡ 'ਤੇ ਰਹਿੰਦੇ ਨੇ, ਟਰਾਂਟੋ ਰਹਿੰਦਾ ਅੱਜ ਕੱਲ੍ਹ ਮੁੰਡਾ। ਮੈਂ ਆਪਾਂ ਇੱਦਾਂ ਨਹੀਂ ਗੱਲ ਕਰਦੇ, ਕਬੂਤਰ ਅਸੀਂ ਬਥੇਰੇ ਕੱਢੇ ਹੋਣਗੇ, ਆਪਾਂ ਕਿਹੜਾ ਮੁੱਕਰਦੇ ਜੀ, ਪਰ ਭਗਵੰਤ ਮਾਨ ਸਾਹਿਬ ਤੋਂ ਪੁੱਛੋ ਵੀ ਤੁਸੀਂ ਕਿੰਨੇ ਕਢਾਏ ਆ ਕਬੂਤਰ? 2 ਜਿਹੜੇ ਕੇਂਦਰੀ ਮੰਤਰੀਆਂ 'ਤੇ ਤੁਸੀਂ ਇਲਜ਼ਾਮ ਲਾਏ ਆ, 10,000 ਕਰੋੜ ਦਾ, ਇੱਕ ਹੋਰ ਲੈਣ ਦੇਣ ਦਾ, ਔਰ ਇੱਕ ਰੰਗੀਨ ਵੀਡੀਓ ਦਾ, ਔਰ ਤੀਜਾ ਜਿਹੜਾ ਤੁਸੀਂ ਮੁੱਖ ਮੰਤਰੀ ਪੰਜਾਬ, ਜਿਹਨਾਂ ਨੂੰ ਬੜੇ ਇਮਾਨਦਾਰ ਸਮਝਿਆ ਜਾਂਦਾ ਹੈ ਪੰਜਾਬ ਦੇ ਲੋਕਾਂ, ਚੰਗਾ ਅਕਸਰ ਹੈ ਉਹਨਾਂ 'ਤੇ, ਜਿਹੜਾ ਤੁਸੀਂ ਇੱਕ ਆਪੱਤੀਜਨਕ ਵੀਡੀਓ ਦਾ ਇਲਜ਼ਾਮ ਜਿਹੜਾ ਲਾ ਦਿੱਤਾ ਹੈ, ਹਾਲਾਂਕਿ ਤੁਸੀਂ ਦਿਖਾਈ ਨਹੀਂ, ਤੁਸੀਂ ਕਿਹਾ 24 ਦੇ ਵਿੱਚ ਲਿਆਵਾਂਗੇ, ਜੇ ਕੱਲ੍ਹ ਨੂੰ ਕਿਸੇ ਜਾਂਚ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ, ਤਾਂ ਫਿਰ ਤੁਸੀਂ ਤਿਆਰ ਹੋ, ਫਿਰ ਉੱਥੇ ਸਬੂਤ ਰੱਖ ਸਕਦੇ ਹੋ, ਹੈਗੇ ਆ ਤੁਹਾਡੇ ਕੋਲ ਕਿਸੇ ਵੀ ਤਰੀਕੇ ਦੀ ਜਾਂਚ ਦਾ ਸਾਹਮਣਾ ਕਰਨ ਨੂੰ ਤਿਆਰ ਹੋ? ਬਿਲਕੁਲ, ਮੈਂ ਕਹਿੰਦਾ ਜੀ 1000%। ਤੁਹਾਡਾ ਵੀਡੀਓ ਵਾਇਰਲ ਹੁੰਦਾ ਜਿਹਦੇ ਵਿੱਚ ਤੁਸੀਂ ਨਰਿੰਦਰ ਤੋਮਰ ਦੇ ਬੇਟੇ ਦੇ ਨਾਲ ਪਹਿਲਾਂ 100 ਕਰੋੜ ਫਿਰ 500 ਕਰੋੜ ਦੀ ਕਿਸੇ ਡੀਲ ਦੀ ਗੱਲਬਾਤ ਕਰਦੇ ਹੋ, ਔਰ ਬਾਅਦ ਦੇ ਵਿੱਚ 10,000 ਕਰੋੜ ਤੱਕ ਦੀ ਤੁਸੀਂ ਕਹਿ ਦਿੰਦੇ ਹੋ ਕਿ ਇਹ ਜਿਹੜਾ ਘਪਲਾ ਜਾਂ ਤੁਸੀਂ ਕਹਿ ਦਿੰਦੇ ਹੋ ਕਮਿਸ਼ਨ ਹੈ, ਇਹ ਕਿਵੇਂ ਤੁਸੀਂ ਸੰਪਰਕ ਦੇ ਵਿੱਚ ਆ ਗਏ? ਤੁਸੀਂ ਕੈਨੇਡਾ ਦੇ ਵਿੱਚ ਰਹਿੰਦੇ ਹੋ, ਆਪਦਾ ਬਿਜ਼ਨਸ ਕਰਦੇ ਹੋ, ਤੋਮਰਾਂ ਦੇ ਸੰਪਰਕ ਦੇ ਵਿੱਚ ਕਿਵੇਂ ਆ ਗਏ, ਔਰ ਇਹ ਪੂਰਾ ਮਾਮਲਾ ਕੀ ਹੈਗਾ? ਬਲੂਬੇਰੀ ਦਾ ਇੱਥੇ ਰੇਟ ਰੂਟ ਹੈ ਨਹੀਂ ਵੀ ਜਾਂਦਾ, ਆਪ ਪੈ ਕਰਕੇ ਇਹਦੇ ਵਿੱਚ ਮੁਨਾਫਾ ਵੀ ਮੈਂ ਫਿਰ ਭੰਗ ਦੇ ਵਿੱਚ ਟਰਾਈ ਕੀਤਾ, ਕਿਉਂਕਿ ਇੱਥੇ ਲੀਗਲ ਹੈ ਜੀ ਭੰਗ, 17 ਦੇ ਵਿੱਚ ਇਹਨੂੰ ਡੀਕ੍ਰਿਮੀਨਲਾਈਜ਼ ਕਰ ਦਿੱਤਾ ਗਿਆ, ਪਰ ਲੀਗਲ ਇਹ ਬਹੁਤ ਚਿਰ ਦੀ ਹੈ, ਜਦੋਂ ਮੈਡੀਕਲ ਯੂਜ਼ ਵਾਸਤੇ ਹੈ ਜਿਹੜੀ, ਅਤੇ ਉਹ ਕਹਿੰਦੇ ਜੀ ਕਿੰਨਾ ਪ੍ਰੋਫਿਟ ਆ ਜੀ, ਮੈਂ ਕਿਹਾ ਜੀ 300% ਤੱਕ ਪ੍ਰੋਫਿਟ ਆ, ਉਦੋਂ ਹਲੇ ਇਹ ਡੀਕ੍ਰਿਮੀਨਲਾਈਜ਼ ਹੋਈ ਨਹੀਂ, ਡੀਕ੍ਰਿਮੀਨਲਾਈਜ਼ ਹੋਣ ਤੋਂ ਬਾਅਦ 150% ਰਹਿ ਗਏ ਸਾਲ ਦਾ ਪ੍ਰੋਫਿਟ। ਸੋ ਇਹ ਕਹਿੰਦੇ ਜੀ ਵੀ ਸਾਡਾ ਇਹਦੇ ਵਿੱਚ ਇੰਟਰਸਟ ਆ, ਅਸੀਂ ਇਹ ਚੀਜ਼ ਕਰਨੀ ਚਾਹੁੰਦੇ, ਤੁਸੀਂ ਇੰਡੀਆ ਆਓ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਬੇਟੇ ਦੇ ਨਾਲ ਪਹਿਲਾਂ 100 ਅਤੇ ਫਿਰ 500 ਕਰੋੜ ਦੀ ਗੱਲਬਾਤ ਦੀ ਵੀਡੀਓ ਜਿਸ ਵਿਅਕਤੀ ਦੀ ਵਾਇਰਲ ਹੋਈ, ਔਰ 10,000 ਕਰੋੜ ਦੇ ਇਲਜ਼ਾਮ ਜਿਸ ਵਿਅਕਤੀ ਨੇ ਖੇਤੀਬਾੜੀ ਮੰਤਰੀ ਅਤੇ ਉਹਦੇ ਮੁੰਡੇ 'ਤੇ ਲਾਏ ਨੇ, ਜਗਮਨਦੀਪ ਸਿੰਘ, ਉਹ ਮੇਰੇ ਨਾਲ ਨੇ, ਬਹੁਤ ਅਹਿਮ ਖੁਲਾਸੇ ਕਰਨਗੇ, ਔਰ ਖਾਸ ਉਸ ਤੋਂ ਵੀ ਗੱਲ ਇਹ ਹੈ ਕਿ ਉਹ ਵੱਡੇ ਖੁਲਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਬਾਰੇ ਵੀ ਕਰਨਗੇ, ਕਿਉਂਕਿ ਕਹਿੰਦੇ ਕਿ ਪੁਰਾਣੇ ਦੋਸਤ ਰਹੇ ਨੇ, ਇਕੱਠੇ ਰਹੇ ਨੇ, ਕੁਝ ਵੀਡੀਓਜ਼ ਭਗਵੰਤ ਮਾਨ ਦੀਆਂ ਉਹਨਾਂ ਦੇ ਕੋਲ ਨੇ, ਕਿਹੜੀਆਂ ਉਹ ਵੀਡੀਓਜ਼ ਨੇ, ਗੱਲ ਉਹ 'ਤੇ ਵੀ ਕਰਨਗੇ, ਖੁਲਾਸੇ ਉਹਦੇ 'ਤੇ ਵੀ ਕਰਨਗੇ। ਪਰ ਉਸ ਤੋਂ ਪਹਿਲਾਂ
ਜਗਮਨਦੀਪ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਨੋਟ ਦੇ ਤੌਰ 'ਤੇ ਇਹ ਗੱਲ ਦੱਸ ਦੇਵਾਂ ਕਿ ਜੇਕਰ ਕੋਈ ਧਿਰ ਜਿਹਦੇ 'ਤੇ ਇਲਜ਼ਾਮ ਲੱਗੇ ਨੇ ਜਾਂ ਲੱਗਣਗੇ ਉਹ ਜੇਕਰ ਆਪਣੇ 'ਤੇ ਲੱਗਣ ਵਾਲੇ ਇਲਜ਼ਾਮਾਂ ਦੇ ਨਾਲ ਸਹਿਮਤ ਨਹੀਂ ਹੋਣਗੇ ਤਾਂ ਸਾਡੇ ਨਾਲ ਸੰਪਰਕ ਕਰਕੇ ਆਪਣਾ ਪੱਖ ਜਿਹੜਾ ਉਹ ਰੱਖ ਸਕਦੇ ਨੇ। ਅਸੀਂ ਪ੍ਰਮੁੱਖਤਾ ਦੇ ਨਾਲ ਉਹਨਾਂ ਦਾ ਪੱਖ ਜਿਹੜਾ ਆਪਣੇ ਸ਼ੋਅ ਦੇ ਵਿੱਚ ਆਪਣੇ ਚੈਨਲ ਦੇ ਉੱਪਰ ਰੱਖਾਂਗੇ। ਬਹੁਤ ਸਾਰੇ ਨਵੇਂ ਖੁਲਾਸੇ, ਜਗਮਨਦੀਪ ਸਿੰਘ ਹੋਰੀ ਇੱਕ ਮੰਤਰੀ 'ਤੇ ਨਹੀਂ ਕਈ ਮੰਤਰੀਆਂ 'ਤੇ ਔਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਉੱਪਰ ਵੀ ਕਰਨ ਜਾ ਰਹੇ ਨੇ। ਮੇਰਾ ਨਾਂ ਜਗਮਨਦੀਪ ਸਿੰਘ ਨੇ, ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰਦਾ, ਫਿਰ ਪ੍ਰੋਗਰਾਮ ਦੀ ਜਿਹੜੀ ਹੈ ਸ਼ੁਰੂਆਤ ਕਰੂੰਗਾ। ਜਗਮਨਦੀਪ ਜੀ, ਸਵਾਗਤ ਹੈ ਤੁਹਾਡਾ ਰੋਜ਼ਾਨਾ ਲੋਕਨਾ ਟੀਵੀ 'ਤੇ। ਸਿੱਧੂ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਸਰੋਤਿਆਂ ਦੇ ਰੂਬਰੂ ਕਰਨ ਦਾ। ਅਤੇ ਮੈਂ 2-3 ਦਿਨਾਂ ਤੋਂ, ਤੁਹਾਨੂੰ ਪਤਾ ਹੀ ਹੈ ਕਿ ਮੇਰਾ ਵੀਡੀਓ ਇੱਕ ਪਹਿਲਾਂ ਲੀਕ ਹੋਇਆ, ਸੋ ਤੁਸੀਂ ਸੰਪਰਕ ਕੀਤਾ, ਬਹੁਤ ਬਹੁਤ ਧੰਨਵਾਦ। ਮੈਂ ਜੋ ਵੀ ਤੁਹਾਡੇ ਸਵਾਲ ਹੋਣਗੇ ਜੀ, ਉਹਨਾਂ ਦੇ ਸਵਾਲਾਂ ਦਾ ਜਵਾਬ ਪੂਰੇ ਸੱਚ ਦੇ ਨਾਲ ਉਹ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਦੱਸੋ ਜੀ, ਪਹਿਲਾਂ ਮੈਂ ਸਵਾਲ ਇਹੀ ਪੁੱਛਣਾ ਚਾਹੂੰਗਾ, ਹਾਲਾਂਕਿ ਪੰਜਾਬੀ ਜ਼ਿਆਦਾਤਰ ਜਿਹੜਾ ਭਗਵੰਤ ਮਾਨ ਵਾਲੀ ਖਬਰ 'ਤੇ ਫੋਕਸ ਹੋਊਗਾ, ਪਰ ਉਹ ਗੱਲ ਆਪਾਂ ਬਾਅਦ 'ਚ ਕਰਾਂਗੇ ਕਿਉਂਕਿ ਉਹ ਗੱਲ ਬਾਅਦ ਦੇ ਵਿੱਚ ਹੀ ਆਈ ਹੈ ਔਰ ਉਹਨੂੰ ਬਾਅਦ ਦੇ ਵਿੱਚ ਲਵਾਂਗੇ। ਪਰ ਸਭ ਤੋਂ ਪਹਿਲਾਂ ਮੈਂ ਇਹੀ ਗੱਲ ਕਰਾਂ ਕਿਉਂਕਿ ਪਹਿਲਾਂ ਤੁਹਾਡਾ ਵੀਡੀਓ ਵਾਇਰਲ ਹੁੰਦਾ ਜਿਹਦੇ ਵਿੱਚ ਤੁਸੀਂ ਨਰਿੰਦਰ ਤੋਮਰ ਦੇ ਬੇਟੇ ਦੇ ਨਾਲ ਪਹਿਲਾਂ 100 ਕਰੋੜ ਫਿਰ 500 ਕਰੋੜ ਦੀ ਕਿਸੇ ਡੀਲ ਦੀ ਗੱਲਬਾਤ ਕਰਦੇ ਹੋ ਔਰ ਬਾਅਦ ਦੇ ਵਿੱਚ 10,000 ਕਰੋੜ ਤੱਕ ਦੀ ਤੁਸੀਂ ਕਹਿ ਦਿੰਦੇ ਹੋ ਕਿ ਇਹ ਜਿਹੜਾ ਘਪਲਾ ਜਾਂ ਤੁਸੀਂ ਕਹਿ ਦਿੰਦੇ ਹੋ ਕਮਿਸ਼ਨ ਹੈ, ਇਹ ਕਿਵੇਂ ਤੁਸੀਂ ਸੰਪਰਕ ਦੇ ਵਿੱਚ ਆ ਗਏ? ਤੁਸੀਂ ਕੈਨੇਡਾ ਦੇ ਵਿੱਚ ਰਹਿੰਦੇ ਹੋ, ਆਪਦਾ ਬਿਜ਼ਨਸ ਕਰਦੇ ਹੋ, ਤੋਮਰਾਂ ਦੇ ਸੰਪਰਕ ਦੇ ਵਿੱਚ ਕਿਵੇਂ ਆ ਗਏ ਔਰ ਇਹ ਪੂਰਾ ਮਾਮਲਾ ਕੀ ਹੈਗਾ, ਇਹ ਸਾਡੇ ਦਰਸ਼ਕਾਂ ਨੂੰ ਸਮਝਾਓ। ਮੈਨੂੰ 23 ਸਾਲ ਹੋ ਗਏ ਜੀ ਕੈਨੇਡਾ ਰਹਿੰਦੇ ਨੂੰ। 2010 'ਚ ਮੈਂ ਖੇਤੀ ਸ਼ੁਰੂ ਕਰਦਾ ਇਹਦੀ ਭੰਗ ਦੀ, ਉਸੇ ਦੌਰਾਨ ਹੀ ਸਾਡੇ CM ਸਾਹਿਬ ਮਿਲਦੇ ਨੇ, ਉਹ ਆਪਾਂ ਬਾਅਦ 'ਚ ਗੱਲ ਕਰਦੇ ਹਾਂ। 2015-16 'ਚ ਪ੍ਰਬਲ ਸਿੰਘ ਤੋਮਰ ਜਿਹੜੇ ਮੰਤਰੀ ਜੀ ਦੇ ਛੋਟੇ ਬੇਟੇ ਨੇ, ਇਹ 3 ਬੱਚੇ, ਨਿਵੇਦਤਾ ਬਚਾਲੀ ਕੁੜੀ ਆ, ਵੱਡਾ ਦਵਿੰਦਰ ਸਿੰਘ ਤੋਮਰ ਆ, ਛੋਟਾ ਪ੍ਰਬਲ ਤੋਮਰ ਆ, ਮੈਂ ਨਾਮ ਸਾਰਿਆਂ ਦੇ ਦੱਸਦਾ। ਦਵਿੰਦਰ ਦੀ ਵਾਈਫ ਦਾ ਨਾਂ ਹਰਸ਼ੀਨੀ ਆ, ਉਹ ਰਾਜਸਥਾਨ ਤੋਂ ਨੇ, ਸ਼ਖਾਵਤ ਫੈਮਿਲੀ 'ਚੋਂ ਨੇ, ਆਈ ਥਿੰਕ ਉਹਨਾਂ ਦੀ ਗਾਂਧੀ ਗਾਂ। ਉਹ ਮੈਨੂੰ ਇੰਸਟਾਗ੍ਰਾਮ 'ਤੇ ਸੰਪਰਕ ਕਰਦੇ ਨੇ ਜੀ, ਪ੍ਰਬਲ ਸਿੰਘ ਤੋਮਰ, ਕਿ ਤੁਹਾਡੇ ਕੋਲ ਜਿਹੜੇ ਪਿਸਤੌਲ ਨੇ, ਗੰਨਾਂ ਨੇ, ਉਹ ਮੈਨੂੰ ਬੜੀਆਂ ਪਸੰਦ ਆਈਆਂ, ਤੁਸੀਂ ਮੈਨੂੰ ਕੋਈ ਇਹੋ ਜਿਹਾ ਆਟੋਮੈਟਿਕ ਜਿਹੜਾ ਹੈਗਾ ਵੈਪਨ ਉਹ ਭੇਜੋ। ਉਦੋਂ ਮੈਂ ਹੋਰ ਵੀ ਪੰਜਾਬ ਦੇ ਪੋਲੀਟੀਸ਼ੀਅਨਾਂ ਦੇ ਸੰਪਰਕ ਸੀਗਾ ਜੀ, ਕਿਉਂਕਿ ਬਾਬਾ ਜੀ ਕਰਕੇ, ਦਾਦਾ ਜੀ ਕਰਕੇ, ਚੰਦੂ ਮਾਜਰਾ ਸਾਹਿਬ ਹੋਰ ਹੋ ਕੇ ਬਥੇਰੇ ਨਾਲ ਜਾਣ ਪਛਾਣ, ਕਈ ਪੋਲੀਟੀਸ਼ੀਅਨਾਂ ਨੇ ਮੈਨੂੰ ਇਹ ਚੀਜ਼, ਕਿਉਂਕਿ ਮੈਂ ਉਹ ਇੰਸਟਾਗ੍ਰਾਮ 'ਤੇ ਫੋਟੋਆਂ ਪਾਉਂਦਾ ਰਹਿੰਦਾ ਸੀ, ਕਦੇ AK-47 ਦੀ ਪਾ ਦਿੱਤੀ ਸੀ, ਕਦੇ ਕਿਸੇ ਦੀ ਪਾ ਦਿੱਤੀ। ਸੋ ਗੱਲ ਚੱਲਦੀ ਚੱਲਦੀ ਗੱਲ ਆ ਗਈ ਜੀ ਭੰਗ 'ਤੇ, ਉਹ ਬਿਜ਼ਨਸ 'ਤੇ ਜਦੋਂ ਗੱਲ ਆਈ ਵੀ ਤੁਸੀਂ ਕੀ ਕਰਦੇ ਹੋ, ਮੈਂ ਕਿਹਾ ਜੀ ਮੈਂ ਬਲੂਬੇਰੀ ਦਾ ਫਾਰਮਿੰਗ ਸ਼ੁਰੂ ਕੀਤੀ ਸੀ, ਪਰ ਬਲੂਬੇਰੀ ਦਾ ਇੱਥੇ ਰੇਟ ਰੂਟ ਹੈਣੀ ਵੀ ਜਾਂ ਤਾਂ ਆਪ ਹੈ ਕਰਕੇ ਇਹਦੇ ਵਿੱਚ ਮੁਨਾਫਾ ਵੀ, ਮੈਂ ਫਿਰ ਭੰਗ ਦੇ ਵਿੱਚ ਟਰਾਈ ਕੀਤਾ, ਕਿਉਂਕਿ ਇੱਥੇ ਲੀਗਲ ਹੈ ਜੀ ਭੰਗ, 2017 ਦੇ ਵਿੱਚ ਇਹਨੂੰ ਡੀਕ੍ਰਿਮੀਨਲਾਈਜ਼ ਕਰ ਦਿੱਤਾ ਗਿਆ, ਪਰ ਲੀਗਲ ਇਹ ਬਹੁਤ ਚਿਰ ਦੀ ਹੈ, ਜਦੋਂ ਮੈਡੀਕਲ ਯੂਜ਼ ਵਾਸਤੇ ਹੈ ਜਿਹੜੀ ਜੀ। ਅਤੇ ਉਹ ਕਹਿੰਦੇ ਜੀ ਕਿੰਨਾ ਪ੍ਰੋਫਿਟ ਆ ਜੀ, ਮੈਂ ਕਿਹਾ ਜੀ 300% ਤੱਕ ਪ੍ਰੋਫਿਟ ਆ, ਉਦੋਂ ਹਲੇ ਇਹ ਡੀਕ੍ਰਿਮੀਨਲਾਈਜ਼ ਹੋਈ ਨਹੀਂ, ਡੀਕ੍ਰਿਮੀਨਲਾਈਜ਼ ਹੋਣ ਤੋਂ ਬਾਅਦ 150% ਰਹਿ ਗਏ ਸਾਲ ਦਾ ਪ੍ਰੋਫਿਟ। ਸੋ ਇਹ ਕਹਿੰਦੇ ਜੀ ਵੀ ਸਾਡਾ ਇਹਦੇ ਵਿੱਚ ਇੰਟਰਸਟ ਆ, ਅਸੀਂ ਇਹ ਚੀਜ਼ ਕਰਨੀ ਚਾਹੁੰਦੇ, ਤੁਸੀਂ ਇੰਡੀਆ ਆਓ ਜੀ। 2019 'ਚ ਮੈਂ ਇਹਨਾਂ ਨੂੰ ਮਿਲਣ ਜਾਂਦਾ ਜੀ, ਪ੍ਰਬਲ ਸਿੰਘ ਤੋਮਰ ਨੂੰ, ਮੈਨੂੰ ਇਹਨਾਂ ਨੇ ਸਿਫਾਰਿਸ਼ ਕੀਤੀ ਵੀ ਮੇਰੇ ਵਾਸਤੇ 3 ਫੋਨ ਲੈ ਕੇ ਆਇਓ, ਆਈਫੋਨ, ਇੱਕ ਜੇ ਹੋ ਸਕੇ ਟੈਬਲੇਟ ਲੈ ਕੇ ਆਇਓ, ਬਾਕੀ ਮੈਂ ਕੱਪੜਾ ਲੀੜਾ ਆਪਦੇ ਕੋਲੋਂ ਲੈ ਗਿਆ ਜੀ ਗਿਫਟ। ਅਤੇ ਇਹਨਾਂ ਵਾਸਤੇ ਮੈਂ ਸੈਂਪਲ ਲੈ ਕੇ ਗਿਆ ਜੀ, ਹਾਲਾਂਕਿ ਉਹ ਬਹੁਤ ਡੇਂਜਰਸ ਆ ਜੀ, ਕਿਤੇ ਮੈਂ ਫੜਿਆ ਜਾਵਾਂ ਅਤੇ ਪਤਾ ਨਹੀਂ ਸਿੰਘਾਪੁਰ ਆ ਕੇ ਕਿਤੇ ਅੜਕ ਜਿਹੇ ਬੰਦਾ ਤਾਂ ਗਿਆ। ਮੈਂ ਸੈਂਪਲ ਕਾਹਦਾ? ਹੈਂਡ ਬੈਗ 'ਚ ਭੰਗ ਦਾ ਜੀ, ਭੰਗ ਦਾ ਤਕਰੀਬਨ ਪਾਈ ਆ ਸਾਰੀ, ਅਜੇ ਮੈਨੂੰ ਥੋੜ੍ਹੀ ਮੋਟੀ ਬਹੁਤ ਜਾ। ਅਤੇ ਉਹ ਲੈ ਕੇ ਗਿਆ, ਅਤੇ ਨਾਲ ਮੈਂ ਇੱਕ ਚੀਜ਼ ਲੈ ਕੇ ਗਿਆ ਜਿਹਨਾਂ ਵਾਸਤੇ ਬੜੀ ਸਪੈਸ਼ਲ, ਇਲੈਕਟ੍ਰੋਨਿਕ ਡਿਵਾਈਸ ਆਉਂਦੀ ਹੈ ਜੀ ਇੱਕ, ਜਿਹਦੇ ਵਿੱਚ ਭੰਗ ਪਾ ਕੇ ਪੀਤੀ ਜਾਂਦੀ ਹੈ, ਕੈਨੇਡਾ ਵਾਲੇ, ਅਮੈਰੀਕਾ ਵਾਲੇ ਸਾਰੇ ਜਾਣਦੇ ਹੋਣਗੇ ਉਸ ਚੀਜ਼ ਨੂੰ, ਤੰਬਾਕੂ ਵੀ ਕਈ ਉਹ 'ਚ ਪੀਂਦੇ ਆ। ਉਹ ਲੈ ਕੇ ਗਿਆ ਜੀ ਮੈਂ, ਉਹ ਚਾਰਜ ਹੋ ਜਾਂਦੀ ਹੈ, ਅਤੇ ਉਹ ਬੜੀ ਸੋਹਣੀ ਲੱਗੀ ਜੀ, ਇਹਨਾਂ ਨੂੰ ਬੜੀ ਵਧੀਆ ਲੱਗੀ। ਇਹਨਾਂ ਨੇ ਫਿਰ ਮੇਰੀ ਬਾਈ ਜੀ ਜਾਣਕਾਰੀ, ਆਪਣੀ ਜਾਣ ਪਛਾਣ ਕਰਾਈ ਦਵਿੰਦਰ ਨਾਲ, ਦਵਿੰਦਰ ਦੇ ਨਾਲ ਅਸੀਂ ਬੈਠੇ, ਉਹ ਵੀਡੀਓ ਦਵਿੰਦਰ ਪ੍ਰਬਲ ਦਾ ਵੱਡਾ ਭਰਾ ਔਰ ਤੋਮਰ ਸਾਹਿਬ ਦਾ ਵੱਡਾ ਬ੍ਰਦਰ ਜੀ। ਹਾਂਜੀ,
ਅਸੀਂ ਬੈਠੇ ਜੀ ਲਿਵਿੰਗ ਰੂਮ 'ਚ, ਉੱਥੇ ਨੰਬਰ 3 ਕ੍ਰਿਸ਼ਨਾ ਮੈਨਨ ਮਾਰਗ 'ਤੇ ਮੈਂ ਇਹਨੂੰ ਗੈਸਟ ਹਾਊਸ 'ਚ ਰੱਖਿਆ ਗਿਆ, ਅਤੇ ਅਸੀਂ ਜਦੋਂ ਦੁਪਹਿਰੇ ਮੀਟਿੰਗ 'ਤੇ ਮਿਲੇ, ਉਹਨਾਂ ਨੇ ਇੰਟਰੋਡਿਊਸ ਕਰਾਇਆ ਵੀ ਐਂ ਕਰਕੇ ਆਪਾਂ ਇਨਵੈਸਟਮੈਂਟ ਕਰਨੀ ਇਹਨਾਂ ਨਾਲ, ਉਹ ਕਹਿੰਦੇ ਜੀ ਠੀਕ ਆ ਕੋਈ ਗੱਲ ਨਹੀਂ, ਹਲੇ ਤਾਂ ਪੈਸਾ ਹੈ ਨਹੀਂ ਪਰ ਆ ਜਾਊਗਾ ਆਪਾਂ, ਅਤੇ ਉਹ ਫਿਰ ਗੱਲਾਂ ਗੱਲਾਂ ਜਦੋਂ ਗਿਫਟ ਗੁਫਟ ਹੋ ਗਏ ਜੀ, ਮੈਂ 30-35 ਦਿਨ ਰਿਹਾ ਉਹਨਾਂ ਕੋਲ, ਅਤੇ ਇਹ ਗੱਲ ਆ ਗਈ ਜੀ ਕਿ ਵੀ ਜੇ ਹੋਰ ਕੋਈ ਪਾਰਟੀ ਇਹੋ ਜਿਹੀ ਹੋਵੇ ਤੁਹਾਡੇ ਕੋਲੇ ਵੀ ਜਿਨ੍ਹਾਂ ਨੂੰ ਕੋਈ ਪੈਸਟੀਸਾਈਡ ਦੇ ਜਾਂ ਪੱਥਰ ਦੇ ਖਾਣਨ ਦੇ ਜਾਂ ਕੋਈ ਇਹੋ ਜਿਹੇ ਜੀ ਜੇ ਮੰਤਰੀ ਸੀਗੇ ਉਹ ਵੀ ਚਾਹੀਦੇ ਹੋਣ ਕੰਟਰੈਕਟ ਵਗੈਰਾ, ਵੀ ਉਹ ਵੀ ਆਪਾਂ ਕਰ ਸਕਦੇ। ਮੇਰੇ ਦੋਸਤ ਸੀਗੇ ਜੀ ਇੱਕ RBI ਤੋਂ ਰਿਟਾਇਰ ਨੇ ਤਿਆਗੀ ਜੀ, ਉਹ ਰੀਅਲ ਸਟੇਟ ਦਾ ਕੰਮ ਕਰਦੇ ਦਿੱਲੀ 'ਚ, ਅੱਛਾ ਅਤੇ ਉਹ ਕਹਿੰਦੇ ਜੀ ਵੀ ਉਹਨਾਂ ਨੇ ਜੀ ਜ਼ਮੀਨਾਂ ਜ਼ਮੂਨਾਂ ਵੀ ਇਹਨਾਂ ਨੂੰ ਵਿਖਾਈਆਂ ਕੋਈ ਵਧੀਆ ਨੋਇਡਾ ਅਤੇ ਉੱਥੇ ਐਰੋ ਸਿਟੀ ਕੋਲੇ ਵੀ, ਤੇ ਉਹ ਭਾਈ ਸਾਹਿਬ ਪਾਰਟੀ ਲੈ ਕੇ ਆਉਂਦੇ ਸੀ, ਚਾਹੇ ਕੋਈ ਰਾਜਸਥਾਨ ਦਾ ਬੰਦਾ, ਉਹਨੂੰ ਕੋਈ ਠੇਕਾ ਚਾਹੀਦਾ, ਕੋਈ ਫੈਕਟਰੀ ਲਾਉਣੀ ਆ, ਕੋਈ ਜਾਂ ਪੈਸਟੀਸਾਈਡ ਦੁਕਾਨਾਂ ਚੈੱਕ ਕਰਨ ਦਾ ਲਾਇਸੈਂਸ ਚਾਹੀਦਾ, ਜੀ ਪ੍ਰੋਜੈਕਟ ਆ ਤਾਂ ਉਹ 100-125 ਕਰੋੜ ਆ ਜਿਹੜਾ ਉਹ ਕਮਿਸ਼ਨ ਹੁੰਦਾ ਸੀ ਇਹਨਾਂ ਦਾ, ਜੀ ਉਹ 'ਚੋਂ 5% ਤਿਆਗੀ ਜਿਹਦਾ ਸੀ, ਤੇ 5-2% ਜਿਹੜਾ ਸੀਗਾ, ਕਿਸੇ 'ਚ 2 ਸੀ ਮੇਰਾ, ਕਿਸੇ 'ਚ 5 ਸੀ। ਚੱਲ ਪਿਆ ਜੀ ਕੰਮ, ਕੰਮ ਚੱਲ ਪਿਆ ਜੀ, ਤੇ ਦਵਿੰਦਰ ਤੋਂ ਗਾਂਹ ਮੈਂ ਭਰਜਾਈ ਸਾਡੇ ਹਰਸ਼ੀਨੀ ਉਹਦੇ ਨਾਲ ਇੰਟਰੋਡਿਊਸ ਹੋਏ ਜੀ, ਉਹਦੇ ਨਾਲ ਜਦੋਂ ਹਰਸ਼ਨੀ ਇੰਟਰੋਡਿਊਸ ਹੋਏ ਜੀ, ਜਦੋਂ ਮੈਂ ਦਵਿੰਦਰ ਕੈਨੇਡਾ ਤੋਂ ਦੀ ਜਾਣਾ, ਵਾਈਫ ਜਾਂ ਕਿ ਦੀ ਵਾਈਫ, ਵਾਈਫ ਦਵਿੰਦਰ ਦੀ ਵਾਈਫ, ਪ੍ਰਬਲ ਦੀ ਹਰਸ਼ਨੀ ਸ਼ਾਦੀ ਨਹੀਂ ਹੋਈ। ਤੋਮਰ, ਹਾਂਜੀ ਨਿਵੇਦਿਤਾ ਜਿਹੜੀ ਇਹਨਾਂ ਦੀ ਭੈਣ ਆ, ਉਹਦੀ ਤਾਂ ਹੁਣੇ ਪਿੱਛੇ ਜੇ ਸ਼ਾਦੀ ਹੋਈ ਆ, ਤੇ ਮੈਨੂੰ ਪੱਕਾ ਡਰਾਈਵਰ ਮਿਲਿਆ ਹੋਇਆ ਸੀ ਬਾਈ ਜੀ, ਗੱਡੀ ਦੀ ਮੈਂ ਫੋਟੋ ਪਾਈ ਆ, ਤੁਹਾਨੂੰ ਦੇ ਵੀ ਦਿਓ ਕਿਹੜੀ ਗੱਡੀ ਕਿਹੜਾ ਨੰਬਰ ਸੀ, ਉੱਥੇ ਮੈਂ ਲੋਕਡਾਊਨ 'ਚ ਪੰਜਾਬ ਆਪਦੇ ਘਰੇ ਵੀ ਗਿਆ, ਮੈਂ ਭਕਾਉਂਦਾ ਕਿਉਂਕਿ ਉਹ ਸਟਿੱਕਰ ਲੱਗਿਆ ਹੁੰਦਾ ਸੀ ਮੂਹਰੇ, ਰੋਕਦਾ ਨਹੀਂ ਸੀ ਕੋਈ ਉਸ ਗੱਡੀ, ਭਾਰਤ ਸਰਕਾਰ ਦੀ ਗੱਡੀ, ਡਰਾਈਵਰ ਮਿਲਿਆ ਸੀ, 2 ਗਨਮੈਨ ਹੁੰਦੇ ਸੀ, ਅਤੇ ਜੀ ਉਹ ਤਿਆਗੀ ਜੀ ਬਾਈ ਜੀ ਲਿਆਉਂਦੇ ਸੀ ਕਿ ਪਾਰਟੀ ਆਪਾਂ ਗਾਂ ਇੰਟਰੋਡਿਊਸ ਕਰਾਉਂਦੇ ਸੀ, ਅਤੇ ਚੱਲ ਪਿਆ ਜੀ ਕੰਮ। ਫਿਰ ਜਦੋਂ ਮੈਂ ਕੈਨੇਡਾ ਤੋਂ ਜਾਣਾ ਨਹੀਂ, ਤਾਂ ਹਰਸ਼ੀਨੀ ਨੇ ਮੈਨੂੰ ਲਿਸਟ ਭੇਜਣੀ ਵੀ ਇਹੋ ਜੀ, ਮੈਨੂੰ ਲੂਈ ਵਟਾਨ ਦੀ ਲਿਪਸਟਿਕ, ਇਹੋ ਜੀ ਮੈਨੂੰ ਕਰੀਮ, ਸਾਰੀ ਲਿਸਟ ਭੇਜਣੀ ਜੀ ਮੈਂ ਲੈ ਕੇ ਜਾਣੀ। ਜਦੋਂ ਕਦੇ ਮੈਂ ਨਾ ਜਾ ਹੋਣਾ ਜੀ, ਮੈਂ ਟੈਚੀ 'ਚ ਪੂਰੇ ਦਾ ਪੂਰਾ ਸੂਟ ਕੇਸ ਪੂਰਾ ਭਰ ਕੇ ਇੱਥੋਂ ਸਫੋਰਾ ਤੋਂ ਲੈ ਕੇ ਚੀਜ਼ਾਂ, ਘੱਟੋ ਘੱਟ $50-60 ਹਜ਼ਾਰ ਦਾ ਮੇਕਅਪ ਦਾ ਸਮਾਨ, ਅਤੇ ਵਿੱਚ ਉਹਦੇ ਕਈ ਇਹੋ ਜਿਹੇ ਡੱਬੇ ਹੁੰਦੇ ਆ ਜੀ ਜਿਹੜੇ ਮਾਸਕ ਭੇਜ ਦੇਣੇ, ਇਹਨਾਂ ਨੇ ਕਲੀਅਰ ਕਰਵਾ ਲੈਣੀ ਉੱਥੋਂ ਕਸਟਮ 'ਚੋਂ ਜੇ ਕੋਈ ਜਾਣਾ। ਤੇ ਉਹ 20-20 ਤੱਕ ਸਾਡਾ ਇਹ ਚੱਲਿਆ ਜੀ ਪੂਰਾ, 20-20 ਮਾਰਚ ਨੂੰ ਮੈਂ ਜਾਣਾ ਜੀ ਇਹਨਾਂ ਦੇ ਕੋਲੇ, ਤੇ ਲੋਕਡਾਊਨ ਹੋ ਜਾਂਦਾ ਕੁਦਰਤ, 17 ਮਾਰਚ ਨੂੰ ਸਾਰੇ ਹੋਟਲ ਬੰਦ ਕਰ ਦਿੱਤੇ ਜਾਂਦੇ ਨੇ ਜੀ, ਮੈਂ ਹੋਟਲ ਤੋਂ ਇਹਨਾਂ ਦੇ ਘਰੇ ਆ ਜਾਂਦਾ, ਉਹਨਾਂ ਦੀ ਵਿਵਸਥਾ ਕਿੱਥੇ ਕਰੀਏ, ਕਿਉਂ ਇਹ ਪੂਜਾ ਪਾਠ ਵਾਲੇ ਬੰਦੇ ਤੇ ਅਸੀਂ ਪੈਗ ਸ਼ੈਗ ਲਾਉਣ ਵਾਲੇ ਬੰਦੇ। ਉਹ ਫਿਰ ਨਰਾਇਣ ਬਹਾਦਰ ਜਿਹੜਾ ਨੇਪਾਲੀ ਸੀਗਾ ਡਰਾਈਵਰ, ਮੈਨੂੰ ਉਹਦੇ ਨਾਲ ਸੈੱਟ ਕਰ ਦਿੱਤਾ ਜਾਂਦਾ ਇੱਕ ਫਲੈਟ ਦੇ ਵਿੱਚ, ਵੀ ਤੂੰ ਇਹਦਾ ਖਿਆਲ ਰੱਖਣਾ, ਇੱਥੇ ਹੀ ਮੈਂ ਆਇਆ ਕਰੂੰਗਾ, ਪ੍ਰੋਬਲਮ ਵੀ ਆਉਂਦਾ ਸੀ ਉੱਥੇ, ਅਸੀਂ ਉੱਥੇ ਹੀ ਬੈਠ ਕੇ ਸਮੋਕ ਸਮਾਕ ਵੀ ਕਰਦੇ ਸੀਗੇ, ਦਾਰੂ ਪਿਆਲਾ ਵੀ ਪੀਂਦੇ, ਸਾਰਾ ਕੁਝ ਕਰਦੇ। ਤੇ ਉਹ 11 ਮਈ ਨੂੰ ਉੱਥੋਂ ਮੈਂ ਵਾਪਸ ਆਇਆ ਜੀ। ਹੁਣ ਗੱਲ ਆ ਜਾਂਦੀ ਹੈ ਜੀ ਇਹ ਵੀਡੀਓ ਰਿਲੀਜ਼ ਹੋਣ ਦੀ, ਜੀ ਇਹ ਵੀਡੀਓ ਕਿਸੇ ਫੋਨ ਨਾਲ ਨਹੀਂ ਬਣਾਈ ਹੋਈ, ਇਹ ਉਸ ਕਮਰੇ 'ਚ ਜਿੱਥੇ ਮੈਂ ਬੈਠਾ ਮੇਰੇ ਫਾਰਮ ਹਾਊਸ 'ਤੇ, ਉੱਥੇ ਉਹ ਡਰੋਨ ਜਿਵੇਂ ਛੋਟੇ ਕੈਮਰੇ ਹੁੰਦੇ ਨਾ, ਉਹਦੇ ਵਿੱਚ ਵੀਡੀਓ ਬਣੀ ਹੋਈ ਹੈ। ਇਹ ਜਦੋਂ DVR 'ਚ ਚਲੀ ਗਈ ਤਾਂ ਮੇਰਾ ਮੈਨੇਜਰ ਆ, ਉਹ ਕਹਿੰਦਾ ਵੀ ਇਹ ਵੀਡੀਓ ਆਈ ਮੇਰੇ ਕੋਲ, ਮੈਂ ਕਿਹਾ ਮੇਰੇ ਫੋਨ 'ਚ ਭੇਜ ਦੇ, ਕੋਈ ਨਾ ਇਹ ਡਿਲੀਟ ਕਰ ਦੇ, ਕਿਉਂਕਿ ਉਹ ਜਿਹੜਾ ਬਿਜ਼ਨਸ ਹੈ ਨਾ ਜੀ ਉਹ ਬਹੁਤ ਡੇਂਜਰਸ ਬਿਜ਼ਨਸ ਆ, ਕਈ ਵਾਰ ਤੁਹਾਨੂੰ ਪਿਸਤੌਲ ਦੀ ਨੋਕ ਜਿਹੜੀ ਕਰਾ ਤੁਸੀਂ ਦੇਣੀ ਉਹ ਹੈ ਵਟਸਐਪ ਤਾਂ ਤੇ ਗੱਲ ਲੁੱਟ ਕਰ ਲਓ ਰਹੇ ਹੋ ਦਵਿੰਦਰ ਤੋਮਰ ਦੇ ਨਾਲ, ਤੇ ਉਹ ਵੀਡੀਓ ਬਣੀ, ਤੁਸੀਂ ਉਹਦੀ ਗੱਲ ਕਰ ਰਹੇ ਹੋ? ਹਾਂ ਉਸੇ ਦੀ ਜੀ। ਉਹ 2-3 ਵੀਡੀਓ ਹਲੇ 4-5 ਨੇ ਜੀ, ਉਹ 2-3 ਨਹੀਂ ਹੈ, 2-3 ਹੋਰ ਨੇ ਉਹਦੇ ਵਿੱਚ ਜਿਹਦੇ ਵਿੱਚ ਮੇਰਾ ਚਿਹਰਾ ਵੀ ਆਊਗਾ। ਸੋ ਉਹ ਵੀਡੀਓ ਬਣ ਗਈ ਹੈ ਜੀ, ਮੇਰੇ ਫੋਨ 'ਚ ਰਹਿ ਗਈ। ਬਿਜ਼ਨਸ ਚੱਲ ਰਿਹਾ ਸੀਗਾ ਜੀ, ਇੱਥੇ ਜ਼ਮੀਨ ਖਰੀਦੀ ਨਿਊ ਬਨਸਵਿਕ, ਜ਼ਮੀਨ ਖਰੀਦੀ ਉੱਥੇ, ਇਹਨਾਂ ਦਾ ਪ੍ਰੋਜੈਕਟ ਲਵਾਇਆ ਹੈ ਜੀ, ਵੀ ਆਹ ਤੁਹਾਡਾ ਭਾਈ ਪ੍ਰੋਜੈਕਟ, ਇੰਨੇ ਤੁਹਾਨੂੰ ਆਮਦਨ ਆਊਗੀ, ਇਹ 'ਚ ਇੰਨਾ ਇਨਵੈਸਟ ਹੋਊਗਾ। ਹੁਣ ਉਹਦੇ ਵਿੱਚ ਸਿਰਸਾ ਸਾਹਿਬ ਦਾ ਜਦੋਂ ਜ਼ਿਕਰ ਆਉਂਦਾ ਨਾ ਜੀ, ਕੀ ਹੁੰਦਾ ਸੀ ਵੀ ਜਦੋਂ ਕਿਤੇ ਕੈਸ਼ ਪੈਸਾ ਫਸ ਜਾਂਦਾ ਸੀ ਵੀ ਕੈਸ਼ ਤੋਂ ਵਾਈਟ ਕਰਨਾ, ਤਾਂ ਉਦੋਂ ਸਿਰਸਾ ਸਾਹਿਬ ਪਿਕਚਰ ਜਾਉਂਦੇ ਸੀ। ਮੈਂ ਪੁੱਛਿਆ ਜੀ ਵੀ ਇੱਦਾਂ ਕਰਕੇ ਕੈਸ਼, ਉਹ ਕਹਿੰਦੇ ਜੀ ਹੈਗੇ ਆਪਣੇ ਵੀ ਪ੍ਰਧਾਨ ਨੇ ਗੁਰਦੁਆਰਾ ਸਾਹਿਬ ਦੇ, ਵੀ ਉਹਨਾਂ ਨੂੰ ਕੈਸ਼ ਦੇ ਦੇਈਦਾ, ਉਹਨਾਂ ਤੋਂ ਵਾਇਰ ਵਗੈਰਾ ਜਿਹੜੀ ਹੈਗੀ ਲੈ ਦੇ। ਇਹਨਾਂ ਦੇ ਬ੍ਰਦਰ ਰਹਿੰਦੇ ਨੇ ਜੀ ਜੋਰਜੀਆ, ਜਿਹੜਾ ਰਸ਼ੀਆ ਕੋਲ ਜੋਰਜੀਆ, ਰੋਹਿਤ ਤੋਮਰ ਜੀ ਦਾ ਜ਼ਿਕਰ ਆਉਂਦਾ। ਰੋਹਿਤ ਤੋਮਰ, ਜੇ ਤੁਸੀਂ ਇਹਨਾਂ ਦੀਆਂ ਸਾਰੀਆਂ ਕੰਪਨੀਆਂ ਦੀ ਡਿਟੇਲ ਕੱਢੋਗੇ ਨਾ, ਸ਼ਾਰਦਾ ਪਾਵਰ, ਸ਼ਾਰਦਾ
ਇੰਟਰਪ੍ਰਾਈਜ਼ ਰੋਹਿਤ ਦਵਿੰਦਰ ਤੇ ਪ੍ਰਬਲ ਉਹਦੇ ਵਿੱਚ ਹਿੱਸੇਦਾਰ ਨੇ, ਵਿੱਚ ਇਹਨਾਂ ਦੀ ਮਦਰ ਵੀ ਹਿੱਸੇਦਾਰ ਨੇ ਕਈ ਕੰਪਨੀ। ਚਲੋ ਉਹ ਤਾਂ ਚੱਲ ਪਿਆ ਜੀ ਕੰਮ ਭੰਗ ਵਾਲਾ ਤਾਂ, ਇਹ ਕਹਿੰਦੇ ਇੰਡੀਆ 'ਚ ਵੀ ਲੌਬੀ ਕਰਨੀ ਸਟਾਰਟ ਕਰੀਏ। ਲੌਬੀ ਕਰਨੀ ਸਟਾਰਟ ਹੋ ਗਈ ਜੀ, ਪੈਸੇ ਦੇਣ ਲੱਗ ਗਏ ਜਿਹੜੇ ਲੌਬੀਇਸਟ ਸੀਗੇ। ਉਹਦਾ ਨਤੀਜਾ ਇਹ ਨਿਕਲਿਆ ਜੀ, ਹੁਣ ਜਿਹੜਾ ਜੰਮੂ ਕਸ਼ਮੀਰ 'ਚ ਪ੍ਰੋਜੈਕਟ ਲੱਗਿਆ ਹੋਇਆ ਸਰਕਾਰੀ, ਉਹ 'ਚ ਜੇ ਕੋਈ ਮੀਡੀਆ ਘੋਖ ਕਰੂਗਾ ਵੀ ਉਹਦਾ ਕਿਹਦਾ ਪੈਸਾ ਲੱਗਿਆ, ਉਹਦੇ ਵਿੱਚ ਕਿਹਨੇ ਕਰਾਇਆ, ਭੰਗ ਦੀ ਖੇਤੀ ਹੋ ਰਹੀ ਹੈ ਜੰਮੂ ਕਸ਼ਮੀਰ 'ਚ, ਇੰਡੀਆ ਗੌਰਮੈਂਟ ਕਰ ਰਹੀ ਹੈ, ਅਤੇ ਜਿਹੜੀ ਕੈਨੇਡੀਅਨ ਕੰਪਨੀ ਨਾਲ ਉਹ ਐਸੋਸੀਏਟ ਆ, ਉਹ ਬੰਦੇ ਨੂੰ ਮੈਂ ਜਾਣਦਾ, ਉਹਦੀ ਕੋਈ ਰਿਸਰਚ ਕਰੂਗਾ ਪਤਾ ਲੱਗ ਜੂ ਵੀ ਕਿਹਦਾ ਕਿੰਨਾ ਪੈਸਾ ਲੱਗੇ। ਅੱਛਾ ਜੀ, ਆਉਣ ਵਾਲੇ 5-7 ਸਾਲਾਂ 'ਚ ਇੰਡੀਆ ਸਰਕਾਰ ਵੀ, ਇੰਡੀਆ 'ਚ ਜਿਵੇਂ ਕੈਨੇਡਾ 'ਚ ਥਾਂ ਥਾਂ ਡਿਸਪੈਂਸਰੀਆਂ ਖੁੱਲ੍ਹੀਆਂ ਹੋਈਆਂ ਨੇ ਭੰਗ ਦੀਆਂ, ਉਹ ਖੁੱਲ੍ਹਣਗੀਆਂ ਜੀ। ਕਿਉਂ? ਕਿਉਂ ਅਫੀਮ ਆ ਜੀ ਜਿਹੜੀ ਉਹ WHO ਨੂੰ ਜਿੰਨੀ ਹੁਣ ਅਫੀਮ ਪੈਦਾ ਹੁੰਦੀ ਹੈ, ਉਦੋਂ 5 ਗੁਣਾ ਅਫੀਮ ਚਾਹੀਦੀ ਹੈ WHO। ਅੱਛਾ, ਅਫਗਾਨਿਸਤਾਨ 'ਚੋਂ ਜੇ US ਨਿਕਲਿਆ, ਉਹ ਐਸੇ ਨਹੀਂ ਨਿਕਲਿਆ, US ਉਹਨਾਂ ਨਾਲ ਡੀਲ ਕਰਕੇ ਨਿਕਲਿਆ ਅੰਡਰ ਦੀ ਟੇਬਲ ਵੀ ਜਿੰਨੀ ਤੁਸੀਂ ਗਰੋ ਕਰਦੇ ਹੋ ਸਾਨੂੰ 5 ਗੁਣਾ ਅਫੀਮ ਚਾਹੀਦੀ ਹੈ, ਜੰਗਾਂ ਲੱਗਣੀਆਂ ਸਾਨੂੰ ਫੌਜੀਆਂ ਵਾਸਤੇ ਮੋਰਫੀਨ ਅਤੇ ਕੋਡੀਨ ਚਾਹੀਦੀ। ਆਪਾਂ ਨੂੰ ਆਮ ਲੋਕਾਂ ਨੂੰ ਮੋਰਫੀਨ ਕੋਡੀਨ ਮਿਲਣੀ ਹੋਸਪਿਟਲਾਂ 'ਚੋਂ ਬੰਦ ਹੋ ਜੂ, ਖੰਘ ਦੀਆਂ ਦਵਾਈਆਂ 'ਚ ਮੋਰਫੀਨ ਕੋਡੀਨ ਪੈਣੀ ਬੰਦ ਹੋ ਜੂਗੀ। ਸਿਰਫ ਭੰਗ ਦਾ ਪੇਨ ਕਿਲਰ, ਕਿਉਂਕਿ ਬਹੁਤ ਵਧੀਆ ਇਹ ਪੇਨ ਕਿਲਰ ਆ, ਗੋਡੇ ਦੇ ਜੋੜ, ਪਿੱਠ ਦੇ ਜੋੜ, ਐਨਜਾਇਟੀ, ਗਲੂਕੋਮਾ, ਆਪਣਾ ਆਟਿਜ਼ਮ, ਇਹ 'ਚੋਂ 27-28 ਬਿਮਾਰੀਆਂ ਦੀਆਂ ਦਵਾਈਆਂ ਬਣਦੀਆਂ ਜੀ, ਤਾਂ ਕਰਕੇ ਇਹ 'ਚ ਪੈਸਾ ਅੱਛਾ ਫਾਰਮਾਸਿਟੀਕਲ ਨੂੰ ਜਾਂਦਾ ਹੈ। ਅਤੇ ਇਨਡੋਰ ਖੇਤੀ ਹੁੰਦੀ ਹੈ ਇਹਦੀ, ਆਊਟਡੋਰ ਖੇਤੀ ਨਹੀਂ ਹੁੰਦੀ। ਆਊਟਡੋਰ ਸਿਰਫ ਇੰਡੀਆ 'ਚ ਹੁੰਦੀ ਹੈ, ਹਿਮਾਚਲ ਜਾਂ ਜੰਮੂ 'ਚ ਕਰ ਸਕਦੇ ਹੋ। ਦੂਸਰਾ ਜਿਹੜਾ ਸਾਡਾ BC ਦੀ ਭੰਗ ਆ ਨਾ ਜੀ, ਉਹ No. 1 ਆ ਵਰਲਡ 'ਚ। ਜੇ ਮੰਨ ਕੇ ਚਲੋ ਬਲੈਕ ਮਾਰਕੀਟ ਜਿਹੜੇ ਕਰਦੇ ਨੇ, ਉਹ ਇੱਕ ਕੋਕਿਨ ਦਾ ਟਰੱਕ ਲੈਂਦੇ ਨੇ ਅਤੇ ਇੱਕ ਭੰਗ ਦਾ ਦਿੰਦੇ ਨੇ, ਸਭ ਨੂੰ ਪਤਾ ਇੱਥੇ ਜਿਹੜੇ ਇਹ ਬਿਜ਼ਨਸ ਕਰਦੇ। ਅਸੀਂ ਤਾਂ ਚਲੋ ਮੈਡੀਕਲੀ ਯੂਜ਼ ਕਰਦੇ ਹਾਂ, ਮੈਡੀਕਲ ਦਾ ਗਰੋ ਕਰਦੇ। ਚਲੋ ਬਾਈ, ਜਦੋਂ ਉਹ 'ਚ ਚੱਲੀ ਗਿਆ ਕੰਮ, ਫਿਰ ਇਹ ਕਹਿੰਦੇ ਜੀ ਵੀ ਅਸੀਂ ਯੂਨੀਵਰਸਿਟੀ ਕੋਈ ਖਰੀਦਣੀ ਚਾਹੁੰਦੇ ਹਾਂ ਇੱਥੇ ਪ੍ਰਾਈਵੇਟ। ਜਾਰਜੀਆ ਦੇ ਵਿੱਚ ਜ਼ਮੀਨ ਬਹੁਤ ਖਰੀਦੀ ਹੋਈ ਹੈ ਜੀ ਇਹਨਾਂ ਨੇ। ਸੋ ਕੀ ਹੁੰਦਾ ਜੀ ਵੀ ਇਹ ਕੰਮ ਤਾਂ ਚੱਲੀ ਜਾਂਦਾ, ਅਤੇ ਮੈਂ 2021 June 20 ਨੂੰ ਇਹਨਾਂ ਨੂੰ 15 ਦਿਨਾਂ ਲਈ ਮਿਲਣ ਜਾਂਦਾ ਕਿਸੇ ਕਾਰੋਬਾਰ ਦੇ ਸਿਲਸਿਲੇ 'ਚ ਦੁਬਾਰਾ ਜੀ, ਹਾਂ। ਅਤੇ ਉੱਥੇ ਮੈਨੂੰ ਏਅਰਪੋਰਟ 'ਤੇ ਬਿਠਾ ਲਿਆ ਜਾਂਦਾ ਜੀ, ਫੋਨ ਮੇਰਾ ਲੈ ਲਿਆ ਜਾਂਦਾ, ਅਤੇ 4-5 ਘੰਟੇ ਜਦੋਂ ਲੱਗ ਗਏ ਜੀ, ਮੈਂ ਕੀ ਗੱਲ ਆ, ਉਹਨਾਂ ਮੈਨੂੰ ਦੱਸਣ, ਉਹ ਕਹਿੰਦੇ ਜੀ ਤੁਹਾਨੂੰ ਅਸੀਂ ਫਿਰੋਜ਼ਪੁਰ ਪੁਲਿਸ ਦੇ ਹਵਾਲੇ ਕਰਾਂ। ਮੈਂ ਕਿਹਾ ਜੀ ਠੀਕ ਹੈ, ਵੀ ਗੱਲ ਕੀ ਹੋਈ ਆ? ਕਹਿੰਦੇ ਇਹ ਨਹੀਂ ਦੱਸ ਸਕਦੇ, ਤੁਸੀਂ SSP ਨਾਲ ਗੱਲ ਕਰ ਸਕਦੇ, ਤੁਸੀਂ ਕਰਨੀ ਆ। ਹੁਣ ਮੈਂ SSP ਨਾਲ, ਮੈਂ ਇਹਨਾਂ ਨੂੰ ਕਰਾਂ ਜੀ ਫੋਨ, ਉੱਧਰੋਂ ਫੋਨ ਨਾ ਚੱਕਣ, ਸਵੇਰ ਦਾ ਟਾਈਮ 4 ਵਜੇ ਫਲਾਈਟ ਉੱਤਰੀ ਜਾ ਕੇ ਉਹ ਸੁੱਤੇ ਹੁੰਦੇ ਆ ਸਾਰੇ। ਟੈਕਸੀ ਲੈ ਕੇ ਮੈਂ ਜਾਣਾ ਸੀਗਾ ਉੱਥੇ, No. 3 ਕ੍ਰਿਸ਼ਨਾ ਮੈਨਨ ਨੂੰ। ਤਾਂ ਮੈਨੂੰ ਉੱਥੋਂ ਅਰੈਸਟ ਕਰਕੇ ਫਿਰੋਜ਼ਪੁਰ ਪੁਲਿਸ ਜਦੋਂ ਲੈ ਕੇ ਜਾਂਦੀ ਆ, ਉਹ ਮੈਨੂੰ ਦੱਸਦੇ ਆ ਜੀ ਵੀ 2015 'ਚ ਕੋਈ ਪਰਚਾ ਹੋਇਆ ਸੀਗਾ ਤੁਹਾਡੇ ਕੰਪਨੀ ਦੀਆਂ ਜੋਬ ਆਫਰਾਂ, ਜਿਹਨੂੰ LMI ਕਹਿੰਦੇ ਨੇ, ਕੋਈ ਜਲੰਧਰ ਤੋਂ ਹਰਕੀਰਤ ਸਿੰਘ ਵੀਜ਼ਾ ਪੁਆਇੰਟ ਵਾਲਾ ਕਿਸੇ ਨੂੰ 50-60 ਲੱਖ 'ਚ ਵੇਚ ਗਈ, ਉਹ ਭੱਜ ਗਿਆ ਆਸਟ੍ਰੇਲੀਆ, ਅਤੇ ਇਹਨਾਂ ਨੇ ਤੁਹਾਡਾ ਨਾਂ FIR 'ਚ ਰੱਖਾ ਤਾ ਅਤੇ LOI ਜਾਰੀ ਕਰਾਤਾ, ਉਸ ਕਰਕੇ ਤੁਹਾਨੂੰ ਅਰੈਸਟ। ਉਹ ਬੰਦੇ ਮੈਨੂੰ ਤਲਵੰਡੀ ਭਾਈ ਥਾਣੇ ਲੈ ਗਏ ਜੀ, ਉਹਨਾਂ ਨੇ ਮੇਰਾ ਫੋਨ ਰੱਖ ਲਿਆ, ਉਸੇ ਫੋਨ 'ਚ ਹੀ ਵੀਡੀਓ ਸੀਗੀਆਂ, ਹੋਰ ਵੀ ਮੈਂ ਤੁਹਾਨੂੰ ਦੱਸ ਦਿੰਦਾ, ਮੈਂ ਵੀਡੀਓ ਰਿਲੀਜ਼ ਨਹੀਂ, ਮੈਂ ਨਹੀਂ ਕੀਤੀਆਂ ਆਪ। ਅੱਛਾ, ਇਹ ਤੁਹਾਡੇ ਕਹਿਣ ਦਾ ਤੁਸੀਂ ਨਹੀਂ ਵੀਡੀਓ ਰਿਲੀਜ਼ ਕੀਤੀ ਆ, ਤੇ ਫਿਰ ਚੱਕ ਹੀ ਦਿੱਤੇ? ਨਾ, ਮੈਂ ਤੁਹਾਨੂੰ ਦੱਸਦਾ, ਉਹਨਾਂ ਨੇ ਰੱਖ ਲਿਆ ਜੀ ਫੋਨ ਲੈ ਲਿਆ, ਉਹਨਾਂ ਨੂੰ ਪਤਾ ਸੀ ਮੇਰਾ ਤੋਮਰ ਪਰਿਵਾਰ ਨਾਲ ਹੈਗਾ, ਉਹ ਕਹਿਣ ਜੀ 2 ਕਰੋੜ ਦੇ ਦਿਓ, ਸਾਰਿਆਂ ਨਾਲ ਸਮਝੌਤਾ ਕਰਾ ਦੇਣਾ, ਤੁਹਾਡੇ 'ਤੇ 3-4 ਪਰਚੇ ਇਹਨਾਂ ਨੇ ਜਿਵੇਂ ਪ੍ਰੈਸ਼ਰ ਪਾਉਣ ਵਾਸਤੇ, ਉਹ ਹੋਰ। ਮੈਂ ਕਿਹਾ ਜਦੋਂ ਮੈਂ ਲਏ ਨਹੀਂ, ਮੈਂ ਬੰਦਿਆਂ ਨੂੰ ਵਾਈਫੇਸ ਮਿਲਿਆ ਨਹੀਂ, ਜੇ ਹਰਕੀਰਤ ਸਿੰਘ ਨਾਲ ਇਹਨਾਂ ਦੀ ਕੋਈ ਡੀਲ ਹੋਈ ਹੈ ਤੁਸੀਂ ਉਹਨਾਂ ਨੂੰ ਲੱਭੋ। ਇਹ ਕਹਿੰਦੇ ਜੀ ਉਹਨਾਂ 'ਤੇ ਤਾਂ ਲੋਕ ਲੱਗਿਆ ਹੋਇਆ ਉੱਥੇ ਜਲੰਧਰ, ਅਸੀਂ ਗਏ ਜੀ। ਮੈਂ ਕਿਹਾ ਜੀ ਫਿਰ ਮੈਂ ਇਹਦੇ ਵਿੱਚ ਕੀ ਕਰ ਸਕਦਾ? ਅਤੇ ਉਹ ਬਸ ਮੈਂ ਉੱਥੋਂ ਮੁਕਤਸਰ ਜੇਲ੍ਹ ਜੀ, ਮੁਕਤਸਰ ਜੇਲ੍ਹ ਤੋਂ ਬਠਿੰਡਾ। ਅੱਛਾ, ਉਹਦੇ ਦੌਰਾਨ ਕੀ ਹੋਇਆ ਨਾ, ਰਿਮਾਂਡ ਦੇ ਦੌਰਾਨ ਮੈਂ ਥਾਣੇਦਾਰ ਦੇ ਕਮਰੇ 'ਚ ਹੀ ਪੈਂਦਾ ਸੀਗਾ, ਆਹ ਇੱਕ ਟਿਕਟੋਕ 'ਤੇ ਮੇਰੀ ਵੀਡੀਓ ਜੀ ਵੀ ਚੱਲ ਰਹੀ ਆ, ਥਾਣੇਦਾਰ ਮੈਨੂੰ ਉੱਥੇ ਬੈੱਡ 'ਤੇ ਪੂਰੀ ਦਾਰੂ ਛਿੱਕਾ ਜਿਹੜੀ, ਕਹਿੰਦਾ ਪਰਵਾਹ ਕੋਈ ਨਹੀਂ, ਆਹ ਪਈ ਆ ਫੀਮ, ਕਹਿੰਦਾ ਆਹ ਪਈ ਆ ਦਾਰੂ, ਦੱਸ ਕਿਹੜੀ ਕੋਈ ਟੀ 'ਚੋਂ ਕੱਢਿਆ ਕਰੇ, ਅਤੇ ਮੈਂ ਪੀ ਕੇ ਫਿਰ ਟੁੱਲ ਹੋ ਕੇ ਸੌਂ ਜਾ ਕਰਾਂ। ਮੈਂ ਜਦੋਂ ਇਹਨਾਂ ਨੂੰ ਫੋਨ ਕੀਤਾ ਨਾ ਜੀ, ਨਰਾਇਣ ਬਹਾਦਰ ਨੂੰ, ਮੈਂ ਕਿਹਾ ਵੀ ਤੂੰ ਉਹਦੇ ਕੋਲ ਜਾ, ਪ੍ਰਬਲ ਅਤੇ ਦਵਿੰਦਰ ਕੋਲ ਫੋਨ ਨਹੀਂ ਚੱਕ ਰਹੇ, ਕਿਉਂਕਿ ਮੈਂ ਦੂਸਰੇ ਫੋਨ ਤੋਂ ਕਰਦਾ ਸੀ, ਮੇਰੇ ਵਾਲਾ ਫੋਨ ਚੱਲਦਾ ਨਹੀਂ ਸੀ ਕੈਨੇਡਾ ਵਾਲਾ। ਉਹ ਜਦੋਂ ਇਹਨਾਂ ਕੋਲ ਗਿਆ ਨਾ ਜੀ, ਵੀ ਐਂ ਕਰਕੇ ਜਗਵੰਤ ਜੀ ਨਾਲ ਆਹ ਗੱਲ ਹੋ ਗਈ, ਇਹ ਪੱਲਾ ਝੜ ਗਏ ਬਾਈ। ਅੱਛਾ, ਹਾਂ, ਇਹ ਕਹਿੰਦੇ ਵੀ ਜੇ ਅਸੀਂ ਇਸ 'ਚ ਹੱਥ ਪਾਇਆ ਸਾਡੀ ਬਦਨਾਮੀ।
ਚਲੋ ਖੁੰਨਸ ਤਾਂ ਮੈਨੂੰ ਵੀ ਆਈ ਵੀ ਇੰਨੇ ਕਰੋੜਾਂ ਦਾ ਸਾਲਾ ਕੰਮ ਕਰਾਇਆ ਇਹਨਾਂ ਦਾ, ਮੇਰੇ ਕੋਲ ਬੁੱਕ ਤੇ ਲਿਖੇ ਹੋਏ ਨੇ ਜਿੰਨੀਆਂ ਡੀਲਾਂ ਮੈਂ ਕਰਾਈਆਂ ਵੀ 10,000 ਕਰੋੜ ਬਣਦਾ ਉਹ, ਕੋਈ ਦੁਬਈ 'ਚ ਹੋਈ, ਕੋਈ ਮੋਰਸ਼ੀਅਸ 'ਚ ਹੋਈ, ਕੋਈ ਇਹਨਾਂ ਦੇ ਸਾਈਪ੍ਰਸ 'ਚ ਪੈਸੇ ਪਏ ਨੇ, ਕੋਪੈਂਸਕੀ ਹੋਟਲ ਦੁਬਈ 'ਚ ਸ਼ੇਅਰ ਆ ਬੇਨਾਮੀ, ਇੱਥੇ ਕੈਨੇਡਾ ਦੀਆਂ ਸੰਪੱਤੀਆਂ, ਯੂਕੇ ਦੀਆਂ, ਯੂਕੇ ਹੁਣੇ ਪਿੱਛੇ ਜੇ ਲਈਆਂ ਨੇ 2 ਵੱਡੀਆਂ ਪ੍ਰੋਪਰਟੀਆਂ। ਸੋ ਮੈਨੂੰ ਖੁੰਨਸ ਬਹੁਤ ਵਾ ਜੀ, ਖੁੰਨਸ। ਹੁਣ ਮੈਂ ਚਲੇ ਗਿਆ ਜੀ ਉੱਥੋਂ ਮੁਕਤਸਰ ਜੇਲ੍ਹ, ਫੋਨ ਮੇਰਾ ਉੱਥੇ ਪੁਲਿਸ ਕੋਲ ਸਾਰਾ ਕੁਛ ਰਹਿ ਗਿਆ। ਮੁਕਤਸਰ ਤੋਂ ਮੈਂ ਫਿਰੋਜ਼ਪੁਰ ਜੇਲ੍ਹ, ਪੇਸ਼ੀ ਪਿਆ ਕਰੇ ਜੀ ਮਹੀਨੇ ਬਾਅਦ ਉੱਥੇ, ਉਹ SI ਵੀ ਆਇਆ ਕਰੇ ਦੂਸਰਾ ਤਲਵੰਡੀ ਭਾਈ ਵਾਲਾ, ਉਹ ਕਿਹਾ ਕਰੇ ਪੈਸੇ ਦੇ ਦੇ, ਮੈਂ ਐਂ ਕਰਾ ਦਿੰਦਾ। ਮੈਂ ਪੈਸੇ ਕਿਉਂ ਦੇ, ਮੇਰੇ ਘਰ ਦੇ ਵੀ ਕਹਿਣ 1.5 ਕਰੋੜ ਦੇ ਦਿੰਦੇ। ਮੈਂ ਕਿਹਾ ਜੀ ਕਾਹਦੇ ਲਈ ਦੇ ਦਿੰਦੇ, 1.5 ਕਰੋੜ ਤਾਂ ਨਜ਼ਾਰਾ ਹੀ ਬਹੁਤ ਆ ਅੰਦਰ, 10 ਰੁਪਏ ਵਾਲੀ ਚੀਜ਼ ਇੰਨਾ ਕਿ ਵੀ 100 ਦੀ ਮਿਲਦੀ ਆ, ਹੋਰ ਕੋਈ ਚੱਕਰ ਨਹੀਂ ਵੀ ਫੋਨ 10,000 ਵਾਲੇ 15,000 ਵਾਲਾ ਉਹ 70 ਦਾ ਮਿਲਦਾ, ਬਾਕੀ ਚੀਜ਼ਾਂ ਲਟਰਮ ਫਟਰਮ ਜੋ ਮਰਜ਼ੀ ਲੈ ਲਓ, ਉਹਦਾ ਬਾਹਰ ਨਹੀਂ ਉਨੀ ਆਜ਼ਾਦੀ ਜਿੰਨੀ ਅੰਦਰ ਹੈ ਜੀ। 4 ਮਹੀਨੇ ਬਾਈ ਜੀ ਸੱਚ ਜਾਣੇ, ਮੈਨੂੰ ਪਤਾ ਹੀ ਲੱਗਿਆ ਮੇਲੇ ਵਾਂਗੂ ਹੀ ਲੰਘ ਗਏ ਮੇਰੇ। ਅੱਛਾ, ਜੇਲ੍ਹ 'ਚ ਇੰਨੀਆਂ ਫੈਸਿਲਿਟੀਆਂ ਨੇ ਮੇਰੇ ਨਾਲ ਜੀ, ਹਾਂ ਨਜ਼ਾਰਾ ਹੀ। ਮੈਂ ਕਹਿੰਦਾ ਜੀ ਮੋਰਸ਼ੀਅਸ, ਤੁਸੀਂ ਮਾਲਦੀਵ 'ਚ ਤੁਸੀਂ ਘੁੰਮਣ ਜਾਂਦੇ ਹੋ, ਕਿਤੇ ਨਾ ਜਾਓ, ਪੰਜਾਬ ਦੀ ਜੇਲ੍ਹ 'ਚ ਜਾਓ, ਫਿਰੋਜ਼ਪੁਰ ਜਾ, ਇੰਨਾ ਨਜ਼ਾਰਾ। ਮੈਂ ਕਹਿੰਦਾ ਬਾਈ ਜੀ ਗੋਆ ਵਾਂਗੂ ਕੱਟਿਆ ਪਾ ਕੇ, ਸਵੇਰੇ ਆਪਣਾ ਜਲਸਾ ਤੇ ਜੀਨ ਦੀ ਪੈਂਟ ਨੀਲੀ ਚਿੱਟੀ ਸ਼ਰਟ ਬਦਲ ਕੇ ਪਾ ਕੇ, ਡਿਪਟੀ ਮੈਨੂੰ ਕਹਿ ਕਰ ਬਾਈ ਜੀ ਆਹ ਕੰਮ ਨਾ ਕਰਿਆ ਕਰ, ਲੋਕ ਕਹਿੰਦੇ ਨੇ ਆਹ ਕਿਹੜਾ ਨਵਾਂ ਆਇਆ ਡਿਪਟੀ ਕੋਈ। ਤਜਿੰਦਰ ਸਿੰਘ ਬੋਲ DIG ਨਾਲ ਜਾਣ ਪਛਾਣ ਨਿਕਲਿਆ ਜੀ, ਫੋਨ ਮਿਲ ਗਏ ਜੀ ਅੰਦਰ ਵੱਡੇ। ਮੈਂ ਨਾ ਬਾਈ ਜੀ ਮੇਰੇ ਟੀਕਾ ਲਾ ਗਿਆ, ਇੱਕ ਨੀਂਦ ਦੀ ਪ੍ਰੋਬਲਮ ਸੀ ਉੱਥੇ, ਸਰਕਾਰੀ ਡਾਕਟਰ ਦਾ ਕਿਹੜਾ ਹੁੰਦਾ ਸੀ, ਜਿਹੜੇ ਵਿਚਾਰੇ ਗੋਲੀਆਂ ਵੇਚਣ ਵਾਲੇ ਫੜੇ ਹੁੰਦੇ ਸੀ ਦੁਕਾਨਾਂ ਵਾਲੇ, ਉਹੀ ਉਹਨਾਂ ਦੀ ਡਿਊਟੀ ਲਾਈ ਹੁੰਦੀ ਸੀ ਕੈਦੀਆਂ ਦੀ। ਕੈਦੀ ਜੇਲ੍ਹ ਚਲਾਉਂਦੇ ਨੇ ਜੀ, ਸਿਸਟਮ ਨਹੀਂ ਚਲਾਉਂਦਾ ਜੇਲ੍ਹ, ਅੰਡਰ ਟ੍ਰਾਇਲ ਵਾਲੇ ਨਜ਼ਾਰੇ ਲੈਂਦੇ ਨੇ, ਕੈਦੀ ਕੰਮ ਕਰਦੇ ਨੇ ਤੇ ਪ੍ਰਸ਼ਾਸਨ ਬੈਠਾ ਪੈਸੇ ਗਿਣਦਾ। ਇੱਕ ਬੰਦੇ ਨੇ 2,000 ਰੁਪਇਆ ਦੇਣਾ ਜੇ ਫੋਨ ਚਲਾਉਣਾ, ਬੈਰਕ 'ਚ 40 ਬੰਦੇ ਨੇ ਤੇ 25 ਤੋਂ 30 ਬੈਰਕਾਂ ਹੁੰਦੀਆਂ ਨੇ ਜੇਲ੍ਹ 'ਚ, ਲਾ ਲਓ ਕਿੰਨਾ ਪੈਸਾ ਡੇਲੀ ਦਾ, 5 ਤੋਂ 6 ਲੱਖ। ਜਿਹੜਾ ਫੈਂਕਾ ਡਿੱਗਦਾ ਉੱਪਰ ਦੀ ਆਉਂਦਾ ਜਾਂ ਥੱਲੇ ਆਪਦੇ ਪਿੱਛੇ ਸਮਾਨ ਪਾ ਕੇ ਲਿਆਉਂਦੇ ਨੇ ਜੀ ਕਿਲੋ, ਕਿਉਂਕਿ ਕੀ ਹੁੰਦਾ ਡੇਲੀ 25 ਬੰਦਿਆਂ ਦੀ 30 ਬੰਦਿਆਂ ਦੀ ਪੇਸ਼ੀ ਜਾਂਦੀ ਆ ਜੀ ਅੱਡ ਅੱਡ ਸਿਟੀਜ਼ਨ। ਕੋਰਟ ਦੇ ਵਿੱਚ ਬਖਸ਼ੀਖਾਨਾ ਬਣਿਆ ਹੁੰਦਾ, ਉਹ ਬਖਸ਼ੀਖਾਨੇ 'ਚ ਪਹਿਲਾਂ ਹੀ ਸਮਾਨ ਰੱਖਿਆ ਹੁੰਦਾ, ਗੁੱਲਾ ਬਣਾ ਕੇ ਟੇਪ ਚਾੜ ਕੇ ਉਹਦੇ ਵਿੱਚ, ਜਰਦਾ ਚਿੱਟਾ ਆਪਣਾ ਫੋਨ ਛੋਟੇ ਹੋਰ, ਇਹ 2 ਗੁੱਲੇ ਬਣਾਏ ਹੁੰਦੇ, ਉਹ ਸ਼ੈਂਪੂ ਦੀ ਪੁੜੀ ਨਾਲ ਲੈ ਜਾਂਦੇ ਅੰਦਰ ਕੰਟੀਨ ਆ ਸਾਡੇ, ਸਾਰਾ ਕੁਛ ਮਿਲਦਾ ਸੀ ਉੱਥੇ। ਉਹ ਬਾਈ ਜੀ ਜਦੋਂ ਮਾੜੇ ਜਿਹੇ ਉਹ ਸਪਾਈ ਆਸੇ ਪਾਸੇ ਹੁੰਦੇ ਨਾ, ਉਹ ਰੋਸ਼ਨਦਾਨ 'ਚ ਪਹਿਲਾਂ ਹੀ ਅਗਲੇ ਨੇ ਧਰੇ ਪਏ ਹੁੰਦੇ, ਬੰਦੇ ਤੋੜ ਕੇ ਨਾ ਸ਼ੀਸ਼ਾ ਰੋਸ਼ਨਦਾਨ ਦਾ, ਫਿਰੋਜ਼ਪੁਰ ਜਾਇਓ ਤੁਸੀਂ ਬਾਕੀ ਕਰਨਾ ਦੇ, ਕਿਉਂਕਿ ਅੰਦਰੋਂ ਵੀਡੀਓ ਕਾਲ ਦੀ ਗੱਲ ਹੋ ਜਾਂਦੀ ਆ ਵੀ ਆਹ ਫਿਰੋਜ਼ਪੁਰ ਕਿਉਂ ਭੇਜਣਾ ਤੁਸੀਂ ਮੈਨੂੰ। ਨਹੀਂ ਨਹੀਂ ਮੈਂ ਗੱਲ ਕਰਦਾ ਬਸ, ਨਹੀਂ ਮੈਂ ਥੋੜ੍ਹਾ ਬਹੁਤ ਜੇਲ੍ਹ ਨਹੀਂ ਕੋਰਟ, ਕੋਰਟ ਦੀ ਗੱਲ ਕਰ, ਕੋਰਟ ਦੇ ਵਿੱਚ ਬਖਸ਼ੀਖਾਨਾ ਬਣਿਆ। ਅੱਛਾ ਅੱਛਾ, ਉਹ ਬਾਈ ਜੀ ਉੱਥੇ ਬੰਦਾ ਜਾਂਦਾ ਥੱਲੇ, ਉਹ ਸ਼ੈਂਪੂ ਦੀ ਪੁੜੀ ਆਪਦੇ ਥੱਲੇ ਲਾਉਂਦਾ, ਕੂਲੀ ਹੋ ਜਾਂਦਾ ਥੱਲੇ, ਤੇ ਕੀ ਹੁੰਦਾ ਜੀ ਉਹ ਸਮਾਨ ਅੰਦਰ ਆ ਜਾਂਦਾ ਜਾਂ ਉੱਪਰ ਦੀ ਬੋਲਾਂ ਬਣ ਕੇ ਡਿੱਗਦੀਆਂ ਨੇ ਜਿਹੜੀਆਂ, ਫੈਂਕਾ ਕਹਿੰਦੇ ਨੇ ਜੀ ਉਹ ਸਮਾਨ। ਚਲੋ ਉਹਨੂੰ ਆਪਾਂ ਛੱਡੀ ਗੱਲ ਨੂੰ, ਮੇਰੇ ਇੱਕ ਇੰਜੈਕਸ਼ਨ ਲੱਗ ਗਿਆ ਬਾਈ ਜੀ ਹਿੱਪ ਦੇ ਵਿੱਚ ਗਲਤ, ਜਦ ਮੇਰੀ ਬਲੱਡ ਸਪਲਾਈ ਰੁਕ ਗਈ ਲੱਤ ਨੂੰ। ਸੋ DIG ਸਾਹਿਬ ਕਹਿੰਦੇ ਵੀ ਫਿਰੋਜ਼ਪੁਰ ਇੱਥੇ ਹੋਸਪਿਟਲ ਫੈਸਿਲਿਟੀ ਹੈ ਨਹੀਂ, ਤੈਨੂੰ ਫਰੀਦਕੋਟ ਜੇਲ੍ਹ ਸ਼ਿਫਟ ਕਰ ਦੇ। ਮੈਨੂੰ ਫਰੀਦਕੋਟ ਜੇਲ੍ਹ ਸ਼ਿਫਟ ਕਰਤਾ ਜੀ, 1 ਮਹੀਨਾ ਮੈਂ ਉੱਥੇ ਰਿਹਾ, ਉੱਥੋਂ ਮੈਨੂੰ ਸ਼ਿਫਟ ਕਰਤਾ ਜੀ ਗੁਰੂ ਨਾਨਕ ਦੇਵ ਮੈਡੀਕਲ ਕਾਲਜ, ਤੇ ਗੁਰੂ ਨਾਨਕ ਦੇਵ ਮੈਡੀਕਲ ਕਾਲਜ 'ਚੋਂ ਹੀ ਬਾਈ ਜੀ ਮੈਂ ਫਰਾਰ ਹੋਇਆ। ਅੱਛਾ, ਜੇਲ੍ਹ ਤੋਂ ਭੱਜ ਗਏ ਤੁਸੀਂ? ਹਾਂ ਸਮਝੋ ਜੇਲ੍ਹ 'ਚੋਂ ਸਕੇਪ ਹੋ ਗਿਆ ਜੀ, ਉੱਥੇ ਗਿੱਟੇ ਨੂੰ ਸੰਗਣ ਲੱਗਿਆ ਹੁੰਦਾ ਸੀ ਬੈੱਡ ਨੂੰ। ਫਿਰ ਉਹ ਕਿਵੇਂ ਖੋਲਿਆ? ਉਹ ਕੀ ਹੁੰਦਾ ਜੀ ਤੁਹਾਡੇ 'ਤੇ 4 ਗਾਰਡ ਨੇ, ਜਿਵੇਂ 2 ਦੀ ਡਿਊਟੀ ਅੱਜ ਆ 24 ਘੰਟੇ, 2 ਦੀ ਕੱਲ੍ਹ ਨੂੰ, ਪਰ ਉਹ ਹੱਡ ਹਰਾਮੀ ਕੀ ਕਰਦੇ ਨੇ ਵੀ 1 ਜਣਾ 24 ਘੰਟੇ ਲਾ ਜਾਂਦਾ, 3 ਜਣਿਆਂ ਨੂੰ 3 ਛੁੱਟੀਆਂ ਮਿਲ ਜਾਂਦੀਆਂ ਨਾ 2-3, ਫਿਰ ਦੂਜਾ ਲਾ ਜਾਂਦਾ, ਫਿਰ ਉਹਦੀ ਵਾਰੀ 3 ਦਿਨਾਂ ਬਾਅਦ ਆਉਣੀ ਆ, ਸੋ 1 ਗਾਰਡ ਰਹਿੰਦਾ। ਸੋ ਉਹਨਾਂ ਨੇ ਕੀ ਕਰਿਆ ਕਰਨਾ ਜੀ, ਪੈਸਾ ਤੇ ਆਮ ਸੀਗਾ ਤੇ ਹੱਥ ਨੇ ਮੈਨੂੰ ਖੋਲਿਆ ਕਰਨਾ 4-5 ਵਜੇ, ਚੱਲ ਬਈ ਪੈਗ ਲਾਉਣ, ਮੱਛੀ ਚਿਕਨ ਪੂਰਾ ਉੱਥੇ ਆਪਣਾ ਹਸਪਤਾਲ ਦੀ ਛੱਤ 'ਤੇ ਬਹਿ ਕੇ। ਉਹ ਕੀ ਹੁੰਦਾ ਜੀ ਹੋਸਪਿਟਲ 'ਚ ਉਸ 'ਚ 5-6 ਆਏ ਹੁੰਦੇ ਨੇ ਅੰਡਰ ਟ੍ਰਾਇਲ ਜਾਂ ਕੈਦੀ, ਉਸ ਰੋਜ਼ ਡੇਲੀ ਆਉਂਦੇ ਨੇ ਕਿਸੇ ਦੀ ਕੋਈ ਬਿਮਾਰੀ ਆ ਕੇ, ਉਹਨਾਂ 'ਤੇ ਜਿਹੜਾ ਗਾਰਡ ਹੁੰਦਾ ਇੱਕ, ਉਹਨਾਂ ਨੂੰ ਪਤਾ ਮੈਨੂੰ NRI ਕਰਕੇ ਜਾਣਦੇ ਸੀ ਸਾਰੇ, NRI ਮੇਰਾ ਪੱਕਿਆ ਹੋਇਆ ਸੀ।
ਜਿੰਨੇ ਗੈਂਗਸਟਰ ਸੀ ਸਾਰਿਆਂ ਨੂੰ ਮਿਲਿਆ ਜੀ ਮੈਂ ਇਹਨਾਂ ਨੂੰ, ਜੌਨ ਬੁੱਟਰ ਅੱਗਿਆਂ ਨੂੰ ਸਾਰੇ, ਅਤੇ ਉਹ ਬਾਈ ਜੀ ਜਿੰਨੇ ਉਹਨਾਂ 'ਤੇ ਗਾਰਡ ਦੂਜਿਆਂ 'ਤੇ ਵੀ ਹੁੰਦੇ ਸੀ, ਸ਼ਾਮ ਨੂੰ ਮੇਰੇ ਕੋਲ ਇਕੱਠੇ ਹੋ ਜਾਂਦੇ ਸੀ ਵੀ ਹੁਣ NRI ਅਤੇ ਨਿਕਲਣਗੇ ਬਾਹਰ, ਆਪਾਂ ਵੀ ਚੱਲਦੇ ਹਾਂ ਅਤੇ ਪੈਗ ਸ਼ੈਗ ਲਾਵਾਂਗੇ। ਉਹ ਕਈ ਕਰਦੇ ਕਰਾਉਂਦੇ ਜੀ, ਫੀਮ ਫੂਮ ਖਾਂਦੇ ਸੀਗੇ ਅਤੇ ਉਹਨਾਂ ਨੂੰ ਵੀ ਦੇ ਦੇਣੇ। ਅਤੇ ਮੈਂ ਨਾ ਜੀ ਜਦੋਂ ਭੱਜਣਾ ਸੀਗਾ, ਉਹ ਉਹਨਾਂ ਦੀ ਬਿਮਾਰੀ ਇੱਕ ਸੀਗੀ, ਉਹ ਵਾਰਡ 'ਚ ਨਹੀਂ ਸੀ ਸੌਂਦੇ, ਥੱਲੇ ਦੂਜੇ, ਕਿਉਂਕਿ 3 ਫਲੋਰ ਨੇ ਉਹਦੇ ਹੋਸਪਿਟਲ ਦੇ, ਥੱਲੇ ਗੱਡੀ 'ਚ ਜਾ ਕੇ ਸੌਂਦੇ ਸੀ। ਅਤੇ ਜਦੋਂ ਮੈਂ ਭੱਜਣਾ ਸੀ, ਮੈਂ ਉਹਨਾਂ ਨੂੰ ਰਾਤ ਨੂੰ ਤੰਗ ਕਰਨ ਲੱਗ ਗਿਆ, ਅੱਧੇ ਅੱਧੇ ਘੰਟੇ ਬਾਅਦ ਮੈਨੂੰ ਵਾਸ਼ਰੂਮ ਆ, ਆੜੀ ਬਣ ਗਏ ਸੀਗੇ। ਹੁਣ ਮੈਂ ਵੀ ਇੱਕ ਤਰ੍ਹਾਂ ਦੀ ਤੰਗ ਜੇ ਕਹੀਏ ਯਾਰ ਮਾਰ ਕੀਤੇ, ਪਰ ਉਹਨਾਂ ਨੇ ਵੀ ਰਿਸ਼ਵਤ ਕੀਤਾ ਕੰਮ। ਉਹਨਾਂ ਨੂੰ ਤਾਂ ਚਲੋ 90 ਦਿਨ ਸਸਪੈਂਡ ਕਰਦੇ, ਜੋਬ ਦੁਬਾਰੇ ਮਿਲ ਜਾਂਦੀ ਹੈ, ਫਿਰ ਪੁੱਛ ਪੜਤਾਲ ਹੁੰਦੀ ਹੈ। ਤੁਸੀਂ ਉੱਥੋਂ ਭੱਜ ਗਏ, ਤੁਸੀਂ ਭੱਜ ਗਏ ਫਿਰ? ਮੈਂ ਜੀ ਮੈਨੂੰ ਚਾਬੀ ਦੇਣ ਲੱਗ ਗਏ ਉਹ, ਵੀ ਆਪੇ ਜਾ ਹੀ, ਚਾਬੀ ਆਪੇ ਗਿੱਟਾ ਖੋਲ, ਹਾਂ ਆਪੇ ਗਿੱਟਾ ਖੋਲ, ਵਾਸ਼ਰੂਮ ਜਾ ਤੇ ਪਾ ਕੇ ਪੈ ਜਾ ਚਾਬੀ ਲਾ ਕੇ ਗਿੱਟੇ ਨੂੰ ਜਿੰਦਾ। ਮੈਂ 21 ਜਨਵਰੀ 27 ਜਨਵਰੀ ਕਿਹੜੀ ਡੇਟ ਸੀ ਯਾਦ ਨਹੀਂ ਜੀ, ਮੇਰੇ ਸੁਬਹਾ ਸੁਬਹਾ 4 ਵਜੇ ਖੋਲੀ, ਥੱਲੇ ਧੁੰਦ ਪੈਂਦੀ ਸੀ ਪੂਰੀ, ਅਤੇ ਉਹ ਐਂਬੂਲੈਂਸਾਂ ਖੜੀਆਂ ਹੁੰਦੀਆਂ ਜੀ ਪ੍ਰਾਈਵੇਟ ਅਨੋਵਾ ਦੀਆਂ। ਮੈਂ ਕਿਹਾ ਬਾਈ ਜਾਣਾ ਚੰਡੀਗੜ੍ਹ, ਕਹਿੰਦਾ ਮਰੀਜ਼ ਲਿਆਓ, ਮੈਂ ਕਿਹਾ ਮੈਂ ਹੀ ਹਾਂ ਮਰੀਜ਼, ਆਹ ਦੇਖ MRI ਮੇਰੇ ਕੋਲ, ਆਹ ਬੁੱਕਲ ਜੀ ਮਾਰੀ ਹੋਈ ਜੀ ਲੋਹੇ ਦੀ, ਮਾਸਕ ਪਾਉਂਦੇ ਹੁੰਦੇ ਸੀ ਉਦੋਂ, ਕਿਹਨੇ ਸ਼ੱਕ ਕਰਨਾ। ਐਂਬੂਲੈਂਸ ਮੈਂ ਤਾਂ ਲਈ ਵੀ ਐਂਬੂਲੈਂਸ ਨੂੰ ਪੁਲਿਸ ਨਹੀਂ ਰੋਕੂ, ਉਹਨੇ 14 ਰੁਪਏ ਕਿਲੋਮੀਟਰ ਮੈਨੂੰ ਕਰਕੇ ਜੀ ਚੰਡੀਗੜ੍ਹ ਪਹੁੰਚਾ। ਜਦੋਂ ਉਹਨੂੰ ਗਾਰਡ ਨੂੰ ਪਤਾ ਲੱਗਿਆ ਜੀ, ਉਦੋਂ ਮੈਂ ਦਿੱਲੀ ਪਹੁੰਚ ਗਿਆ। ਅੱਛਾ, ਸਿਮ ਕੱਢ ਕੇ ਸੁੱਟਤਾ ਮੈਂ, ਜਿਹੜਾ ਸੀਗਾ ਮੇਰੇ ਕੋਲ ਰੈਡਮੀ ਦਾ ਫੋਨ ਸੀਗਾ, ਕਿਉਂਕਿ ਮੇਰਾ ਐਪਲ ਦਾ ਫੋਨ ਤਾਂ ਉੱਥੇ ਤਲਵੰਡੀ ਭਾਈ ਥਾਣੇ ਜੀ ਤੋਂ, ਇਹ ਵੀਡੀਓ ਸੀਗੀ SHO ਕੋਲ ਰਹਿ ਗਿਆ, ਲਖਵੀਰ ਸਿੰਘ ਆ ਉਹਦਾ ਨਾਂ, ਪੁੱਛ ਵੀ ਸਕਦੇ ਆ, ਉਹ ਲਖਵੀਰ ਸਿੰਘ ਕੋਲ ਸੀਗਾ ਫੋਨ ਭਾਈ ਤੂੰ ਕੀਤੀ ਲਈ। ਅਤੇ ਮੈਂ ਬਾਈ ਜੀ ਇਹਨਾਂ ਕੋਲ ਪਹੁੰਚ ਗਿਆ, ਤੂੰਬਰ ਪਰਿਵਾਰ ਕੋਲ, ਮੈਂ ਕਿਹਾ ਵੀ ਦਿੱਲੀ ਅੰਬੈਸੀ ਤਾਂ ਨਹੀਂ ਮੈਂ ਜਾ ਸਕਦਾ। ਇਹਨਾਂ ਨੇ ਮੈਨੂੰ ਪੈਂਦੀ ਸੱਟੇ ਪੁੱਛਿਆ ਆ ਗਏ ਆਪ, ਮੈਂ ਕਹਾਂ ਆ ਗਏ, ਮੈਂ ਕਿਹਾ ਪਰ ਮੈਂ ਐਂ ਨਹੀਂ ਆਇਆ ਬੇਲਬੂਲ 'ਤੇ, ਮੈਂ ਤਾਂ ਇੱਦਾਂ ਆਇਆ। ਕਹਿੰਦੇ ਕੋਈ ਗੱਲ ਨਹੀਂ, ਕਹਿੰਦੇ ਵੀ ਇੱਥੇ ਤਾਂ ਕੋਈ ਖਤਰਾ ਨਹੀਂ, ਵੀ ਜਿਹੜੇ ਤੁਸੀਂ ਫੋਨ ਲਿਆਈ ਸੀ ਉਹ ਤੋਮਰ ਦੇ ਬੇਟੇ ਨੇ ਇਹ ਗੱਲ ਕਹੀ। ਹਾਂ, ਪ੍ਰਾਵਲ ਘਰੇ ਸੀਗਾ, ਦਵਿੰਦਰ ਗਵਾਲੀਅਰ ਗਿਆ ਹੋਇਆ ਸੀ, ਹਰਸ਼ਿਨੀ ਰਾਜਸਥਾਨ ਗਈ ਹੋਈ ਸੀ, ਚੈਟ 'ਤੇ ਮੇਰੀ ਤਿੰਨਾਂ ਨਾਲ ਗੱਲ ਹੋ ਰਹੀ ਸੀ। ਪ੍ਰਾਵਲ ਨੂੰ ਮੈਂ ਮਿਲਿਆ, ਮੀਟਿੰਗ ਹੋਈ ਘਰੇ ਬੈਠੇ, ਅਸੀਂ ਕਹਿੰਦੇ ਖਾਣਾ ਪੀਣਾ ਪੀਓ, ਤੁਹਾਨੂੰ ਪੂਸਾ 'ਚ ਵੀ ਇਹਨਾਂ ਨੂੰ ਸੈੱਟ ਕਰ ਦਿਉ, ਆਪਦੇ ਬੰਦੇ ਨੂੰ ਕਹਿੰਦਾ, ਕਹਿੰਦਾ ਵੀ ਕੱਲ ਨੂੰ ਆਪਾਂ ਏਅਰਪੋਰਟ ਚੱਲਾਂਗੇ, ਤੁਹਾਡੇ ਟੈਚੀ ਕਢਾ ਲਿਆਵਾਂਗੇ, ਕਿਉਂਕਿ ਉਹਨਾਂ ਨੂੰ ਫੋਨ ਦਾ ਲਾਲਚ, ਜਿਹੜੇ ਉੱਥੋਂ ਸਮਾਨ ਲਿਆਂਦਾ ਉਹ ਸਮਾਨ ਬਹੁਤ ਹੀ, ਦੋ ਟੈਚੀਆਂ, ਮੇਰਾ ਕੋਈ ਨਹੀਂ ਸਾਲਿਆਂ ਨੂੰ ਵੀ 9 ਮਹੀਨੇ ਕੱਟ ਕੇ ਆਇਆ, ਉੱਥੇ ਰਿਹਾ ਵੀ ਅਸੀਂ ਸਾਥ ਨਹੀਂ ਦਿੱਤਾ ਵੀ। ਅਤੇ ਮੈਂ ਬਾਈ ਦਿਲ 'ਚ ਰੱਖੀ ਵੀ ਕੋਈ ਨਹੀਂ ਭਾਈ, ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ, ਮੈਂ ਰਿਹਾ ਜੀ ਉੱਥੇ, ਸਮਾਨ ਸਮੂਨ ਦਿੱਤਾ। ਉੱਥੋਂ ਬਾਈ ਜੀ ਮੈਨੂੰ ਦਿੱਲੀ, ਵੈਸੇ ਮੈਨੂੰ ਡਰ ਸੀ ਵੀ ਪੁਲਿਸ ਦਿੱਲੀ ਅਤੇ ਚੰਡੀਗੜ੍ਹ ਮੈਂ ਸੀ ਮੈਨੂੰ ਲੱਭੂਗੀ, ਮੈਂ ਬੰਗਲੌਰ ਗਿਆ ਜੀ, ਜੈਪੁਰ ਬੰਬੇ ਗੁਜਰਾਤ, ਗੁਜਰਾਤ ਬੰਬੇ ਅਤੇ ਉੱਥੋਂ ਬੰਗਲੌਰ, ਬੰਗਲੌਰ ਵੈਸੇ ਮੈਨੂੰ ਕਹਿੰਦੀ ਵੀ ਬੇਲ ਆਰਡਰ ਲਿਆਓ। ਹੁਣ ਬੇਲ ਆਰਡਰ ਮੇਰੇ ਕੋਲ ਕਿੱਥੇ ਜੀ, ਉਹ ਕਹਿੰਦੀ ਜਾਂ ਕੰਟਰੀ ਆਊਟ ਕਰ ਲਓ। 2 ਮਹੀਨੇ ਮੈਂ ਉੱਥੇ ਗੇੜੇ 'ਚ ਮਾਰ ਕੇ ਜੀ ਇੰਡੀਆ 'ਚ, ਮਤਲਬ ਮੈਂ 45 ਦਿਨ ਤਾਂ ਇੰਡੀਆ 'ਚ ਹੀ ਰਿਹਾ ਸਲੀਪਰ ਬੱਸਾਂ 'ਚ, ਅਤੇ ਫਿਰ ਮੈਂ ਨੇਪਾਲ ਨਿਕਲ ਗਿਆ, ਨੇਪਾਲ ਤੋਂ ਮੈਂ ਕੈਨੇਡਾ। ਹੁਣ ਆਪਾਂ ਗੱਲ ਕਰਦੇ ਇਹਨਾਂ ਦੀ ਮੇਨ ਘਟਾਲੇ ਦੀ, ਜਦੋਂ ਇਹਨਾਂ ਨੇ ਇਹ ਕਿਹਾ ਨਾ ਜੀ ਵੀ ਕੈਸ਼ ਦਾ ਕੋਈ ਚੱਕਰ ਨਹੀਂ, ਵੀ ਸਿਰਸਾ ਸਾਹਿਬ ਟੇਕ ਕੇਅਰ ਕਰ ਲੈਣਗੇ, ਮੈਂ ਕਿਹਾ ਜੀ ਉਹ ਕਿਵੇਂ, ਕਹਿੰਦੇ ਵੀ ਉਹ ਆਪਣੇ ਪਾਰਟਨਰ ਨੇ, ਉਹ ਉਦੋਂ ਅਕਾਲੀ ਦਲ 'ਚ ਹੁੰਦੇ ਸੀ, ਦੇਖ ਲਓ ਹਲੇ ਕਿਸਾਨ ਅੰਦੋਲਨ ਸ਼ੁਰੂ ਨਹੀਂ ਹੋਇਆ। ਅੱਛਾ, ਮੈਨੂੰ ਇਹ ਵੀ ਪਤਾ ਵੀ ਕਿਸਾਨ ਅੰਦੋਲਨ 'ਚ ਸਿਰਸਾ ਸਾਹਿਬ ਨੂੰ BJP ਨੇ ਪਲਾਂਟ ਕੀਤਾ ਹੋਇਆ, ਸਿਰਸਾ ਸਾਹਿਬ ਹੀ ਅੰਦਰ ਅਖਾਤੇ ਰਾਤ ਨੂੰ ਸਾਰਿਆਂ ਨਾਲ ਮੀਟਿੰਗਾਂ ਕਰਦੇ ਸੀ ਜਾ ਕੇ, ਅਤੇ ਉਹ ਇਹ ਸੀ BJP ਨੂੰ ਵੀ ਸਾਨੂੰ ਤਾਂ ਇਹਨਾਂ ਨੇ ਵੜ ਨਹੀਂ ਦੇਣਾ, ਤੁਸੀਂ ਵਿੱਚ ਵੜੋ, ਨਾਲੇ ਤਾਂ ਸਾਨੂੰ ਸੀਕਰਟ ਲਿਆ ਕੇ ਦਿਓ, ਨਾਲੇ ਸਾਨੂੰ ਦੱਸੋ ਵੀ ਕੀ ਚੱਲ ਰਿਹਾ। ਤੋ ਸਿਰਸਾ ਸਾਹਿਬ ਲੰਗਰ ਲੈ ਕੇ ਵੜ ਗਏ ਜੀ ਵਿੱਚ, ਸੇਵਾ ਕਰਨ ਲੱਗ ਗਏ। ਸੋ ਜੇ ਕਦੇ ਕੋਈ ਪੈਸੇ ਵਾਪਸ ਚਾਹੀਦੇ ਹੁੰਦੇ ਸੀ ਨਾ ਜੀ, ਜਿਵੇਂ ਜਦੋਂ ਸ਼ਿਵਰਾਜ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਪਿੱਛੇ ਜੇ, ਉਸ ਦਿਨ ਅਮਿਤ ਸ਼ਾਹ ਨੇ ਪ੍ਰਬਲ ਨੂੰ ਸੱਦਿਆ, ਅਤੇ ਇਹ ਸੀਗਾ ਵੀ ਨਰਿੰਦਰ ਸਿੰਘ ਤੋਮਰ ਮੁੱਖ ਮੰਤਰੀ ਬਣਨਗੇ, ਪ੍ਰਬਲ ਪੂਰਾ ਖੁਸ਼ ਸੀਗਾ। ਅੱਛਾ, ਹਾਂ 2 ਦਿਨ ਪਹਿਲਾਂ ਉਦੋਂ ਮੈਨੂੰ ਕਾਲ ਆਈ ਵੀ ਜਿੰਨਾ ਪੈਸਾ ਕੈ ਪਿਆ ਨਾ ਅਵੇਲੇਬਲ ਸਾਰਾ ਭੇਜ ਦਿਓ। ਅੱਛਾ, ਉਹ ਜਿਹੜੀ 27,000 ਵਾਲੀ ਵਾਇਰ ਆ ਸਿਰਸਾ ਸਾਹਿਬ ਨੂੰ, ਗੁਰਦੁਆਰਾ ਸਾਹਿਬ ਨੂੰ ਗਈ ਹੋਈ, ਉਹ ਸ਼ੋਅ ਤਾਂ ਇਹ ਕੀਤਾ ਹੋਇਆ ਵੀ ਆਕਸੀਜਨ ਦੇ ਕੰਸਨਟਰੇਟਰ ਵਾਸਤੇ ਡੋਨੇਸ਼ਨ, ਡੋਨੇਸ਼ਨ ਡੋਨੇਸ਼ਨ ਕੋਈ ਨਹੀਂ ਬਾਈ ਜੀ, ਉਹ ਤਾਂ ਤਕਰੀਬਨ $4 ਮਿਲੀਅਨ ਸੀਗਾ ਉਹ ਜਿਹੜਾ ਭੇਜਿਆ ਉਦੋਂ, ਉਹ ਤਾਂ ਪੂਛ ਆ ਇੱਕ ਮਾੜੀ ਜਿਹੀ ਪਿੱਛੇ ਮੇਰੇ ਕੋਲ, ਸਾਰੇ ICIC ਦੇ ਅਕਾਊਂਟ ਦੇ ਸਾਰੇ ਸਿਰਸਾ ਸਾਹਿਬ ਨੂੰ ਜਿੰਨੇ ਗਏ ਸਭ ਹੈਗਾ ਮੇਰੇ ਕੋਲ। ਉਹ ਫਿਰ ਕੀ ਕੀਤਾ, ਵਾਈਟ ਤੋਂ ਬਲੈਕ ਕਰਕੇ ਅਮਿਤ ਸ਼ਾਹ ਨੂੰ ਦੇਣੇ ਸੀ ਇਹਨਾਂ ਨੇ ਪੈਸੇ ਮੁੱਖ ਮੰਤਰੀ ਬਣ। ਚਲੋ ਉਹ ਚੱਲੀ ਨਹੀਂ ਜੀ, ਜਦੋਂ ਨੂੰ ਮੈਂ ਇੰਡੀਆ ਪਹੁੰਚਿਆ ਪੈਸੇ ਪੂਸੇ ਤਾਂ ਮੈਂ ਭੇਜਤੇ, ਜਦੋਂ ਨੂੰ ਮੈਂ ਘਰੇ ਪਹੁੰਚਦਾ ਇਹਨਾਂ ਦੇ, ਉਦੋਂ ਨੂੰ ਕਹਾਣੀ ਬੀਤ ਗਈ ਸੀਗੀ, ਪ੍ਰਬਲ ਦਾ ਮੂੰਹ ਉਤਰਿਆ ਪਿਆ ਸੀ।
ਉਹ ਕੀ ਗੱਲ ਹੋਈ, ਕਹਿੰਦੇ ਯਾਰ ਪੈਸੇ ਵੀ ਲੈ ਗਏ ਅਤੇ ਧੋਖਾ ਵੀ ਕਰ ਗਏ। ਫਿਰ ਇਹਨਾਂ ਨੂੰ ਇਸ ਕਰਕੇ ਇਸ ਵਾਰੀ ਇਲੈਕਸ਼ਨ 'ਚ ਪ੍ਰਭਾਰੀ ਬਣਾਇਆ ਗਿਆ, ਉਸ ਉਦੋਂ ਦੀ ਉਸ ਵੀ ਤੁਹਾਨੂੰ ਨਹੀਂ, ਇਹ ਸਿੰਧੀਆ ਅਤੇ ਸ਼ਿਵਰਾਜ ਦੇ ਸਿਰ 'ਤੇ ਬਿਠਾਇਆ ਗਿਆ ਐਕਚੁਲੀ ਸੀ ਇਹਨਾਂ। ਸੋ ਇਹ ਹੈ ਜੀ ਇਹਨਾਂ ਦਾ 10,000 ਕਰੋੜ ਦਾ ਜਿਹੜਾ ਮੇਰੇ ਥਰੂ ਨਿਕਲਿਆ ਹੋਇਆ। ਮੈਂ ਇਹ ਕਹਿ ਰਿਹਾ ਵੀ ਮੈਂ ਰੋਇਲ ਬੈਂਕ ਤੋਂ, ਟੀਡੀ ਬੈਂਕ ਤੋਂ। ਅੱਛਾ ਦੂਸਰੀ ਬਾਈ ਜੀ ਗੱਲ ਇਹ ਆ, ਮੈਂ ਚੈਲੇਂਜ ਕਰ ਰਿਹਾ ਪਰ ਮੈਨੂੰ ਕਿਸੇ ਇੱਕ ਵੀ ਏਜੰਸੀ ਨੇ, ਕਿਸੇ ਵੀ ਇੱਕ ਨੈਸ਼ਨਲ ਟੀਵੀ ਨੇ ਅਪਰੋਚ ਨਹੀਂ ਕੀਤਾ ਵੀ ਦਿਓ ਜੀ ਸਬੂਤ ਹੈ ਜੀ। ਅੱਛਾ, ਥੋੜ੍ਹਾ ਨੈਟਵਰਕ ਜਿਹੜਾ ਉਹ ਕੱਟਿਆ ਗਿਆ, ਦੁਬਾਰਾ ਫਿਰ ਜਿਹੜਾ ਉਹਨਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ, ਔਰ ਕੁਝ ਖੁਲਾਸੇ ਜਿਹੜੇ ਆ ਉਹ ਆਪਣੇ ਤੌਰ 'ਤੇ ਕਰ ਰਹੇ ਨੇ ਜਗਮਨਦੀਪ ਸਿੰਘ ਜੀ। ਜਗਮਨਦੀਪ ਜੀ, ਤੇ ਕੋਈ ਇੱਥੋਂ ਮੈਨੂੰ ਲੋਕਲ ਕਿਸੇ ਏਜੰਸੀ ਨੇ ਜਾਂ ਇੱਦਾਂ ਮੈਨੂੰ ਕਿਸੇ ਨੇ ਅਪਰੋਚ ਨਹੀਂ ਕੀਤਾ ਜੀ ਵੀ ਹਾਂ ਤੁਸੀਂ ਇਹ ਜਿਹੜੀ ਕਹਿ ਰਹੇ ਹੋ ਗੱਲ ਸੱਚੀ ਆ ਝੂਠੀ ਆ, ਕੁਛ ਤਾਂ ਕਹੋ ਤੁਸੀਂ, ਜਾਂ ਉਹਨਾਂ ਨੇ ਬਿਆਨ ਦਿੱਤਾ ਹੋਵੇ ਜੀ, ਕੋਈ ਬਿਆਨ ਨਹੀਂ, ਹਾਂ ਜੀ ਇਹ ਫੇਕ ਆ ਜੀ ਵੀਡੀਓ ਫਲਾਨ। ਇਹ ਬਾਈ ਜੀ ਜਦੋਂ ਵੀਡੀਓ ਨਿਕਲੀ ਨਾ ਮੈਂ ਵੀ ਸ਼ੌਕਡ ਸੀਗਾ, ਜਦੋਂ ਇਹ ਦੋ ਵੀਡੀਓ ਆ ਗਈਆਂ ਇੱਕ ਤੋਂ ਬਾਅਦ ਇੱਕ ਕਾਂਗਰਸ ਨੇ ਕਰਤੀਆਂ, ਹੁਣ ਅਸੀਂ ਕਾਂਗਰਸ ਨਹੀਂ, ਅਸੀਂ ਤਾਂ ਖਾਲੀ ਬੁੱਢੋ ਸੁੱਢੋ ਜੀ, ਦਾਦਾ ਜੀ ਤੁਹਾਨੂੰ ਪਤਾ ਸਾਡੇ ਪਰਿਵਾਰ ਦੀ ਫੱਗੂ ਵਾਲਾ ਸਾਹਿਬ ਦੀ ਹਿਸਟਰੀ ਦਾ। ਜੀ ਤੇ ਉਹ ਲੋਕ ਕਹਿਣ ਲੱਗ ਗਏ ਵੀ ਕਾਂਗਰਸ ਨੇ ਪਲਾਂਟ ਕੀਤਾ ਜੀ, ਬੰਦਾ ਫਲਾਨਾ ਕੀਤਾ ਜੀ। ਮੈਨੂੰ ਬੜਾ ਖਿੱਚ ਰਿਹਾ ਜੀ ਕਾਂਗਰਸ 'ਚ ਜਾਂ ਸਾਡਾ, ਅਸੀਂ ਤਾਂ ਕਾਂਗਰਸ ਜਿੱਦਣ ਮਨਪ੍ਰੀਤ ਸਿੰਘ ਨੇ ਪੀਪੀਪੀ ਤੋੜੀ ਕਾਂਗਰਸ ਗਿਆ ਸੀ, ਚੁੱਪ ਕਰਕੇ ਘਰੇ ਬਹਿ ਗਏ ਅਸੀਂ। ਜੋ 2019 ਤੱਕ ਮੈਂ, 18 ਤੱਕ ਜਮਾਂ ਐਕਟਿਵ ਨਹੀਂ ਹੋਇਆ, ਨਾ ਕਿਸੇ ਬੀਜੇਪੀ 'ਚ ਮੈਂ ਗਿਆ ਜੀ, ਇਹਨਾਂ ਨਾਲ ਬਿਜ਼ਨਸ ਰਿਲੇਸ਼ਨ ਜ਼ਰੂਰ ਸੀ। ਅਤੇ ਬਾਈ ਜੀ ਫਿਰ ਮੈਂ ਆ ਕੇ ਵੀਡੀਓ ਪਾਈ ਆਪਦੀ ਵੀ ਇਹ ਜਿਹੜੀ ਵੀਡੀਓ ਨੇ ਇਹ ਮੇਰੀਆਂ ਨੇ, ਵੀ ਇਹ ਦੋ ਵੀਡੀਓ ਜਿਹੜੇ ਰਿਲੀਜ਼ ਹੋਈਆਂ ਨੇ ਇਹ ਨੇ, ਇਦੂ ਬਿਨਾਂ ਵੀ ਬਹੁਤ ਕੁਛ ਆ, ਵੀ ਇਹ ਤਾਂ ਕੁਛ ਵੀ ਨਹੀਂ, ਇਹ ਤਾਂ ਥੋੜ੍ਹੀ ਛੋਟੀ ਜਿਹੀ ਚੀਜ਼ ਆ। ਫਿਰ ਉੱਥੇ ਜਿਹੜੀ ਭਗਵੰਤ ਮਾਨ ਸਾਹਿਬ ਦੀ ਗੱਲ ਤੁਸੀਂ ਕਰਦੇ ਆ, ਦੇਖੋ ਜਦੋਂ ਪਹਿਲੀ ਗੱਲ ਤਾਂ ਜੀ ਅਸੀਂ ਨੇੜੇ ਪੇਂਡੂ ਜਿਵੇਂ ਨੇੜੇ ਨੇ, ਸਤੌਜ ਸਾਡੇ ਨੇੜੇ ਹੀ ਆ, ਰਾਜਾ ਹੀ ਸਕੂਲ 'ਚ ਇਹ ਪੜ੍ਹੇ ਨੇ, ਇਹਨਾਂ ਦੀ ਸਿਸਟਰ ਆ ਜਿਹੜੀ ਉਹ ਮੁੰਡਾ ਤਰਲੋਕ ਸਿੰਘ ਤੂਰ ਮੇਰੀ ਮੰਮੀ ਦਾ ਸਟੂਡੈਂਟ ਰਿਹਾ, ਫੱਗੂ ਵਾਲਾ ਸਕੂਲ ਆ ਮੇਰੇ ਦਾਦਾ ਜੀ ਦੇ ਨਾਂ 'ਤੇ ਬਣਿਆ, ਤਰਲੋਕ ਫੱਗੂ ਵਾਲਾ ਹੀ ਪੜ੍ਹਿਆ ਜੀ। ਸੋ ਭਗਵੰਤ ਮਾਨ ਸਾਹਿਬ ਨੇ ਪਹਿਲਾਂ ਦਾ ਜਦੋਂ ਇਹਨਾਂ ਦਾ ਸੀਗਾ ਨਾ ਜੀ ਕੈਰੀਅਰ ਚੱਲਦਾ, ਭਗਵੰਤ ਮਾਨ ਸਾਹਿਬ ਵਾਲੀ ਗੱਲ 'ਤੇ ਵੀ ਆਉਂਦੇ ਹਾਂ ਥੋੜ੍ਹਾ ਜਿਹਾ, 2 ਮਿੰਟ ਦਿਓ। ਇੱਕ ਤੁਸੀਂ ਹੋਰ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਕੋਈ ਰੰਗੀਨ ਵੀਡੀਓ ਦੀ ਵੀ ਗੱਲ ਕੀਤੀ ਹੈ, ਉਹ ਕੀ ਹੈ? ਹਾਂਜੀ, ਉਹਨਾਂ ਦੀ ਜਿਹੜੀ ਉਹ ਚੀਜ਼ ਨਾ ਜੀ ਰੰਗੀਨ ਵੀ ਕਹਿ ਸਕਦੇ ਹੋ, ਉਹਨਾਂ ਦੀ ਬਲੈਕ ਮਨੀ ਦੇ ਵੀ ਇਹਨਾਂ ਜਦੋਂ ਮੈਂ ਇਹਨਾਂ ਦੇ ਸੰਪਰਕ ਸੀਗਾ, ਕਿਸਾਨ ਅੰਦੋਲਨ ਚੱਲ ਰਿਹਾ ਸੀਗਾ, ਉਹਦੇ ਦੌਰਾਨ ਹੀ ਮੇਰੇ ਉਹ ਹੱਥ 'ਚ ਆਈਆਂ ਜੀ, ਉਹ ਵੀ ਕਿਸੇ ਨੇ ਦਿੱਤੀਆਂ ਮੈਨੂੰ ਵੀ ਤੁਹਾਡੇ ਪੰਜਾਬ ਦੇ ਮਿਨਿਸਟਰ ਨੇ ਆਹ ਗੱਲ ਆ ਵਾ, ਤਾਂ ਉਹ ਕਿਤੋਂ ਡਾਰਕ ਵੈੱਬ ਤੋਂ ਆਈਆਂ ਹੋਈਆਂ ਨੇ ਜੀ। ਇਹ ਰੰਗੀਨ ਤੋਂ ਭਾਵ ਕੀ ਸਮਝੀਏ, ਕੋਈ ਪੈਸੇ ਨੇ ਲੈਣ ਦੇਣ ਦੀ ਆ ਜਾਂ ਅੱਜ ਕੱਲ ਜੋ ਟ੍ਰੈਂਡ ਚੱਲ ਰਿਹਾ? ਨਹੀਂ, ਉਹ ਆਪੱਤੀਜਨਕ ਚੀਜ਼ ਦੀ ਹੋਈ ਆ ਜੀ ਉਹ। ਅੱਛਾ, ਬਲੈਕ ਦੀ ਵੀ ਹੈਗੀ, ਬਲੈਕ ਮਨੀ, ਬਲੈਕ ਮਨੀ ਮੰਗਦਿਆਂ ਦੀ ਵੀ ਹੈਗੀ ਉਹਨਾਂ ਦੀ। ਨਹੀਂ ਤੇ ਜੇ ਉਹ ਕੱਲ ਨੂੰ ਤੁਹਾਡੇ ਤੇ ਕੋਈ ਕਰਨ ਕਿ ਭਾਈ ਇਹ ਝੂਠ ਬੋਲਦੇ ਆ, ਕੋਈ ਕੇਸ ਕਰਨ, ਫਿਰ ਕਰਦੇ ਨੇ ਜੀ, ਜੀ ਸੱਦ ਕੇ ਕਰਨ, ਪਹਿਲਾਂ ਕਿਹੜਾ ਕੇਸ ਨਹੀਂ ਹੈਗੇ। ਨਹੀਂ ਤੇ ਫਿਰ ਤੁਹਾਡੇ ਕੋਲ ਕੋਈ ਸਬੂਤ ਹੈ ਕਿ ਤੁਸੀਂ ਸੱਚ ਬੋਲ ਰਹੇ ਹੋ? ਮੈਂ ਕਹਿੰਦਾ ਜੀ 24-2024 ਇਲੈਕਸ਼ਨ ਆਉਣਗੇ, 2024 ਦੀਆਂ ਇਲੈਕਸ਼ਨਾਂ 'ਤੇ ਛੱਡੂਗੇ। ਤਾਂ ਤੁਸੀਂ ਉੱਧਰ ਭਗਵੰਤ ਮਾਨ ਦੀ ਕੋਈ ਵੀਡੀਓ ਦੀਆਂ 3 CDs ਦੀਆਂ ਗੱਲ ਕਰ ਰਹੇ ਹੋ ਕਿ ਮੇਰੇ ਕੋਲ ਕੋਈ ਵੀਡੀਓਜ਼ ਹੈ, ਉਹ ਕਿਹੜੀਆਂ ਵੀਡੀਓਜ਼ ਨੇ, ਗੁਪਤ ਵੀਡੀਓਜ਼ ਕਿਹੜੀਆਂ ਨੇ? ਪਹਿਲਾਂ ਤਾਂ ਮੈਂ ਤੁਹਾਨੂੰ ਭਗਵੰਤ ਮਾਨ ਸਾਹਿਬ ਦੀ ਹਿਸਟਰੀ ਦੱਸਦਾ ਜੀ, ਜਿਹੜੀ ਕਈ ਲੋਕਾਂ ਨੂੰ ਨਹੀਂ ਪਤਾ। ਹਾਂ, ਭਗਵੰਤ ਮਾਨ ਨੂੰ ਇਹ ਸਵਾਲ ਪੁੱਛ ਲਿਓ ਬਾਈ ਜੀ ਵੀ ਜਦੋਂ 2005 'ਚ ਤੂੰ ਆਪਣਾ ਜਿਹੜਾ ਸਟੇਜ ਪਲੇ ਨੋ ਲਾਈਫ ਵਿਦ ਵਾਈਫ ਲੈ ਕੇ ਕੈਨੇਡਾ ਗਿਆ, ਉਦੋਂ ਕਿੰਨੇ ਕਬੂਤਰ ਤੁਹਾਡੇ ਨਾਲ ਗਏ ਸੀਗੇ? ਇੱਕ ਮੁੰਡਾ ਫੱਗੂ ਵਾਲੇ ਵੀ ਸੀਗਾ, ਉਹਦਾ ਨਾਂ ਮਲਕੀਤ ਆ, ਉਹਦੇ ਡੈਡੀ ਦਾ ਨਾਂ ਗੋਵਿੰਦਰ ਆ, ਕੱਕੜ ਵਾਲੀ ਵੱਜਦੇ ਨੇ, ਸਨਾਮ ਰੋਡ 'ਤੇ ਰਹਿੰਦੇ ਨੇ, ਟੋਰਾਂਟੋ ਰਹਿੰਦਾ ਅੱਜ ਕੱਲ੍ਹ ਮੁੰਡਾ ਉਹ। ਮੈਂ ਆਪਾਂ ਇੱਦਾਂ ਨਹੀਂ ਗੱਲ ਕਰਦੇ, ਕਬੂਤਰ ਅਸੀਂ ਬਥੇਰੇ ਕੱਢੇ ਹੋਣਗੇ, ਆਪਾਂ ਕਿਹੜਾ ਮੁੱਕਰਦੇ ਜੀ, ਪਰ ਭਗਵੰਤ ਮਾਨ ਸਾਹਿਬ ਤੋਂ ਪੁੱਛੋ ਵੀ ਤੁਸੀਂ ਕਿੰਨੇ ਕਢਾਏ ਆ ਕਬੂਤਰ, ਵੀ ਮਲਕੀਤ ਸਿੰਘ ਕੌਣ ਆ ਜਿਹਨੂੰ ਤੁਸੀਂ ਪਿਆਰਾ ਕਹਿੰਦੇ ਹੋ? ਤੁਹਾਡੇ ਨਾਲ ਇੱਕ ਬਹਾਦਰ ਹੁੰਦਾ ਸੀਗਾ ਯੂਨੀਵਰਸਿਟੀ 'ਤੇ, ਪਿਆਰਾ ਤੁਹਾਡੀਆਂ ਉਲਟੀਆਂ ਉਲਟੀਆਂ ਸਾਫ਼ ਕਰਦਾ ਸੀ ਵਿਚਾਰਾ, ਆਲੂ ਮੈਂਗਲਾਂ ਦੀ ਸਬਜ਼ੀ ਬਣਾਉਂਦੇ ਸੀਗੇ, ਅਤੇ ਪਿਆਰੇ ਤੋਂ ਫਿਰ ਕਿੰਨੇ ਪੈਸੇ ਲਏ ਕੈਨੇਡਾ ਕੱਢਣ ਦੇ ਉਦੋਂ, ਸਾਊਂਡ ਟੈਕਨੀਸ਼ੀਅਨ ਬਣਾ ਕੇ ਹੈ ਨੰਬਰ 1। ਅਤੇ 2011 'ਚ ਜਦੋਂ ਫਿਰ ਇਹ ਪਾਰਟੀ ਬਣਾਉਂਦੇ ਨੇ ਜੀ ਮਨਪ੍ਰੀਤ ਸਿੰਘ ਬਾਦਲ, ਅਤੇ ਸਾਨੂੰ ਵੀ ਹੁੰਦਾ ਵੀ ਅਸੀਂ ਬਰਨਾਲਾ ਟੋੜਾ ਗਰੁੱਪ ਖੂੰਜੇ ਲੱਗਿਆ ਬੈਠਾ ਸੀ ਵੀ ਚਲੋ ਮਨਪ੍ਰੀਤ ਦੇ ਨਾਲ ਵੀ ਵਧੀਆ ਬੰਦਾ ਹੈ ਅਤੇ ਕਰਦੇ ਹਾਂ ਨਾ ਸੁੱਚਾ ਸੱਚਾ।
ਤੇ ਮੈਨੂੰ ਜੋਜੋ ਜੋਹਲ ਦਾ ਫੋਨ ਆਉਂਦਾ ਜੀ, ਕਹਿੰਦਾ ਵੀ ਭਗਵੰਤ ਆਇਆ ਆ ਰਿਹਾ ਕੈਨੇਡਾ, ਵੀ ਆਪਾਂ ਸਰੀ ਆ ਜਿਹੜੀ ਰੈਲੀ ਕਰਨੀ ਆ ਤੇ ਹੋਰ ਵੀ ਸ਼ਹਿਰਾਂ 'ਚ ਜਾਣਾ, ਹੈ ਨਾ, ਵੀ ਸਹਿਯੋਗ ਲੈਣਾ NRI। ਚਲੋ ਜੀ, ਮੇਰੀ ਡਿਊਟੀ ਲਾਤੀ, ਮੈਂ ਇਹਨਾਂ ਨੂੰ ਲੈਣ ਗਿਆ ਜੀ ਸਿਆਟਲ, ਕਿ ਉਹਦੇ ਕਾਲਾ ਜਿਹਦੀ ਮੈਂ ਗੱਲ ਕਰਦਾ ਭੂਆ ਦਾ ਪੁੱਤ, ਉਹਨਾਂ ਦੇ ਘਰੇ ਅਸੀਂ ਮਿਲੇ। ਇਹਦੇ ਵਾਈਫ ਮਖੌਲ ਕਰਨ ਵੀ ਹੁਣ ਤੂੰ ਫਿਰ ਬਾਦਲ ਬਣ ਗਿਆ, ਮੈਂ ਸੁਰਿੰਦਰ ਕੌਰ, ਮੈਨੂੰ ਲੋਕ ਕਿਆ ਕਰਨ ਜੀ, ਫਲਾਣਾ ਤੇ ਪੋਲਿਟਿਕਸ 'ਚ ਆ ਰਿਹਾ ਜੀ, ਖੁਸ਼ ਜੀ ਪੂਰੇ। ਅੱਛਾ। ਮੈਂ ਲੈ ਜੀ ਇਹਨਾਂ ਨੂੰ ਉੱਥੋਂ ਸਰੀ ਤੱਕ ਆਉਂਦੇ ਆਉਂਦੇ, ਇਹਨਾਂ ਨੂੰ ਮੇਰਾ ਢਿੱਡ ਦੁਖਣ ਲੱਗਦਾ ਗੱਲਾਂ ਕਰਨ, ਇਹ ਨਾ ਬਸ ਕਰ ਯਾਰ। ਤੇ ਸ਼ਾਮ ਜੀ ਨੂੰ ਪਹੁੰਚੀ ਜੀ, ਅਸੀਂ ਘਰੇ ਗਏ, ਇਹਨੇ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ। ਕਹਿੰਦਾ ਵੀ ਮੇਰੀ ਮਦਰ ਨੂੰ ਕਹੇ ਵੀ ਅਸੀਂ ਤਾਂ ਜੀ ਪੈਸੇ ਨਹੀਂ ਲੈਣਾ, ਅਸੀਂ ਜਿਹੜਾ ਤੁਹਾਡੀ ਜੇਬ ਥੱਲੇ 1 ਇੰਚ ਦਿਲ ਆ ਨਾ, ਉਹ ਲੈਣਾ ਹੈ। ਹਰੇਕ ਮੀਟਿੰਗ 'ਚ ਇਹ ਕਿਹਾ ਕਰੇ, ਲੋਕਾਂ ਨੂੰ ਰੋਣ ਲਾ ਦਿਆ ਕਰੇ, ਚੁੱਲ੍ਹਿਆਂ ਦੀ ਅੱਗ ਬੁਝ ਗਈ, ਬਾਪੂ ਦੀ ਮੇਰੇ ਦੀ ਪੱਗ ਐਂ ਰੁਲ ਗਈ, ਮੈਂ ਕਵਿਤਾ ਸੁਣਾਉਣਾ, ਮੈਂ ਪਤਾ ਨਾ ਜੀ, ਬੁੜੀਆਂ ਰੋਣ ਲੱਗ ਜਾਇਆ ਕਰਨ ਸਵੇਰੇ, ਜਿਹਨਾਂ ਦੇ ਘਰੇ 'ਚ ਰੋਟੀ ਰੋਟੀ ਖਾਣ ਜਾਇਆ ਕਰੀ। ਤੇ ਬਾਈ ਜੀ ਦੇ ਲਿਫਾਫਾ ਤੇ ਲੈ ਲਿਫਾਫਾ, ਹਜ਼ਾਰ ਹਜ਼ਾਰ ਡਾਲਰ ਦੇ ਲਿਫਾਫੇ, ਤੇ ਮੈਂ ਇਕੱਠੇ ਕਰਨ 'ਚ ਮੈਂ PA ਬਣੇ ਖਜ਼ਾਨੇ 'ਚ। ਪਹਿਲਾਂ ਤਾਂ ਪਹਿਲੇ ਦਿਨ ਦੀ ਗੱਲ ਦੱਸ ਦਿੰਦਾ, ਜਦੋਂ 5 ਕੁ ਵਜੇ ਮੈਨੂੰ ਕਹਿੰਦਾ ਯਾਰ ਹੈਗੀ ਆ, ਪੀਂਦਾ ਮੈਂ ਵੀ ਸੀ ਉਦੋਂ, ਸੁੱਕੀ ਮੇਰੇ ਕੋਲ ਹੁੰਦੀ ਰੈੱਡ ਲੇਬਲ, ਮੈਂ ਕਿਹਾ ਬਾਈ ਪਿੱਛੇ ਪਈ ਆ ਕਾਰ ਦੀ, ਚੱਕ ਲਾ ਹੋਂਡਾ ਅਕੋਰਡ ਮੇਰੇ ਕੋਲ ਗੱਡੀ ਹੁੰਦੀ ਗੋਲਡਨ ਕਲਰ ਦੀ, ਯਾਦ ਮੈਨੂੰ, ਇਹਨੇ ਚੱਕੀ ਜੀ ਮੂੰਹ ਲਾਇਆ ਗੁੱਟ ਗੁੱਟ ਕਰ, ਪੀ ਪਤੰਦਰਾ ਮੈਂ ਵੀ ਪੀਣੀ ਸੀ, ਮੈਂ ਕਿਹਾ ਬਾਰਡਰ ਵਾਲੇ ਬਹੁਤ ਦੂਰ ਆ, ਤੇ ਬਾਰਡਰ ਤੋਂ ਫੇਰ ਲੈ ਲਈ ਜੀ, ਸਰੀ ਐਂਟਰ ਹੋ ਗਏ, ਸਰੀ ਐਂਟਰ ਹੋ ਗਏ ਜੀ, ਘਰੇ ਗਏ। ਉਦੋਂ ਤਾਂ ਬੜਾ ਸ਼ਰਾਬੀ ਹੋਇਆ ਜੀ, ਘਰੇ ਗੱਲਾਂ ਬਾਤਾਂ ਕੀਤੀਆਂ, ਬੜਾ ਇੰਪ੍ਰੈਸ ਸਾਰੇ ਇਹਦੇ ਤੋਂ। ਤੇ ਮੈਂ ਕਿਹਾ ਵੀ ਘਰੇ ਰਹਿਣਾ ਕਿ ਕਿਵੇਂ? ਕਹਿੰਦਾ ਨਹੀਂ ਹੋਟਲ 'ਚ ਠੀਕ ਆ, ਸਾਡੇ ਨਾ ਜੀ ਇੱਥੇ ਸਰੀ ਕਿੰਗ ਜੋਰਜ ਅਤੇ 80 ਤੇ ਸਾਰੇ ਜਾਣਦੇ ਨੇ, ਡੇਜ ਇਨ ਹੋਟਲ ਆ, ਹੁਣ ਤਾਂ ਸ਼ਾਇਦ ਨਾਮ ਨੂੰ ਚੇਂਜ ਨਾ ਹੋ ਗਿਆ, ਉਦੋਂ ਡੇਜ ਇਨ ਹੁੰਦਾ। ਉੱਥੇ ਫਸਟ ਫਲੋਰ 'ਤੇ ਥੱਲੇ ਕਮਰਾ ਬੁੱਕ ਕਰਾਤਾ ਜੀ, ਸਾਹਿਬ ਨੂੰ ਫਿੱਟ ਕਰਤਾ, ਰੋਟੀ ਪਾਣੀ ਮੈਂ ਘਰੋਂ ਲਿਆਉਂਦੀ, ਜਮੀ 2 ਮਿੰਟ ਦੀ ਦੂਰੀ 'ਤੇ ਮੈਂ ਰਹਿੰਦਾ ਸੀ, ਉਦੋਂ ਬੇਸਮੈਂਟ 'ਚ ਰਹਿੰਦੇ ਸੀ। ਅਤੇ ਉੱਦਣ ਤਾਂ ਜੀ ਖਾ ਪੀ ਕੇ ਗੱਲਾਂ ਬਾਤਾਂ ਕਰਕੇ ਸੌਂ ਗਏ, ਜੱਸੀ ਸਿੱਖ ਹੁੰਦਾ ਸੀ ਇੱਕ ਮਰੇਲਕੋਟ, ਉਹਦੇ ਨਾਲ ਬੜੀ ਗੱਲਬਾਤ ਹੁੰਦੀ ਸੀ। ਅਤੇ ਮਨਪ੍ਰੀਤ ਹੋਣਾ ਪੂਰੀ ਜੀ ਚੜ੍ਹਾਈਆਂ, ਪੀਲੀਆਂ ਪੱਗਾਂ ਬੰਨ ਕੇ ਲਾਉਣਾ। ਅਤੇ ਦੂਜੇ ਦਿਨ ਸਵੇਰੇ ਮੈਂ ਗਿਆ ਜੀ, ਪਰੌਂਠੇ ਪਰੂੰਠੇ ਲੈ ਕੇ, ਅਤੇ ਉੱਠੇ ਮਾਨ ਸਾਹਿਬ, ਮੈਂ ਕਿਹਾ ਜੀ ਖਾਣੀ ਹੈ? ਕਹਿੰਦੇ ਨਹੀਂ ਇਹ ਤਾਂ ਨਹੀਂ ਮੈਂ ਖਾਂਦਾ, ਪੈਗ ਲਾਉਂਗਾ, ਬੀਅਰ ਪੀਊਂਗਾ। ਕਹਿੰਦੇ ਬੀਅਰ ਲਿਆਤੀ ਜੀ, ਬੀਅਰ ਬੂਰ ਪੀ ਲਈ, ਕਾਇਮ ਹੋ ਗਿਆ। ਅਤੇ ਗਏ ਜੀ ਘਰਾਂ ਘਰਾਂ 'ਚ ਅਸੀਂ ਸਾਰਿਆਂ ਦੇ, ਹੈ ਨਾ, ਜਿੱਥੇ ਜਿੱਥੇ ਰੱਖੀ ਹੋਈ ਸੀ ਸਮਾਗਮ। ਅਤੇ ਅਸੀਂ ਇੱਕ ਸਮਾਗਮ ਹੋਰ ਵੱਡਾ ਰੱਖ ਲਿਆ ਜੀ, ਦੋ ਇੱਕ ਐਵਸਪੋਰਟ ਰੱਖ ਲਿਆ ਵੱਡੇ ਹਾਲ 'ਚ, ਇੱਕ ਸਰੀ ਰੱਖ ਲਿਆ। ਉਹੀ ਗੱਲ ਵੀ ਜਿਹੜਾ ਤੁਹਾਡਾ ਪੈਸਾ ਨਹੀਂ ਲੈਣਾ, ਜਿਹੜਾ ਆ ਜੇਬ ਦੇ ਥੱਲੇ 1 ਇੰਚ ਦਿਲ ਆ ਉਹ ਲੈਣਾ। ਸਾਰੇ ਉਦੋਂ ਦੀ ਗੱਲ ਆ ਜਦੋਂ ਇੱਕ ਵਾਇਰਲ ਵੀ ਹੁੰਦੀ ਆ ਵੀਡੀਓ ਮੁੱਖ ਮੰਤਰੀ ਸਾਹਿਬ ਦੀ ਅੱਜ ਕੱਲ੍ਹ ਵੀ, ਕਿ ਭਾਈ ਅਸੀਂ ਇਹੋ ਜਿਹਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਾਂ, ਮੈਂ ਤੇ ਮਨਪ੍ਰੀਤ ਬਾਦਲ, ਕਿ ਜਿਹੜਾ ਮੁੱਖ ਮੰਤਰੀ ਸਿਲੰਡਰ ਭਰਾਇਆ ਕਰੂ ਲਾਈਨ 'ਚ ਲੱਗ ਕੇ, ਸਿਲੰਡਰ ਜਿਹੜਾ ਉਹ ਰੈਲੀ 'ਚ ਭਾਸ਼ਣ ਦਿੱਤਾ ਜੀ। ਅੱਛਾ, ਉਹ ਰੈਲੀ ਤੁਸੀਂ ਕਰਵਾਈ ਉੱਥੇ? ਤੇ ਕੀ ਹੋਇਆ ਨਾ ਬਾਈ ਜੀ, ਜਦੋਂ 2 ਕੁ ਦਿਨ ਮੈਨੂੰ ਦੇਖਿਆ ਇਹਦੇ ਹਾਲ ਢੰਗ ਜੀ, ਮੈਂ ਕਿਹਾ ਵੀ ਇਹ ਕਿਹੜੇ ਭਗਤ ਸੀਗੇ, ਕਿੱਥੇ ਮਿੱਟੀ ਦੀਆਂ ਸੌਵਾਂ ਤੇ ਕਿਹੜੀਆਂ ਗੱਲਾਂ ਕਿਹੜੀਆਂ ਬਾਤਾਂ। ਕੀ ਹੋਇਆ ਨਾ ਜੀ, ਪਹਿਲਾਂ ਤਾਂ ਪਹਿਲੇ ਦਿਨ ਤੋਂ ਹੀ ਫੋਨ ਆਉਣੇ ਚਾਲੂ ਹੋ ਗਏ ਕੁੜੀਆਂ ਦੇ, ਮੇਰੇ ਕੋਲੇ ਫੋਨ ਹੁੰਦਾ ਜੀ, ਇਹਨੇ ਨੰਬਰ ਮੇਰੇ ਵਾਲੀ ਦਿੱਤਾ ਹੋਇਆ ਜੀ, ਵੀ ਇਹਦੇ ਆਪਦਾ ਨੰਬਰ ਨਹੀਂ ਦਿੱਤਾ, ਉਹ ਹੁਣ ਫੋਨ ਕਰਨ ਜੀ ਵੀ ਅਸੀਂ ਮਿਲਣਾ। ਦੇਖੋ ਮੈਂ ਇੱਥੇ ਮੈਂ ਤੁਹਾਡੀ ਗੱਲ ਟੋਕਣ ਲੱਗਿਆ, ਮੁੱਖ ਮੰਤਰੀ ਸਾਹਿਬ ਨੇ, ਮਾਣਯੋਗ ਮੁੱਖ ਮੰਤਰੀ, ਰਿਸਪੈਕਟਡ ਅਹੁਦਾ, ਤੁਸੀਂ ਜੋ ਵੀ ਗੱਲਬਾਤ ਕਰਨੀ ਹੈ ਬੜੇ ਢੰਗ ਦੇ ਨਾਲ, ਕਿਉਂਕਿ ਸੱਚੀ ਹੋਣੀ ਚਾਹੀਦੀ ਹੈ, ਕੱਲ ਨੂੰ ਕੋਈ ਗੱਲ ਜਿਹੜੀ ਹੈ ਤੁਹਾਡੇ ਤੇ ਆਵੇ ਤੇ ਤੁਹਾਨੂੰ ਸਾਬਤ ਕਰਨੀ ਪੈ ਸਕਦੀ ਹੈ। ਔਰ ਮੈਂ ਇੱਥੇ ਫਿਰ ਇੱਕ ਵਾਰੀ ਨੋਟ ਕਰਵਾ ਰਿਹਾ ਕਿ ਜੇਕਰ ਕੋਈ ਧਿਰ ਕੋਈ ਵੀ ਹੈ, ਚਾਹੇ ਮੁੱਖ ਮੰਤਰੀ ਹੈ, ਚਾਹੇ ਕੋਈ ਕੇਂਦਰੀ ਮੰਤਰੀ ਹੈ, ਚਾਹੇ ਕੋਈ ਵੀ ਹੈ, ਜਗਮਨਦੀਪ ਸਿੰਘ ਹੋਰਾਂ ਦੇ ਇਲਜ਼ਾਮਾਂ ਦੇ ਨਾਲ ਇਤਫਾਕ ਨਹੀਂ ਰੱਖਦੇ, ਉਹਨਾਂ ਦੇ ਇਲਜ਼ਾਮਾਂ ਦੇ ਨਾਲ ਸਹਿਮਤ ਨਹੀਂ ਹੁੰਦੇ, ਤਾਂ ਸਾਡੇ ਨਾਲ ਸੰਪਰਕ ਕਰਕੇ ਆਪਣਾ ਪੱਖ ਜਿਹੜਾ ਰੱਖ ਸਕਦੇ ਆ, ਦੱਸ ਸਕਦੇ ਆ ਕਿ ਜਗਮਨਦੀਪ ਝੂਠ ਬੋਲਦੇ ਆ ਜਾਂ ਸੱਚ ਬੋਲਦੇ ਆ, ਤੇ ਤੁਹਾਡੇ ਕੋਲ ਕੋਈ ਪ੍ਰੂਫ ਹੈਗੇ ਆ? ਹਾਂ, ਮੈਂ ਫਿਰ ਦੱਸਦਾ ਜੀ ਉੱਥੇ ਜੀ ਜੀ ਫਿਰ ਜਦੋਂ ਫੋਨ ਆਉਣ ਲੱਗ ਗਏ ਜੀ, ਇਹ ਤਾਂ ਹੁਣ ਗੱਲ ਨਾ ਕਰਨ, ਮੈਂ ਵੀ ਲੱਗ ਜਾਏ, ਫਿਰ ਮੈਂ ਵੀ ਟਾਈਮ, ਮੈਂ ਵੀ ਭਾਈ ਜਵਾਨੀ ਸੀਗੀ ਉਦੋਂ 10-15 ਸਾਲ ਪਹਿਲਾਂ, ਤੇ ਮੈਂ ਪੁੱਛਣ ਲੱਗ ਜਾ ਵੀ ਕੀ ਗੱਲ ਆ ਜੀ। ਉਹ ਕਹਿੰਦੇ ਜੀ ਮੈਂ ਚੀਮੇ ਆ, ਮੇਰਾ ਪਿੰਡ ਚੀਮੇ ਆ, ਮੈਂ ਸ਼ਹੀਦ ਊਧਮ ਸਿੰਘ ਕਾਲਜ 'ਚ ਅਸੀਂ ਪੜ੍ਹਦੇ ਸੀ, ਜਾਂ ਮੈਨੂੰ ਆਇਆ ਕਰੇ ਜੀ ਵੀ ਸੰਗਰੂਰ ਪੜ੍ਹਦੇ ਸੀ ਵੁਮੈਨ ਕਾਲਜ 'ਚ, ਇੱਥੇ ਅਸੀਂ 80 ਤੇ 115 'ਤੇ ਰਹਿੰਦੇ ਹਾਂ। ਚਲੋ ਗੱਲਾਂ ਕਰਦੇ ਕਰਾਉਂਦੇ ਜੀ, ਦੂਸਰੇ ਦਿਨ ਦਾ ਉਹਨਾਂ ਨੂੰ ਟਾਈਮ ਦਿੱਤਾ ਵੀ ਤੁਸੀਂ ਕੱਲ੍ਹ ਨੂੰ 10:30 ਵਜੇ ਆ ਜਾਓ ਡੇਜ ਇਨ ਹੋਟਲ 'ਚ। ਉਹ ਲੜਕੀ ਆਈ ਜੀ, ਉਹਦੀ ਨਣਦ ਉਹਨੂੰ ਛੱਡਣ ਆਈ, ਛੋਟਾ ਜਿਹਾ ਬੱਚਾ ਉਹਦੇ ਨਾਲ 2 ਸਾਲਾਂ ਦਾ, ਉਹ ਬੱਚੇ ਨੂੰ ਮੈਂ ਉੱਥੇ ਲੈ ਕੇ ਬਹਿ ਗਿਆ ਜੀ, ਬ੍ਰੇਕਫਾਸਟ ਜਿੱਥੇ ਕਰ ਦਿੰਦੇ ਹੋਟਲ ਵਾਲੇ 'ਚ, ਉਹਨੂੰ ਖੜਾਈ ਖੜੂਈ ਗਿਆ, ਖੇਡ ਲੈ ਲਿਆ, ਟੋਫੀ ਲੈ ਲਿਆ, ਫਲਾਨਾ ਲੈ ਲਿਆ, ਅਤੇ ਇਹ ਵੀ 1.5 ਘੰਟਾ ਇਹਨਾਂ ਨੇ
ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਇਸਤਰੀ ਪੀ 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 ਦੇ ਪ੍ਰਧਾਨ ਬਣਾ ਦਿੱਤਾ ਸਾਨੂੰ ਜਾਂ ਤਾਂ ਕੈਨੇਡਾ ਤਾਂ ਕੁਛ ਕਰ ਦਿਉ। ਉਹੋ ਜਿਹੇ ਲੋਕ ਵੀ ਬਹੁਤ ਜੁੜੇ ਸੀ, ਅੱਛਾ ਯਾਦ ਆ ਮੈਨੂੰ, ਅੱਛਾ ਭਰੋ ਵਾਲਾ। ਅਤੇ ਮੈਂ ਜਦੋਂ ਬਾਈ ਇਹ ਢੰਗ ਢਮਾਂ ਦੇਖ ਲਿਆ, ਮੈਨੂੰ ਪਤਾ ਲੱਗ ਗਿਆ ਵੀ ਅੱਥਣੇ ਮੈਂ ਮੋਢੇ 'ਤੇ ਚੱਕ ਕੇ ਮੁੱਖ ਮੰਤਰੀ ਸਾਹਿਬ ਨੂੰ ਬੈੱਡ 'ਤੇ ਪਾਉਣਾ। ਅੱਛਾ ਗਾਂ ਗੁਰਨਾਮ ਸਾਮਰਾਜ ਚਾਹੇ ਮੁੱਕਰ ਜਾਵੇ, ਇੱਕ ਮੁੰਡਾ ਹੋਰ ਸੀਗਾ ਫੋਟੋ 'ਚ ਮੇਰੇ ਨਾਲ ਖੜਾ, ਮੈਂ ਭੇਜ ਦਿੰਦਾ ਤੁਹਾਨੂੰ, ਉਹ ਚਾਹੇ ਅੱਜ ਮੁੱਕਰ ਜਾਣ ਕਿਸੇ ਚੀਜ਼ ਤੋਂ, ਡਰ ਤੋਂ, ਭੈ ਤੋਂ, ਜਾਂ ਲੋਕ ਡਰ ਜਾਂਦੇ ਨੇ ਜੀ ਨਹੀਂ ਲੱਤਾਂ ਭਾਰ ਸਾਹਿਬ ਦੀਆਂ, ਇੱਥੇ ਆ ਜਿਹੜੀ ਮੰਤਰੀ ਵਾਲੀ ਹੈ ਨਾ ਜੀ, ਸਬੂਤ ਨੇ। ਮੈਂ ਇੱਥੇ 3 ਲੋਕਾਂ ਨੂੰ ਭੇਜੇ ਨੇ ਜਿਹੜੇ ਕਹਿੰਦੇ ਕਹਾਉਂਦੇ ਸਾਡੀ ਸੁਸਾਇਟੀ ਦੇ, ਕਹਿੰਦੇ ਨੇ ਵੀ ਦਾੜੇ ਛੱਡੇ ਹੋਏ ਨੇ, ਪੱਗਾਂ ਬੰਨੀਆਂ, ਵੀ ਅਸੀਂ ਤਾਂ ਧੂੜਾ ਉਡਾ ਦਿਆਂਗੇ ਪੰਜਾਬ ਦੀਆਂ, ਗੱਲ 7 ਦਿਨ ਨਹੀਂ ਬੋਲੇ ਜੀ। ਆ ਕੇ ਮੁੜ ਕੇ ਆਪਣੇ ਕੁਲਦੀਪ ਸਿੰਘ ਨੇ ਆ ਕੇ ਇੱਕ ਥਾਪੜੀ ਵੀ, ਆ ਜਾ ਬਈ ਟੀਵੀ 'ਤੇ ਕਰੀਏ ਪ੍ਰੋਗਰਾਮ। ਮੈਂ ਕਿਹਾ ਜੀ ਚਲੋ ਚਲੋ, ਆਪਾਂ ਕਾਹਨੂੰ ਨਾਮ ਲੈਣੇ ਨੇ ਜੀ ਕਿਸੇ ਦੇ। ਮੈਂ ਇਹ ਨਹੀਂ ਕਹਿੰਦਾ ਜੀ ਮੈਂ ਦੁੱਧ ਧੋਤਾ, ਮੈਂ ਬਹੁਤ ਬਦਮਾਸ਼ੀ ਕੀਤੀ ਆ, ਆਪਾਂ ਪੂਰੇ ਠੱਗ ਆ। ਮੈਂ ਨਹੀਂ ਇਹ ਕਹਿੰਦਾ ਵੀ ਮੈਂ ਤਾਂ ਜੀ ਸੰਤ ਫਿਰ ਨਹੀਂ, ਫਿਰ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਵਾਲੀ ਜੇ ਗੱਲ ਕਰਦੇ ਹੋ, ਉਹ ਜਿਹੜੀ ਵੀਡੀਓ 'ਚ ਤੁਸੀਂ ਗੱਲ ਕਰਦੇ ਹੋ, ਜਿਹਦੀਆਂ ਤੁਹਾਡੇ ਕੋਲ ਸੀਡੀਜ਼ ਮੌਜੂਦ ਨੇ, ਹੈਗੀਆਂ ਵੀ ਆ ਜੀ ਗੱਲਾਂ ਹੀ ਆ? ਨਹੀਂ ਨਹੀਂ ਮੈਂ ਤੁਹਾਨੂੰ ਗੱਲ ਦੱਸ, ਕਈ ਲੋਕ ਇਹ ਕਹਿੰਦੇ ਵੀ ਜਗਮਨ ਨੇ ਕਈ ਵਾਰੀ ਜ਼ਿਕਰ ਕੀਤਾ, ਮੈਂ ਝੰਡੇ ਖਾਣੀ ਲਿਖਦਾ ਰਿਹਾ ਫੇਸਬੁੱਕ 'ਤੇ, ਕਈ ਲੋਕ ਜਾਣਦੇ, ਉਹ ਕਹਿੰਦੇ ਵੀ ਜਗਮਨ ਨੇ ਕਦੇ ਕੱਢੀਆਂ ਨਹੀਂ। ਪਹਿਲਾਂ ਤਾਂ ਮੈਂ ਉਹਦਾ ਇੱਕ ਪ੍ਰੂਫ ਦੇ ਦਾਂ, 2011 'ਚ ਜਦੋਂ ਮੁੱਖ ਮੰਤਰੀ ਸਾਹਿਬ ਵਾਪਸ ਜਾਂਦੇ ਨੇ, ਇੱਥੇ ਸਾਡੇ ਸੁੱਖੀ ਸੰਧੂ ਸੀਗਾ, ਮੈਂ ਫੋਟੋਆਂ ਭੇਜ ਦਿੰਦਾ, ਮੇਰੇ ਫਾਦਰ ਨੇ ਇਹਨਾਂ ਨੂੰ 25 ਲੱਖ ਦੀ ਗੁਥਲੀ ਫੜਾਈ ਆ, ਜਿਹੜੇ ਇੱਥੋਂ ਪੈਸੇ ਇਕੱਠੇ ਹੋਏ ਸੀ, ਉਹ ਜਿਹੜੇ ਲਿਫਾਫੇ ਮਿਲਦੇ ਹੁੰਦੇ ਸੀ ਨਾ, ਉਹ ਮੇਰੇ ਕੋਲ ਹੁੰਦੇ ਸੀ, ਕੁਛ ਮੈਂ ਵਿੱਚੋਂ ਪਾਤੇ ਪੈਸੇ, ਅਤੇ 25 ਲੱਖ ਜਿਹੜਾ ਸਾਡੇ ਸਰੀ ਸਰੀ ਵਾਲਾ, ਬਾਕੀ ਜਿੰਨੇ ਸਿਟੀਆਂ 'ਚੋਂ ਇਕੱਠਾ ਹੋਇਆ ਉਹਦਾ ਬਾਰੇ ਮੈਨੂੰ ਪਤਾ ਨਹੀਂ, ਕਹਿੰਦੇ 25 ਲੱਖ ਪਾਉਂਡ ਆ। ਹਾਂਜੀ ਹਾਂਜੀ, ਨਹੀਂ ਨਹੀਂ 25 ਲੱਖ ਰੁਪਈਆ ਜੀ, 25 ਲੱਖ ਰੁਪਈਆ, ਅੱਛਾ ਟੋਟਲ $2.5 ਲੱਖ ਹੋਇਆ ਸੀ ਕੈਨੇਡਾ ਅਮਰੀਕਾ ਤੋਂ, ਪਰ ਉਹ ਮਨਪ੍ਰੀਤ ਕੋਲੇ ਨਹੀਂ ਪਹੁੰਚਿਆ, ਉਹ ਜੋ ਜੋ ਵੀ ਕਹਿ ਦੱਸ ਸਕਦਾ ਵੀ ਸਾਡੇ ਕੋਲੇ ਨਹੀਂ। ਅੱਛਾ, ਮੁੱਖ ਮੰਤਰੀ ਸਾਹਿਬ ਦੇ ਫਾਦਰ ਦੀ ਡੈਥ ਹੋ ਗਈ ਜੀ ਅਮਰੀਕਾ, ਇੱਕ ਰੈਲੀ ਸੀਗੀ ਉਦਣ, ਇਹਨਾਂ ਨੇ ਰੈਲੀ ਨੂੰ ਫਿਰ ਸੰਬੋਧਨ ਵੀ ਕੀਤਾ, ਕਿਹਾ ਵੀ ਮੇਰੇ ਪੰਜਾਬ ਲਈ ਮੈਂ ਹਾਜ਼ਰ ਹਾਂ, ਦੇਖੋ ਵੀ ਮੇਰੇ ਪਿਤਾ ਦੀ ਮੌਤ ਹੋ ਗਈ, ਫਿਰ ਵੀ ਮੈਂ ਸ਼ਾਮ ਦੀ ਰੈਲੀ ਅਟੈਂਡ ਕਰਕੇ ਫਿਰ ਫਲਾਈਟ ਲੈ ਕੇ ਇੰਡੀਆ ਪਹੁੰਚਿਆ। ਉਹ ਜਦੋਂ ਘਰੇ ਜਾਂਦੇ ਨੇ ਜੀ ਤਾਂ ਇਹਦੀ ਮਾਤਾ ਜੀ ਇਹਨਾਂ ਨਾਲ ਕਲੇਸ਼ ਹੁੰਦਾ ਜੀ, ਇਹਨਾਂ ਨੂੰ ਹੱਥ ਨਹੀਂ ਲਾਉਣ ਦਿੰਦੇ ਅਰਥੀ ਨੂੰ, ਵੀ ਇਹ ਸਾਡੇ ਘਰੇ ਨਾ ਵੜੇ। ਅੱਛਾ, ਇਹ ਉਦੋਂ ਮਾਤਾ ਜੀ ਅਤੇ ਭੈਣ ਜੀ ਬੈਨ ਸੀਗੇ ਮਾਲੀ ਕੋਠੀ 'ਚ ਵੜਨੀ ਸੀ ਸਾਡੇ, ਜਿਹੜੇ ਅੱਜ ਬਹੁਤ ਥੋੜ੍ਹੇ ਹਾਰ ਹੂਰ ਪਾ ਕੇ ਉਹ ਕੜੇ ਕੁੜੇ ਪਾ ਕੇ ਦਿਖਾ ਰਹੇ ਨੇ ਨਾ, ਇਹ ਬੈਨ ਸੀਗੇ ਉਹ ਕਿਉਂ, ਉਹਨੂੰ ਪੁੱਛ ਲਿਓ 2011, ਪਤਾ ਨਹੀਂ ਜਿਹਨਾਂ ਦੀ ਕੋਈ ਘਰੇਲੂ ਲੜਾਈ ਹੋਊਗੀ ਜੀ ਕਲੇ। ਅਤੇ ਮਨਪ੍ਰੀਤ ਉਹਨਾਂ ਨੇ ਜੋ ਜੋ ਉਹਨਾਂ ਨੇ ਜੱਸੀ ਸਿੱਖ ਉਹਨਾਂ ਨੇ ਸਮਝਾ ਬੁਝਾ ਕੇ ਜੀ ਉੱਦਣ ਸੰਸਕਾਰ ਕਰਾ। ਫਿਰ ਕੀ ਹੁੰਦਾ ਬਾਈ ਜੀ, ਸਾਡੇ ਇੱਥੇ ਇੱਕ ਸ਼੍ਰੀਮਾਨ ਸੀਗੇ ਸੁੱਖੀ ਸੰਧੂ ਜੀ ਸਰੀ, ਉਹਨਾਂ ਨੇ ਛੇਤੀ ਪ੍ਰਧਾਨ ਬਣਨਾ ਸੀ, ਪੀ 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 ਦਾ ਪ੍ਰਧਾਨ ਬਣ ਕੇ ਉਹਨਾਂ ਨੇ ਗਾਂ ਚੀਫ ਮਿਨਿਸਟਰ ਬਣਨਾ ਸੀ, ਫਿਰ ਉਹਨਾਂ ਨੇ ਪ੍ਰਾਈਮ ਮਿਨਿਸਟਰ ਬਣਨਾ ਸੀ, ਉਹਨਾਂ ਨੇ ਇਹਨਾਂ ਨੂੰ ਚੋਕ ਲਾਤੀ ਵੀ ਜਗਮਨ ਇਹ ਕਹਿੰਦਾ ਵੀ ਭਗਵੰਤ ਦੀ ਜਿਹੜੀ ਫੇਰੀ ਸੀ ਸਾਰੀ ਉਹ ਮੈਂ ਸਪੋਂਸਰ ਕੀਤੀ ਸੀ, ਟਿਕਟਾਂ ਟੁਕਟਾਂ ਮੈਂ ਲਾਈ, ਉਹ ਤਾਂ ਮੈਂ ਕਹਿੰਦਾ ਸੀ ਕਿਉਂਕਿ ਜੋ ਜੋ ਨੇ ਮੇਰੀ ਡਿਊਟੀ ਲਾਈ ਹੋਈ ਸੀ ਮੈਂ ਹੀ ਕੀਤਾ ਸੀ ਜੀ ਸਰ। ਇਹ ਜਦੋਂ ਮੇਰੇ ਨਾਲ ਔਖੇ ਭਾਰੇ ਹੋਏ ਜੀ, ਮੈਂ ਕਿਹਾ ਵੀ ਤੂੰ ਆਪਦੇ ਘਰੇ ਸਰਦਾਰ, ਮੈਂ ਆਪਦੇ ਘਰੇ ਸਰਦਾਰ, ਮੈਨੂੰ ਮੇਰੇ ਫਾਦਰ ਨੇ ਕਦੇ ਐਂ ਬੋਲੇ ਜਿਵੇਂ ਤੂੰ ਬੋਲਦਾ, ਇੱਕ ਮਰਾ ਵੀ ਤੇਰੀ ਪੀ 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 ਖੜ ਕੇ, ਮੈਨੂੰ ਪਤਾ ਤੇਰਾ ਕੀ ਹੋ ਤੁਸੀਂ, ਪਤਾ ਲੱਗ ਗਿਆ ਸੀ, ਮੈਂ ਜੋ ਜੋ ਨੂੰ ਵੀ ਦੱਸਤਾ ਸੀ ਬਾਈ ਆਹ ਗੱਲ। ਉਹ ਕਹਿੰਦੇ ਕੋਈ ਨਹੀਂ ਵੀ ਹਵਾ ਬਣੀ ਹੋਈ ਹੈ ਸਾਡੇ ਲਈ ਸੈਲੀਬ੍ਰਿਟੀ ਹੈ ਇਹ, ਬਾਅਦ 'ਚ ਹਾਲਾਂਕਿ ਜੋ ਜੋ ਮੇਰੀਆਂ ਮਿਹਨਤਾਂ ਵੀ ਕਰਦਾ ਰਿਹਾ ਵੀ ਕੱਢਦੇ ਵੀਡੀਓ ਕੱਢਦੇ ਵੀ। 2011 'ਚ ਬਾਈ ਜੀ ਮੈਂ ਚੁੱਪ ਕਰਕੇ ਖੇਤੀ ਕਰਨ ਲੱਗ ਗਿਆ, ਮੈਂ ਇਹ ਚੀਜ਼ਾਂ ਭੁੱਲ ਗਿਆ। ਪ੍ਰਬਲ ਤੋਮਰ ਨੂੰ ਮੈਂ ਜ਼ਰੂਰ ਦਿਖਾਈ, ਉਹ ਕਹਿੰਦਾ ਵੀ ਕਿਸੇ ਟਾਈਮ ਤੇ ਆਪਾਂ ਕੱਢਾਂਗੇ ਇਹਨੂੰ, ਤੂੰ ਗੁਪਤ ਰੱਖ, ਕੋਈ ਨਾ ਲੋਕਾਂ ਨੂੰ ਕਹੀ ਜਾਣ ਦੇ। ਕੀ ਸੀ ਉਸ ਵੀਡੀਓ 'ਚ? ਅਸੀਂ ਉਹਦੇ ਤੇ ਕੋਈ ਤਰ੍ਹਾਂ ਤਰ੍ਹਾਂ ਦੇ ਐਂਗਲ ਸੀਗੇ ਜੀ ਉਹਦੇ ਵਿੱਚ, ਨਹੀਂ ਇਹ ਉਹ ਮੈਂ ਜਾਣ ਕੇ ਬਣਾਈ, ਉਹ ਮੈਂ ਜਾਣ ਕੇ ਬਣਾਈ ਹੈਗੀ ਹੈ, ਜੇ ਲੋੜ ਪੈਂਦੀ ਤੁਸੀਂ ਕੱਢ ਸਕਦੇ ਹੋ, ਜੇ ਕੋਈ ਕਵੇ ਕੋਈ ਸਾਨੂੰ ਵੀ ਕਹਿ ਸਕਦਾ, ਕੋਈ ਤੁਹਾਨੂੰ ਵੀ ਕਹਿ ਸਕਦਾ। ਬਾਈ ਜੀ ਬਾਈ ਜੀ ਬਾਈ ਜੀ ਇਲੈਕਸ਼ਨ ਆ ਰਹੀ ਹੈ 24 ਦੀ, ਇਹ ਪਟਾਕੇ ਮੈਂ ਹੁਣ ਉਦੋਂ ਪਹਿਲਾਂ ਕੱਢੂ ਸਾਰੇ, ਅੱਜ ਤੋਂ ਬਾਅਦ ਜੀ ਥੋੜੇ ਥੋੜੇ ਚਲਾਵਾਂਗੇ, ਪਹਿਲਾਂ ਉਦੋਂ ਫੁੱਲ ਝੜੇ ਆ, ਵੱਡਾ ਉਦੋਂ ਕੱਢਾਂਗੇ ਉਹ ਸੁਤਲੀ ਵਾਲਾ ਦੇਵੀ ਬੰਬ। ਮੈਂ ਹੁਣ ਤੁਹਾਨੂੰ ਗੱਲ ਦੱਸਦਾ, ਉਹ ਮੈਂ ਜਾਣ ਬੁੱਝ ਕੇ ਬਣਾਈ, ਐਵੇਂ ਨਹੀਂ ਮੈਂ ਕਹਿੰਦਾ ਦਵਿੰਦਰ ਦੀ ਤਾਂ ਮੇਰੀ ਚਲੋ ਪਛਾਣ ਚੱਕ, ਉਹ ਤੁਸੀਂ ਕਿਵੇਂ ਬਣਾਈ? ਉਹ ਕੀ ਸੀਗਾ ਬਾਈ ਜੀ, ਉਦੋਂ ਜਿਹੜੇ ਇਹ ਟੈਕਨੋਲੋਜੀ ਇੰਨੀ ਜ਼ਿਆਦਾ ਨਹੀਂ ਸੀ ਜਿਹੜੀ ਹੁਣ ਫੋਨ ਨੇ, ਮੈਟਰੋਲਾ ਦੇ ਫੋਨ ਹੁੰਦੇ ਸੀ, ਉਹ ਰੋਟੀ ਪਾਣੀ ਬਾਈ ਜੀ ਮੈਂ ਲੈ ਕੇ ਜਾਂਦਾ ਸੀ ਸ਼ਾਮ ਨੂੰ, ਸਵੇਰੇ ਵੀ ਸ਼ਾਮ ਨੂੰ, ਉਹ ਫਿਰ ਮੈਂ ਬਣਾ ਕੇ ਜੁਗਾੜ, ਜਿਵੇਂ ਜੇਲ੍ਹਾਂ 'ਚ ਅਸੀਂ ਫੋਨ ਚਾਰਜ ਕਰਦੇ ਜੁਗਾੜ ਬਣਾ ਕੇ ਨਾ ਜੀ ਜੇਲ੍ਹਾਂ 'ਚ,
ਉਹ ਜੁਗਾੜ ਲਾਉਣੇ ਆਪਾਂ ਨੂੰ ਪਹਿਲਾਂ ਵੀ ਆਉਂਦੇ ਆ, ਅਤੇ ਉਹ ਜੁਗਾੜ ਬਣਾ ਕੇ ਰੋਟੀ ਪਾਣੀ 'ਚ ਡਾਲੀ ਡੱਬੇ 'ਚ, ਉਹ ਉਦੋਂ ਬਣਾਈ ਜੀ, ਫਿਰ 2 ਦਿਨ ਹੀ ਬਣਾਈ ਉਹ, ਅਤੇ ਉਹ ਚਲੋ ਜੀ ਉਹ ਸਾਂਭਤੀਆਂ। ਹੁਣ ਜੇ ਮੈਨੂੰ ਕੋਈ ਕਵੇ ਵੀ ਜਦੋਂ ਇਹ ਮੁੱਖ ਮੰਤਰੀ ਬਣਿਆ ਉਦੋਂ ਨਹੀਂ ਤੂੰ ਕੱਢੀ, ਪੰਜਾਬ ਇਲੈਕਸ਼ਨ ਆਈ ਉਦੋਂ ਨਹੀਂ ਤੂੰ ਕੱਢੀ, ਉਦੋਂ ਮੈਂ ਜੇਲ੍ਹ 'ਚ ਸੀਗਾ ਜੀ, ਫੋਨ ਮੇਰੇ ਇੱਥੇ ਘਰੇ ਸੀਗਾ। ਨਹੀਂ ਪਰ ਉਸ ਤੋਂ ਪਹਿਲਾਂ 14 ਦੀ ਇਲੈਕਸ਼ਨ ਲੜੀ, ਉਸ ਤੋਂ ਪਹਿਲਾਂ 19 ਦੀ ਇਲੈਕਸ਼ਨ ਲੜੀ, ਫਿਰ 22 ਦੀ ਲੜੀ ਹੈ। ਨਹੀਂ ਨਹੀਂ ਉਹ ਮੈਂ ਤਾਂ ਨਹੀਂ ਨਹੀਂ ਮੈਂ ਤਾਂ ਛੱਡ ਹੀ ਗਿਆ ਨਾ ਜੀ, ਮੈਂ ਤਾਂ ਸੋਸ਼ਲ ਮੀਡੀਆ 'ਚ ਹੀ ਨਹੀਂ ਆਇਆ, ਮੈਂ ਤਾਂ ਕਿਤੇ ਆਇਆ ਹੀ ਨਹੀਂ। ਇੰਨੇ ਸਾਲਾਂ ਦੀ ਤੂੰ ਸਾਂਭੀ ਰੱਖੀ, ਜਮਾਂ ਕੱਟ ਆਫ ਹੀ ਹੋ ਗਿਆ ਸੀਗਾ ਜੀ, ਮੈਂ ਜਮਾਂ ਜਾਣਦੇ ਨੇ ਮੈਨੂੰ ਜਿਹੜੇ ਸੋਸ਼ਲ ਮੀਡੀਆ 'ਤੇ ਮੈਨੂੰ ਜਾਣਦੇ ਨੇ, ਮੈਂ ਜਮਾਂ ਹੀ ਕੱਟ ਆਫ ਹੋ ਕੇ ਸਾਇਲੈਂਟ ਹੋ ਗਿਆ ਜੀ। ਹੁਣ ਕੱਲ੍ਹ ਨੂੰ ਜੇ ਤੁਸੀਂ ਇਹ ਕਹਿ ਦਵੋ ਕਿ ਭਾਈ ਉਹ ਤਾਂ ਬੜੇ ਚਿਰ ਦੀ ਰੱਖੀ ਹੋਈ ਸੀ, ਮੈਂ ਕੱਟ ਆਫ ਹੋ ਗਿਆ, ਹੁਣ ਲੱਭਦੀ ਨਹੀਂ। ਨਾ 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 ਲੱਭਦੀ ਵਾਲੀ ਤਾਂ ਗੱਲ ਹੀ ਛੱਡ ਦਿਉ, ਤਾਂ ਮੈਂ ਵਧੀਆ ਐਨ ਕਰਾ ਕੇ ਉਹਨੂੰ ਵਿਚਾਰੀ ਨੂੰ ਠੀਕ ਠਾਕ ਉਹ ਮਸਾਂ ਤਾਂ ਕੱਢੀ ਆ, ਉਹਦੇ ਵਿੱਚੋਂ ਰਿਕਵਰ ਕੀਤੀ ਹੈ। ਹਾਂ ਉਹ ਟਾਈਮ ਆਊਗਾ ਜੀ, ਸਮਾਂ ਆਊਗਾ, ਪਰ ਇਹਨਾਂ ਨੂੰ ਪੁੱਛ ਲਿਓ ਤੁਸੀਂ ਵੀ ਡੇਜ ਇਨ ਹੋਟਲ 'ਚ ਇੰਨੇ ਇੰਨੇ ਵਜੇ ਇੰਨੇ ਇੰਨੇ ਵੱਜ ਕੇ ਟਾਈਮ, ਮੈਂ ਦੱਸ ਦੂੰਗਾ ਜੀ ਮੇਰੇ ਕੋਲ ਟਾਈਮ ਆ ਉਹਦੇ 'ਤੇ ਵੀ ਇੰਨੇ ਵੱਜ ਕੇ ਆ ਸੀਗੇ ਆਪਣੇ ਪ੍ਰਧਾਨ ਜੀ, ਮੈਂ ਰੈਂਡਮ ਦੇਣ ਆਏ ਤੁਹਾਨੂੰ, ਇੰਨੇ ਵੱਜ ਕੇ ਚੀਮੇ ਪਿੰਡ ਵਾਲੇ ਆਏ ਸੀਗੇ, ਇੰਨੇ ਵੱਜ ਕੇ ਵੁਮਨ ਕਾਲਜ ਵਾਲੇ ਆਏ ਸੀਗੇ, ਇੰਨੇ ਵੱਜ ਕੇ ਸਨਾਮ ਊਧਮ ਸਿੰਘ ਕਾਲਜ ਵਾਲੇ ਭਾਈ ਜੀ, ਇੰਨੇ ਵੱਜ ਕੇ ਮੋਹਾਲੀ ਵਾਲੇ ਆਏ ਸੀਗੇ। ਚਲੋ ਉਹਨਾਂ ਦੀ ਆਪਦੀ ਹੁਣ ਕਹਿ ਦਿੰਦੇ ਨੇ ਜੀ ਕਈ ਪਰਸਨਲ ਲਾਈਫ ਆ, ਪਰ ਜੇ ਪਰਸਨਲ ਲਾਈਫ ਆ ਤਾਂ ਫੇਸਬੁੱਕ 'ਤੇ ਪਬਲਿਕ ਫਿਗਰ ਕਿਉਂ ਲਿਖਦੇ ਹੋ? ਤੁਹਾਡੀ ਪਰਸਨਲ ਲਾਈਫ ਆ ਅਤੇ ਪਬਲਿਕ ਫਿਗਰ ਕਿਉਂ ਲਿਖਦੇ? ਤੁਸੀਂ ਮੁੱਖ ਮੰਤਰੀ ਹੋ, ਸਭ ਦੇ ਹੋ, ਤੁਹਾਡੇ ਘਰੇ ਸਾਰੇ ਝੱਕਣਗੇ, ਸਾਰਾ ਪੰਜਾਬ ਝੱਕੂ, ਜਾਂ ਤਾਂ ਤੁਸੀਂ ਇਸ ਲਾਈਨ 'ਚ ਨਾ ਆਓ, ਕਹਿੰਦੇ ਮੈਂ ਛੱਡਿਆ ਜੀ ਮੇਰੀ ਮੇਰੀ ਪਰਸਨਲ ਲਾਈਫ ਆ। ਤੁਸੀਂ ਤਿੰਨ ਤਿੰਨ ਬਹੁਤ ਵੱਡੇ ਇਲਜ਼ਾਮ ਲਾ ਦਿੱਤੇ, ਤੁਸੀਂ ਖੇਤੀਬਾੜੀ ਮੰਤਰੀ 'ਤੇ ਲਾ ਤੇ, ਤੁਸੀਂ ਕੇਂਦਰੀ ਰਾਜ ਮੰਤਰੀ 'ਤੇ ਲਾ ਤੇ, ਜਿਹੜੇ ਆਪਣੇ ਜਿਹੜੇ ਉੱਥੋਂ ਵਾਲੇ ਨੇ ਜਿਹੜੇ ਹੁਸ਼ਿਆਰਪੁਰ ਤੋਂ ਬਣੇ ਹੋਏ ਨੇ, ਇੱਕ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ 'ਤੇ ਲਾ ਦਿੱਤੇ। ਮੁੱਖ ਮੰਤਰੀ ਭਗਵੰਤ ਮਾਨ ਦਾ ਲੋਕਾਂ ਦੀਆਂ ਅੱਖਾਂ ਦੇ ਵਿੱਚ ਬਹੁਤ ਸਾਫ ਅਕਸ ਹੈਗਾ ਔਰ ਬੜੇ ਇਮਾਨਦਾਰ ਸਮਝਿਆ ਜਾਂਦਾ, ਔਰ ਤੁਸੀਂ ਇਹ ਬਹੁਤ ਵੱਡੇ ਇਲਜ਼ਾਮ ਲਾ ਦਿੱਤੇ ਆ। ਜਗਮਨਦੀਪ ਜੀ, ਤੁਸੀਂ ਪੂਰੇ ਆਪਦੇ ਸਬੂਤ ਹੱਥ ਦੇ ਵਿੱਚ ਰੱਖ ਕੇ ਇਹ ਗੱਲ ਲਾ ਰਹੇ ਹੋ, ਜਾਂ ਫਿਰ ਸੋਚਦੇ ਹੋਵੋ ਕਿ ਮੈਂ ਤਾਂ ਭਾਈ ਕੈਨੇਡਾ ਬੈਠਾ, ਮੈਨੂੰ ਕਿਹੜਾ ਕਿਸੇ ਨੇ ਪੁੱਛਣਾ, ਜਿਹੜਾ ਮਰਜ਼ੀ ਕੰਮ ਚੱਕ ਦੇ? ਇਹ 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 ਬਾਈ ਜੀ ਇੱਕ ਕੋ ਇੰਸੀਡੈਂਸ ਹੈ ਵੀ ਮੇਰਾ ਵੀ ਘਰ ਦਾ ਨਾਂ ਜੁਗਨੂ ਆ ਅਤੇ ਇਹਦਾ ਨਾਂ ਵੀ ਜੁਗਨੂ, ਅਤੇ ਕਹਿੰਦੇ ਜੁਗਨੂ ਦੇ ਪਛਵਾੜੇ ਲੱਗਿਆ ਹੁੰਦਾ ਬਲਬ, ਉਹ ਕਰਦਾ ਚਾਨਣ, ਉਹ ਸਾਰਿਆਂ ਨੂੰ ਦਿੰਦਾ। ਫਿਰ ਜਿੰਨੇ ਕੁ ਇਮਾਨਦਾਰ ਨੇ, ਨਸ਼ੇ ਦੀ ਲਾ ਲਓ ਤੁਸੀਂ, ਗੈਂਗ ਪਰਿਵਾਰ ਦੀ ਲਾ ਲਓ ਤੁਸੀਂ, ਕੀ ਸਹੂਲਤਾਂ ਮਿਲ ਰਹੀਆਂ ਨੇ ਉਹ ਲਾ ਲਓ, ਅੱਜ ਲੋਕ ਇਹ ਕਹਿੰਦੇ ਨੇ ਵੀ ਭਾਈ ਚੋਰਾਂ ਦੇ ਡਰ ਤੋਂ ਡਾਕੂ ਜਿਤਾ ਦੇ, ਅਸਲੀ ਕਿਰਦਾਰ ਉਹ ਕਿਰਦਾਰ ਨਹੀਂ ਜੋ ਭਗਵੰਤ ਮਾਨ ਸਾਹਿਬ ਬਾਹਰੋਂ ਨੇ, ਇਹਨਾਂ ਦੇ ਅੰਦਰ ਇੱਕ ਬੈਠਾ ਜੁਗਨੂੰ, ਉਹ ਜੁਗਨੂੰ ਸ਼ਰਾਰਤਾਂ ਕਰਦਾ ਕਦੇ ਕਦੇ ਮਨ ਚੋਂ ਨਿਕਲਦਾ ਇਹਨਾਂ ਦੇ। ਤੁਸੀਂ ਵੇਟ ਕਰ ਰਹੇ ਹੋ 24 ਦੀ, ਕਿ 24 ਆਵੇ ਫਿਰ ਅਸੀਂ ਜਿਹੜੀ ਆ ਇਹਦੇ 'ਤੇ ਕੋਈ ਨਾ ਕੋਈ ਜਿਹੜੀ ਆ ਤੁਸੀਂ ਕੋਈ ਨਾ ਕੋਈ ਐਕਸ਼ਨ ਇਹ 'ਤੇ ਲਓਗੇ ਅਤੇ ਬਾਹਰ ਕੱਢ ਕੇ ਲਿਆਓਗੇ। ਮੈਂ ਇੱਕ ਸਵਾਲ ਜਿਹੜਾ ਤੁਹਾਨੂੰ ਪੁੱਛਣਾ ਚਾਹੁੰਦਾ, ਬੜਾ ਅਹਿਮ ਸਵਾਲ ਹੈ। ਜੇ ਤੁਹਾਨੂੰ ਦੋ ਜਿਹੜੇ ਕੇਂਦਰੀ ਮੰਤਰੀਆਂ 'ਤੇ ਤੁਸੀਂ ਇਲਜ਼ਾਮ ਲਾਏ ਆ, 10,000 ਕਰੋੜ ਦਾ ਇੱਕ ਹੋਰ ਲੈਣ ਦੇਣ ਦਾ ਔਰ ਇੱਕ ਰੰਗੀਨ ਵੀਡੀਓ ਦਾ, ਔਰ ਤੀਜਾ ਜਿਹੜਾ ਤੁਸੀਂ ਮੁੱਖ ਮੰਤਰੀ ਪੰਜਾਬ, ਜਿਨ੍ਹਾਂ ਨੂੰ ਬੜੇ ਇਮਾਨਦਾਰ ਸਮਝਿਆ ਜਾਂਦਾ ਪੰਜਾਬ ਦੇ ਲੋਕਾਂ, ਚੰਗਾ ਅਕਸ ਹੈ ਉਹਨਾਂ 'ਤੇ, ਜਿਹੜਾ ਤੁਸੀਂ ਇੱਕ ਆਪੱਤੀਜਨਕ ਵੀਡੀਓ ਦਾ ਇਲਜ਼ਾਮ ਜਿਹੜਾ ਲਾ ਦਿੱਤਾ, ਹਾਲਾਂਕਿ ਤੁਸੀਂ ਦਿਖਾਈ ਨਹੀਂ, ਤੁਸੀਂ ਕਿ 24 ਦੇ ਵਿੱਚ ਲਿਆਵਾਂਗੇ, ਜੇ ਕੱਲ੍ਹ ਨੂੰ ਕਿਸੇ ਜਾਂਚ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ, ਤਾਂ ਫਿਰ ਤੁਸੀਂ ਤਿਆਰ ਹੋ? ਫਿਰ ਉੱਥੇ ਸਬੂਤ ਰੱਖ ਸਕਦੇ ਹੋ, ਹੈਗੇ ਆ ਤੁਹਾਡੇ ਕੋਲ ਕਿਸੇ ਵੀ ਤਰੀਕੇ ਦੀ ਜਾਂਚ ਦਾ ਸਾਹਮਣਾ ਕਰਨ ਨੂੰ ਤਿਆਰ ਹੋ? ਬਿਲਕੁਲ, ਮੈਂ ਕਹਿੰਦਾ ਜੀ 1000%। ਦੂਜੀ ਮੈਂ ਇੱਕ ਹੋਰ ਰੀਜ਼ਨ ਦੱਸ ਦਿੰਦਾ, ਇਹ ਵੀਡੀਓ ਨਾ ਕੱਢਣ ਦਾ ਕਾਰਨ, ਇਹਨਾਂ ਦੇ ਬੱਚਿਆਂ ਨੂੰ ਮੈਂ ਮਿਲਿਆ ਹੋਇਆ ਸੀ ਜੀ, ਬੇਟੀ ਅਤੇ ਬੇਟਾ ਬੜੇ ਪਿਆਰੇ ਬਹੁਤ ਲਾਇਕ ਬੱਚੇ, ਮੈਨੂੰ ਗਿਲਟ ਵੀ ਸੀ ਵੀ ਜੇ ਮੈਂ ਇਹ ਕੱਢੀ ਕਿਤੇ ਉਦੋਂ ਜਦੋਂ 18-19 'ਚ ਮੈਂ ਪ੍ਰਬਲ ਨੂੰ ਦਿਖਾਈ, ਜਦੋਂ ਮੈਨੂੰ ਆਪਦੇ ਆਪ ਨੂੰ ਲੱਗਦਾ ਸੀ ਵੀ ਨਹੀਂ ਸਹੀ ਨਹੀਂ ਉਦੋਂ, ਕਿਉਂਕਿ ਮੁੱਖ ਮੰਤਰੀ ਮੈਨੂੰ ਬਾਈ ਜੀ ਸਭ ਤੋਂ ਵੱਧ ਹੇਟ ਭਗਵੰਤ ਮਾਨ ਨਾਲ ਕਦੋਂ ਹੋਈ, ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਅਤੇ ਪੰਜਾਬ ਦੇ ਹਾਲਾਤ ਵੀ ਚਿੱਟਾ ਆ ਝੋਟੇ ਨੂੰ ਅੰਦਰ ਦੇ ਦਿੱਤਾ, ਦੇਖੋ ਕਿੱਡੀਆਂ ਕਿੱਡੀਆਂ ਨਾ ਇਨਸਾਫੀਆਂ, ਲੱਖੇ ਨੂੰ ਚੱਕ ਕੇ ਦੇਤਾ ਅੰਦਰ, ਫਲਾਨੇ ਨੂੰ, ਇਹ ਤਾਂ ਯਾਰ ਜਮਾਂ ਹੀ ਜਿਵੇਂ ਕਹਿ ਲਾ ਵੀ ਜਮਾਂ ਹੀ ਧਰਤੀ ਨਾਲ ਲੱਗ ਗਏ, ਵੀ ਕੋਈ ਸਾਡਾ ਦੀਨ ਮਾਨ ਨਹੀਂ ਰਿਹਾ, ਕਿੱਧਰ ਗਿਆ ਹਰਾ ਪੈਨ, ਕਿੱਧਰ ਗਈਆਂ ਵੱਡੀਆਂ ਵੱਡੀਆਂ ਗੱਲਾਂ, ਅਤੇ ਲੋਕ ਉੱਥੇ ਹੀ ਅੰਦਾਜ਼ਾ ਲਾ ਲੈਣ ਵੀ ਮੁੱਖ ਮੰਤਰੀ ਸਾਹਿਬ ਕਿੱਦਾਂ ਕਰੈਕਟਰ ਕਿਹੋ ਜਿਹਾ, ਦਾਰੂ ਸ਼ਰਾਬ ਵੱਲੋਂ ਹੀ ਲਾ ਲਓ, ਠੀਕ ਹੈ, ਗੱਲ ਇਹ ਹੋਈ। ਜੀ 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 ਇੱਕ ਵਾਰ ਫਿਰ ਨੈਟਵਰਕ, ਹੁਣ ਮਨਪ੍ਰੀਤ 'ਤੇ ਪਰਚਾ ਪੈਂਦਾ,
ਜਦੋਂ ਮਨਪ੍ਰੀਤ ਤੇ ਪਰਚਾ ਪੈਂਦਾ ਹੈ ਉਹ ਕਿਸ ਦੀ ਖੁੰਦਕ ਆ ਪਤਾ ਤੁਹਾਨੂੰ? ਉਹ ਖੁੰਦਕ ਇਹ ਹੈ ਵੀ ਉਦਨ ਉਹ ਬੇਟਾ ਇਹਨਾਂ ਦੇ ਘਰੇ ਆਇਆ, ਉਹ ਲੇਡੀ ਨੇ ਉਹਨੂੰ ਘਰੇ ਨਹੀਂ ਵੜਨ ਦਿੱਤਾ, ਭਜਾਤਾ ਉੱਥੋਂ, ਉਹ ਮਨਪ੍ਰੀਤ ਕੋਲੇ ਚਲੇ ਗਿਆ। ਮਨਪ੍ਰੀਤ ਨੇ ਇਹਨੂੰ ਫੋਨ ਕਰ ਲਿਆ, ਇਹਨੂੰ ਗੱਲਬਾਤ ਕੀਤੀ ਹੋਣੀ ਵੀ ਯਾਰ ਆਹ ਗੱਲ ਹੈ, ਇਹਦਾ ਇਹਦੀ ਉੱਥੋਂ ਖੁੰਦਕ ਪੈ ਗਈ। ਅੱਛਾ, ਇਹ ਉੱਥੋਂ ਖੁੰਦਕ ਆ, ਲੜਾਈ ਉੱਥੋਂ ਸ਼ੁਰੂ ਹੋਈ। ਫਿਰ ਜਦੋਂ ਮੈਨੂੰ ਪਤਾ ਲੱਗਿਆ ਵੀ ਉਹਨੂੰ ਅੱਜ ਉਹਨੂੰ ਘਰੇ ਨਹੀਂ ਬਣ ਦਿੱਤਾ ਮੁੰਡੇ ਨੂੰ, ਤੇ ਆਹ ਵੀ ਇਹ ਫਿਰ ਆਪਦੇ ਜਵਾਕਾਂ ਦੇ ਨਹੀਂ, ਫਿਰ ਸਾਨੂੰ ਕੀ ਪਰਵਾਹ। ਜੀ ਫਿਰ ਮੈਂ ਕੱਢੇ ਆ ਜੀ ਪਿਸਤੌਲ ਬਾਹਰ, ਫਿਰ 4 ਸਾਲਾਂ ਬਾਅਦ ਕੱਢੀ ਆ ਗਰਦ ਝਾੜੀ ਆ ਉਹਦੀ ਫੋਨ ਦੀ, ਤੇ ਫਿਰ ਹੁਣ ਗਾਂ ਤਮਾਸ਼ਾ ਵਿਖਾਵਾਂ। ਹੁਣ ਫਿਰ ਤੁਹਾਡਾ ਕੀ ਅਗਲਾ ਐਕਸ਼ਨ, ਤੁਸੀਂ ਚਾਹੁੰਦੇ ਹੋ ਕੋਈ ਸ਼ਿਕਾਇਤ ਵੀ ਦਿਓਗੇ ਇਸ ਤੇ ਜਾਂ ਫਿਰ ਸਿਰਫ ਇਸ ਤਰੀਕੇ ਦੇ ਨਾਲ ਹੀ ਜਿਹੜੀ? ਨਾ 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 ਸ਼ਿਕਾਇਤ ਦੇਣ ਦੀ ਸਾਨੂੰ ਕੀ ਲੋੜ ਆ ਜੀ? ਸਾਡਾ ਕਿਹੜਾ ਉੱਥੇ ਹਲ ਵਾਹੁਣਾ ਸੀ ਨੇ ਜਾਂ ਉੱਥੋਂ ਕੋਈ ਜੇ ਕੰਟਰੈਕਟ ਤੁਹਾਡੇ ਨਾਲ ਕੋਈ ਲੈਣੇ ਏਜੰਸੀ ਸੰਪਰਕ ਕਰਦੀ ਹੈ ਕਿ ਭਾਈ ਅਸੀਂ ਕਰਦੇ ਹਾਂ ਜਾਂਚ, ਤੁਸੀਂ ਦਿਓ ਸਾਨੂੰ ਸਬੂਤ ਫਿਰ। ਦੇਖੋ ਇੰਡੀਆ ਦੀ ਏਜੰਸੀ ਤੇ ਸਾਨੂੰ ਕਿਸੇ ਤੇ ਭਰੋਸਾ ਨਹੀਂ। ਇੰਡੀਆ ਦੀ ਏਜੰਸੀ ਇੱਕ ਇੱਥੋਂ ਦਾ ਨਾਲ ਇੰਡੀਪੈਂਡੈਂਟ ਲਾਇਰ ਗੋਰਾ ਲੈ ਲਵੇ, ਬਿਠਾ ਲਵੇ ਨਾਲ, ਆਪਾਂ ਤਿਆਰ ਹਾਂ ਜੀ। ਹਾਂ, ਜੇ ਕੱਲ੍ਹ ਨੂੰ ਸਾਨੂੰ ਹੀ ਕੋਈ ਪੁੱਛ ਲਵੇ ਵੀ ਕਿ ਤੁਸੀਂ ਉਹ ਬੰਦੇ ਦੀ ਭਰੋਸੇਯੋਗਤਾ ਕੀ ਪਰਖਦੇ ਹੋ, ਤੁਸੀਂ ਦੱਸੋ ਤੁਸੀਂ ਲੈ ਕੇ ਦਿਓ, ਫਿਰ ਕੀ ਕਰੋਗੇ ਸਰ ਜੋ ਕੱਲ੍ਹ ਨੂੰ ਸਾਨੂੰ ਪੁੱਛਣ? ਹਾਂਜੀ, ਅਸੀਂ ਡੇਟ ਦੇ ਦਿਆਂਗੇ ਤੁਹਾਨੂੰ ਵੀ 19 ਤਰੀਕ ਨੂੰ ਕੱਢ ਦਿਆਂਗੇ। ਚਲੋ ਠੀਕ ਹੈ, ਜਿਸ ਦਿਨ ਸਾਨੂੰ ਚੋਣਾਂ ਦੀ ਡੇਟ ਮਿਲ ਗਈ ਵੀ 24 ਦੀਆਂ ਚੋਣਾਂ ਭਾਈ 19 ਤਰੀਕ ਨੂੰ ਹੋਣਗੀਆਂ, ਚੋਣ ਜਦ ਤੱਕ ਲੱਗੂ 3 ਦਿਨ ਪਹਿਲਾਂ ਕੱਢਾਂ, ਕਿਉਂਕਿ ਸਾਡੇ ਲੋਕ ਭੁੱਲ ਬਹੁਤ ਛੇਤੀ ਜਾਂਦੇ। ਜੀ ਕਿੱਧਰ ਗਿਆ ਸਿੱਧੂ ਮੂਸੇ ਵਾਲਾ, ਕਿੱਧਰ ਗਈਆਂ ਸਾਡੀਆਂ ਲਹਿਰਾਂ ਹੈ ਜੀ? ਸੋ ਹੁਣ ਉਹ ਭੁੱਲਣ ਨਹੀਂ ਦੇਣਾ, ਉਹ ਹੌਲੀ ਹੌਲੀ ਕੱਢ ਕੇ ਇੱਕ ਇੱਕ ਦੋ ਦੋ ਦਿਨ ਕਰਕੇ 3 ਦਿਨਾਂ ਦੇ ਵਿੱਚ ਹੌਲੀ ਹੌਲੀ ਉਹਨੂੰ ਐਂ ਟਿਕਾ ਕੇ ਲਾਵਾਂ 24। ਚਲੋ ਠੀਕ ਹੈ, ਜਗਮਨਦੀਪ ਜੀ ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਦੁਬਾਰਾ ਅਗਰ ਕੋਈ ਹੋਰ ਜਾਣਕਾਰੀ ਲੈਣੀ ਹੋਊ ਤਾਂ ਸੰਪਰਕ ਕਰਾਂਗੇ, ਔਰ ਉਸ ਕੁਝ ਵੀ ਇਸ ਮਾਮਲੇ 'ਤੇ ਅਪਡੇਟ ਆਉਂਦੀ ਹੈ ਜਾਂ ਕੋਈ ਧਿਰ ਜਿਹੜੀ ਹੈ ਆਪਾਂ ਨੂੰ ਤੁਹਾਡੇ ਇਲਜ਼ਾਮਾਂ ਤੋਂ ਬਾਅਦ ਆਪਣਾ ਪੱਖ ਦਿੰਦੀ ਹੈ ਤਾਂ ਉਹ ਵੀ ਤੁਹਾਡੇ ਤੱਕ ਪਹੁੰਚਾ ਕੇ ਤੁਹਾਡਾ ਵੀ ਵਰਸ਼ ਲੈਣ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ। ਫਿਲਹਾਲ ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਵੀਰ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਤਾਂ ਇਹ ਸਨ ਜਗਮਨਦੀਪ ਸਿੰਘ, ਜਿਨ੍ਹਾਂ ਦੇ ਵੱਲੋਂ ਬਹੁਤ ਵੱਡੇ ਇਲਜ਼ਾਮ 2 ਕੇਂਦਰੀ ਮੰਤਰੀਆਂ ਦੇ ਉੱਪਰ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਉੱਪਰ ਲਗਾ ਦਿੱਤੇ ਗਏ ਆ। ਔਰ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜੀਆਂ ਧਿਰਾਂ ਨੇ ਇਹ ਸਾਨੂੰ ਆਪਣਾ ਪੱਖ ਜਿਹੜੇ ਆ ਉਹ ਜ਼ਰੂਰ ਦੇਣਗੀਆਂ, ਕਿਉਂਕਿ ਜਗਮਨਦੀਪ ਸਿੰਘ ਹੋਰਾਂ ਦੇ ਇਲਜ਼ਾਮ ਜਿਹੜੇ ਆ ਉਹ ਬਹੁਤ ਗੰਭੀਰ ਇਲਜ਼ਾਮ ਨੇ। ਹਾਲਾਂਕਿ ਉਹਨਾਂ ਨੇ ਅੱਜ ਕੋਈ ਅਜਿਹੇ ਜਿਹੜੇ ਉਹ ਵੀਡੀਓ ਜਾਂ ਕੋਈ ਗੱਲਾਂ ਬਾਤਾਂ ਕੋਈ ਸਾਂਝੀਆਂ ਨਹੀਂ ਕੀਤੀਆਂ, ਪਰ ਹਾਂ ਗੱਲਾਂ ਬਾਤਾਂ ਦੇ ਰਾਹੀਂ ਸੰਕੇਤ ਜਿਹੜੇ ਜ਼ਰੂਰ ਦੇ ਦਿੱਤੇ ਆ ਸਾਫ਼ ਤੌਰ 'ਤੇ ਕਿ ਇਹ ਵੀਡੀਓ ਕਿਹੋ ਜਿਹੀਆਂ ਨੇ। ਔਰ ਉਮੀਦ ਕਰਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਔਰ ਬਾਕੀ ਜਿਹੜੇ ਲੋਕ ਨੇ ਜਿਨ੍ਹਾਂ 'ਤੇ ਇਲਜ਼ਾਮ ਲੱਗੇ ਨੇ ਆਪਾਂ ਨੂੰ ਆਪਣਾ ਪੱਖ ਦੇ ਕੇ ਜਿਹੜਾ ਉਹ ਸਾਨੂੰ ਜ਼ਰੂਰ ਇਹਦੇ 'ਤੇ ਚਾਨਣਾ ਪਾਉਣਗੇ ਕਿ ਇਹ ਗੱਲਾਂ ਸੱਚ ਨੇ ਜਾਂ ਝੂਠ ਨੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇੰਟਰਵਿਊ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।